ਤਾਰਿਆਂ ਦੀ ਲੋਏ ਮੇਰੀ ਜਾਨ ਆ ਪਾ ਦੋਏ ਕਦੇ ਇਕੱਠੇ ਨਹੀਂ ਹੋਏ ਕਿੰਨਾ ਚਿਰ ਹੋ ਗਿਆ ਪਿਆਰ ਦੀਆਂ ਬਾਤਾਂ ਨੀਓ ਸਾਡੇ ਲਈ ਗਾਤਾ ਕਦੇ ਆਈਆਂ ਨਾ ਔਰਾਂ ਤਾਂ ਕਿੰਨਾ ਚਿਰ ਹੋ ਗਿਆ ਤਾਰਿਆਂ ਦੀ ਲੋਏ ਕਉ ਸਰਨਾ ਨਿਭਾਉਂਗੀ ਮੈਂ ਕੀ ਦੇਸੇ ਗੇ ਬੋਲ ਦੱਸ ਸਰਨਾ ਨਿਭਾਉਂਗੀ ਮੈਂ ਕੀ ਦੇਸੇ ਗੇ ਬੋਲ ਦੱਸ ਪਿਆਰ ਵਾਲੇ ਪੰਦ ਤੋਂ ਨੀ ਕਿਹੜਾ ਗਿਆ ਢੋੜ ਦੱਸ ਕਿਹਦਾ ਵਾਦਾ ਵਫਾ ਹੋਇਆ ਕਿਦਾਂ ਨਿਕਲੇ ਅਲਾਰਾ ਨੈਣ ਨੈਣਾ ਨਾ ਮਿਲਾ ਲਈ ਏਦ ਖਲ ਜੂਗਾ ਸਾਰਾ ਫੇਦ ਖਲ ਜੂਗਾ ਸਾਰਾ ਸੋਢੀ ਸਾਹਿਬ ਤੁਹਾਡਾ ਵੀ ਵੈਲਕਮ ਮੇਰੇ ਘਰ ਤੁਸੀਂ ਚੱਲ ਪਾਏ ਅ ਅੰਕਲ 35 ਸਾਲ ਮੇਰੀ ਉਮਰ ਹੈ ਤੁਹਾਨੂੰ 31 ਸਾਲ ਗਾਉਂਦਿਆਂ ਨੂੰ ਹੋਗੇ ਅੰਕਲ ਜੀ ਮੈਂ ਫੇਲ ਸਜਾਉਂਦਾ ਰਵਾਂਗਾ ਸਿਗੂ ਲੱਗਦੇ ਨਹੀਂ ਸੀ ਲੱਗਦੇ ਤੁਸੀਂ ਨਹੀਂ ਪਰ ਮੈਂ ਬੜਾ ਛੁਪਾ ਕੇ ਗਿਆ ਅੰਕਲ ਜੀ ਨਹੀਂ ਲੇਕਿਨ ਮੈਂ ਫਿਰ ਹੌਲੀ ਪਾਜੀ ਮੈਨੂੰ ਜੈਲਸੀ ਹੋ ਗਈ ਆਉਂਦੇ ਤੁਹਾਨੂੰ ਵੇਖ ਕੇ ਮਤਲਬ 31 ਸਾਲ ਤੁਹਾਨੂੰ ਗਾਉਂਦਿਆਂ ਨੂੰ ਹੋਗੇ ਮੇਰੀ 35 ਸਾਲ ਉਮਰ ਹੈ ਆਪਾਂ ਦੋਵੇਂ ਹਾਣੋ ਹਾਣੀ ਲੱਗੀ ਆ ਨਹੀਂ ਫਿੱਟ ਕਿਵੇਂ ਰਹਿੰਦੇ ਹੋ ਨਹੀਂ ਬਸ ਥੋੜੇ ਜਿਹਾ ਖਾਣ ਪੀਣ ਦਾ ਧਿਆਨ ਥੋੜੇ ਜਿਹਾ ਐਕਸਰਸਾਈਜ਼ ਜਦੋਂ ਤੱਕ ਗਾਨਿਆਂ ਤੋਂ ਪਹਿਲਾਂ ਗਈਆਂ ਟੁੱਟਵੇ ਤੜਾਗੀਆਂ ਸ਼ਗਨਾ ਦੇ ਫੜੇ ਨਾਵੇਂ ਲੱਗ ਸਾਥੋਂ ਲੱਗੀਆਂ ਮੈਂ ਚੰਦਰੀ ਮਾਂ ਫੱਗਣ ਜੀ ਨੇ लाश तेरी नु देख लिया 사시칼 जग바ਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਛੋਟੀ ਖੇਤਰ ਚਾਹੇ ਕੋਈ ਵੀ ਹੋਵੇ ਟੈਲੀਵਿਜ਼ਨ ਹੋਵੇ ਸੰਗੀਤ ਹੋਵੇ ਅਦਾਕਾਰੀ ਹੋਵੇ ਜਾਂ ਕੋਈ ਵੀ ਕੀਤਾ ਹੋਵੇ ਖਾਸ ਤੌਰ ਤੇ ਜਿਹੜਾ ਸਕਿੱਲ ਬੇਸਡ ਹੁੰਦਾ ਉਹਦੇ ਵਿੱਚ ਲਗਾਤਾਰ ਸਥਾਪਿਤ ਰਹਿਣਾ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਲਈ ਬੜਾ ਮੁਸ਼ਕਲ ਹੁੰਦਾ ਹੈ ਖਾਸ ਤੌਰ ਤੇ ਇੱਕ ਦਹਾਕਾ ਦੋ ਦਹਾਕੇ ਤਿੰਨ ਦਹਾਕੇ ਪਰ ਅੱਜ ਸਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਮੌਜੂਦ ਹੈ ਜਿਹੜੀ ਕਿ ਸੰਗੀਤ ਜਗਤ ਦੇ ਵਿੱਚ ਪਿਛਲੇ 31 ਸਾਲ ਤੋਂ ਸਥਾਪਿਤ ਹੈ 22 ਸਾਲ ਉਹਨਾਂ ਨੂੰ ਲਗਭਗ ਹਿੱਟ ਹੋਇਆਂ ਨੂੰ ਹੋ ਗਏ ਆ ਔਰ ਬੜੇ ਦੌਰ ਆਏ ਰੈਪ ਦਾ ਦੌਰ ਆ ਗਿਆ ਪੌਪ 뮤직 ਦਾ ਦੌਰ ਆ ਗਿਆ ਸੀਡੀ ਦਾ ਦੌਰ ਆ ਗਿਆ ਪਰ ਇਸ ਕਲਾਕਾਰ ਦੀ ਜਿਹੜੀ ਪਛਾਣ ਹੈ ਇਹ ਮੰਨੀ ਜਾਂਦੀ ਹੈ ਕਿ ਹਿੱਕ ਦੇ ਜੋਰ ਤੇ ਇਹ ਕਲਾਕਾਰ ਗਾਉਂਦਾ ਮੇਰੀ ਮੁਰਾਦ ਹੈ ਨਿਸ਼ੱਤਰ ਗਿਲਹਾਰਾਂ ਤੋਂ ਜਿਨ੍ਹਾਂ ਦੇ ਗੀਤ ਜਿਨ੍ਹਾਂ ਦੇ ਸ਼ਬਦ ਔਰ ਬੈਕ ਪਲੇ ਸਿੰਗਰ ਦੇ ਤੌਰ ਤੇ ਵੀ ਇਹਨਾਂ ਨੂੰ ਬੜੀ ਵੱਡੀ ਮਕਬੂਲੀਅਤ ਮਿਲੀ ਹੈ ਇਸ ਵਕਤ ਨਿਸ਼ੱਤਰ ਗਿਲਹਾਰਾਂ ਦੇ ਅਸੀਂ ਫਗਵਾੜਾ ਸਥਿਤ ਘਰ ਵਿਖੇ ਬੈਠੇ ਆਂ ਇਹਨਾਂ ਦੇ ਨਾਲ ਜਿੱਥੇ ਅਸੀਂ ਇਹਨਾਂ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਗੱਲਬਾਤ ਕਰਾਂਗੇ ਉੱਥੇ ਸੰਗੀਤ ਦੇ ਬਾਰੇ ਇਹਨਾਂ ਦੀ ਨਿੱਜੀ ਜ਼ਿੰਦਗੀ ਦੇ ਕਿੱਸਿਆਂ ਦੇ ਬਾਰੇ ਖੁੱਲ ਕੇ ਗੱਲਾਂ ਬਾਤਾਂ ਹੋਣਗੀਆਂ ਸਭ ਤੋਂ ਪਹਿਲਾਂ ਤੇ ਗਿਲਸਾਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਗਬਾਣੀ ਤੇ ਬਹੁਤ ਮਿਹਰਬਾਨੀ ਜੀ ਅਗਬਾਣੀ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸასი ਸ਼ਾਲੀ ਸੋਢੀ ਸਾਹਿਬ ਤੁਹਾਡਾ ਵੀ ਵੈਲਕਮ ਬਹੁਤ ਬਹੁਤ ਤੁਸੀਂ ਚੱਲਣ ਭਾਈ ਅੰਕਲ 35 ਸਾਲ ਮੇਰੀ ਉਮਰ ਹੈ ਤੁਹਾਨੂੰ 31 ਸਾਲ ਗਾਉਂਦਿਆਂ ਨੂੰ ਹੋਗੇ ਅੰਕਲ ਵੇਖੋ ਲੱਗਦੇ ਨਹੀਂ ਤੁਸੀਂ ਲੱਗਦੇ ਤੁਸੀਂ ਨਹੀਂ ਪਰ ਮੈਂ ਬੜਾ ਛੁਪਾ ਕੇ ਗਿਆ ਅੰਕਲ ਜੀ ਲੇਕਿਨ ਮੈਂ ਫਿਰ ਹੋਲੀ ਪਾਜੀ ਮੈਨੂੰ ਜੈਲਸੀ ਹੋ ਗਈ ਆਉਂਦੀ ਤੁਹਾਨੂੰ ਵੇਖ ਕੇ ਮਤਲਬ 31 ਸਾਲ ਤੁਹਾਨੂੰ ਗਾਉਂਦਿਆਂ ਨੂੰ ਹੋ ਗਏ ਮੇਰੀ 35 ਸਾਲ ਉਮਰ ਆ ਆਪਾਂ ਦੋਵੇਂ ਹਾਣੋ-ਹਾਨੀ ਲੱਗੀਆਂ ਨਹੀਂ ਫਿੱਟ ਕਿਵੇਂ ਰਹਿੰਦੇ ਹੋ ਨਹੀਂ ਬਸ ਥੋੜੇ ਜਿਹਾ ਖਾਣ-ਪੀਣ ਦਾ ਧਿਆਨ ਥੋੜੇ ਜਿਹਾ ਐਕਸਰਸਾਈਜ਼ ਤੇ ਤੁਸੀਂ ਵੀ ਬੜੇ ਫਿੱਟ ਲੱਗਦੇ ਆ ਤੁਸੀਂ ਪਾਜੀ ਮੇਰਾ ਤਾਂ ਖਲਾਰਾ ਬਹੁਤ ਨਹੀਂ ਠੀਕ ਹੈ ਸੋਹਣੇ ਲੱਗ ਰਹੇ ਹੋ ਥੈਂਕ ਯੂ ਬਹੁਤ ਮਿਹਰਬਾਨੀ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਥੈਂਕ ਯੂ 31 ਸਾਲ ਦਾ ਸਫਰ ਹੈ No doubt ਕਿ ਅਰਸੇ ਤਾਂ ਬੜੇ ਬੀਤੇ ਆ ਭਾਜੀ ਪਰ ਸੁਭਾਵਕ ਹੈ ਕਿ ਸਟਰਗਲ ਵਾਲ ਦੌਰ ਜਿਹੜਾ ਹੁੰਦਾ ਉਹ ਉਲੇ ਹੀ ਰਹਿ ਜਾਂਦਾ ਤੇ ਜਦੋਂ ਬੰਦਾ ਹਿੱਟ ਹੋ ਜਾਂਦਾ ਕਹਿੰਦਾ ਵੀ ਉਹ ਵੇਲਾ ਯਾਰ ਰਾਤੋ ਰਾਤ ਹੀ ਸਟਾਰ ਬਣ ਗਿਆ ਪਹਿਲੇ ਹੀ ਗਾਣਾ ਉਹਦਾ ਹਿੱਟ ਹੋ ਗਿਆ ਤਾਂ ਇਹ ਸਫਰ ਨੂੰ ਨਿਸ਼ਚਰ ਗਿੱਲ ਜਦੋਂ ਰਾਤ ਭਰਾਂ ਤੇ ਬੈਠਦੇ ਹੋਂ ਕਹਿੰਦੇ ਜਦੋਂ ਸਫਲਤਾ ਪੈਰ ਚੁੰਮਦੀ ਆ ਤਾਂ ਬੰਦਾ ਆਪਦੇ ਅਤੀਤ ਨੂੰ ਯਾਦ ਪੱਕਾ ਕਰਦਾ ਤੁਸੀਂ ਇਸ ਸਮੇਂ ਨੂੰ ਕਿਵੇਂ ਮਹਿਸੂਸ ਕਰ ਰਹੇ ਹੋ ਅ ਵੈਸੀ ਤੇ ਹੁਣ ਤੇ ਬਹੁਤ ਖੁਸ਼ ਹਾਂ لیکن ਜਦੋਂ 92 ਚ ਸ਼ੁਰੂ ਕੀਤਾ ਸੀ 89 ਜਦੋਂ ਕਾਲਜ ਕੰਪਲੀਟ ਕੀਤਾ ਉਸ ਤੋਂ ਬਾਅਦ ਮੈਂ ਤੇ ਗੁਰਮਿੰਦਰ ਕੈਂਡੋ ਵਾਲ ਮੇਰੇ ਸਾਥੀ ਅਸੀਂ ਦੋਵੇਂ بس ਉਹ ਗੀਤ ਲੱਗਦਾ ਸੀ ਤੇ ਮੇਲਿਆਂ 'ਚ ਸ਼ਮੂਲੀਅਤ ਹੁੰਦੀ ਸੀ ਕਿ ਅੱਜ ਕੱਲ ਤਾਂ ਤੁਹਾਡੇ ਕੋਲ ਨੈਟ ਦਾ ਜ਼ਮਾਨਾ ਤੁਸੀਂ ਗਾਣੇ ਬਣਾ ਕੇ ਨਾ ਪਿਆਰ ਦਿੰਦੇ ਆ ਤੇ ਉਦੋਂ ਮੇਲਿਆਂ 'ਚ ਜਾ ਕੇ ਮੈਂ ਤਾਂ ਮਨ ਤਾਂ ਕਰਦੇ ਹੁੰਦੇ ਸੀ ਸਾਨੂੰ ਵੇਖ ਗਾਣੇ ਦਾ ਟਾਈਮ ਦੇ ਦਿਓ ਨਾ 92 ਚ ਚਲੋ 94 ਚ ਐਲਬਮ ਕੀਤੀ ਉਹ ਸੁਪਰ ਫਲਪ ਗਈ ਕਿਉਂਕਿ ਉਦੋਂ ਦੂਰਦਰਸ਼ਨ ਤੇ ਜੇ ਗਾਣਾ ਲੱਗ ਜਾਂਦਾ ਲੱਗ ਜਾਂਦਾ ਸੀ ਤੇ ਹਿੱਟ ਹੋ ਜਾਂਦਾ ਸੀ ਬੰਦਾ ਰੋਜ਼ ਰੋਜ਼ ਸਟਾਰ ਬਣਦਾ ਸੀ ਲੇਕਿਨ ਉਹਦੇ ਲਈ ਤੁਹਾਨੂੰ ਰੇਡੀਓ ਪਾਸ ਕਰਵਾ ਜ਼ਰੂਰੀ ਹੁੰਦਾ ਸੀ ਹਾਂ ਬਿਲਕੁਲ ਸਹੀ ਗੱਲ ਹੈ ਹਾਂ ਤੇ ਉਹ ਰੇਡੀਓ ਪਾਸ ਕੀਤਾ ਨਹੀਂ ਸੀ ਫਿਰ ਉਹ 94 ਵਾਲੀ ਐਲਬਮ ਗਈ ਛੋਟੀ ਕੰਪਨੀ ਸੀ 95 ਚੱਕ ਐਲਬਮ ਕੀਤੀ ਸ੍ਰੀਦਰਵਜਨ ਸਾਬ ਨਾਲ ਉਹ ਵੀ ਐਦਾਂ ਗਈ ਫਿਰ 97 ਚੱਕ ਐਲਬਮ ਕਿਸੇ ਹੋਰ ਦੀ ਦੁਆਰਾ ਡੱਬ ਕੀਤੀ ਕਿਸੇ ਕੰਪਨੀ ਨੇ ਉਹ ਵੀ ਨਹੀਂ ਚੱਲੀ ਫਿਰ ਛੱਡ ਛੜਾ ਕੇ ਫਿਰ ਮੈਂ ਵਾਜੇ ਨੂੰ ਮੈਂ ਕਹੇ ਉਹ ਤੂਫ ਤੂਫ ਦਈਏ ਤੇ ਮੱਥਾ ਟੇਕ ਦਈਏ ਤੇ ਕੰਮ ਨਿਛੱਤਰ ਸਿਆ ਚੱਲਣਾ ਨਹੀਂ ਕਿਉਂਕਿ 95 ਚ ਵਿਆਹ ਵੀ ਹੋ ਗਿਆ ਸੀ ਉਹ ਵੀ ਖਰਚੇ ਜਿਹੜੇ ਸੀਗੇ ਫਿਰ ਤੁਹਾਨੂੰ ਹਨਾ ਜ਼ਿੰਦਗੀ ਚ ਜ਼ਿੰਮੇਵਾਰੀਆਂ ਵਜ ਨਹੀਂ ਆਣਾ ਸੋ 98 ਚ ਬਾਹਰ ਚਲੇ ਮੈਂ ਕਿਹਾ ਚਲੋ ਦੇਖਦੇ ਇਟਲੀ ਦੇ ਪੇਪਰ ਉਹਦਾ ਮਿੱਤਰ ਕਹਿੰਦੇ ਸੀ ਨਾ ਇਟਲੀ ਦੇ ਪੇਪਰ ਖੋਲਿਓ ਚਲੋ ਚੱਲੀਏ ਅੱਛਾ ਤੇ ਉਹ ਇਟਲੀ ਵਾਲੂ ਬਹੀਰਾ ਘੱਤਤੀ ਮੈਂ ਫੈਡ ਅਪ ਹੋ ਕੇ ਤੇ ਬਾਹਰ ਨੂੰ ਦੁਰ ਚਲੇ ਸੀ ਬਾਹਰ ਨੂੰ ਦੁਰ ਚਲੇ ਸੀ ਅੱਛਾ ਤੇ ਉਹ ਵੀ ਪਰਮਾਤਮਾ ਨੂੰ ਮਨਜ਼ੂਰ ਨਹੀਂ ਸੀਗਾ ਨਾ ਪਹਿਲੇ ਮਾਸਕੋ ਗਏ ਮਾਸਕੋ ਰੇ ਹਫਤਾ 10 ਦਿਨ ਤੇ ਅਗਸਤ 20 ਟਾਈਮ ਜਗਰ ਤੇ ਉਸ ਜੁਲਾਈ ਦਾ ਉਸ ਤੋਂ ਬਾਅਦ ਫਿਰ ਕੀਵ ਜਿੱਤੇ ਹੁਣ ਬੜਾ ਜੰਗ ਨੇ ਬੜੀ ਤਬਾਈ ਮਚਾਈ ਜੀ 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 ਤੇ ਕੀਵ ਰਹਿ 30 ਦਿਨ ਫਿਰ ਇਥੇ ਜੰਟ ਸਾਡੇ ਮਤਰਾ ਨੇ ਫੜਿਆ ਤੇ ਧੌਣ ਤੇ ਗੋਡਾ ਰੱਖਿਆ ਕਿ ਭਾਈ ਬੰਦੇ ਨੂੰ ਵਾਪਸ ਬੁਲਾਏ ਨੂੰ ਉਥੇ ਅੱਗੇ ਵਾਲਾ ਤਾਂ ਜਿਹੜੀ ਗੇਮ ਹੈਗੀ ਉਹ ਬੰਦ ਹੋ ਗਈ ਆ ਅੱਛਾ 40 ਦਿਨ ਬਾਅਦ ਮੈਂ ਫਿਰ ਵਾਪਸ ਆ ਗਿਆ ਫਿਰ ਸਟਰਗਲ ਦਾ ਦੌਰ ਸ਼ੁਰੂ ਹੋਇਆ ਫਿਰ 2001 ਚ ਮੈਂ ਮਿਲਿਆ ਰੁਪਿੰਦਰ ਰੂਬੀ ਭਾਜੀ ਨੂੰ ਨਾ ਅੰਮ੍ਰਿਤਸਰ ਗੁਰਮੀਤ ਭਾਜੀ ਨੂੰ ਮਿਲਿਆ ਉੱਥੇ ਹਨ ਉਸ ਤੋਂ ਪਹਿਲਾਂ ਇਹ ਐਲਬਮ ਜਿਹੜੀ ਸੀ ਉਹ ਕਿੱਟੂ ਭਾਜੀ ਨੇ ਕਰਨੀ ਸੀ ਜਿਹੜੀ 2002 ਵਾਲੀ ਹੈ ਅੱਛਾ ਬਟ ਫਿਰ ਅਸੀਂ ਕਹਿੰਦਾ ਅਜਮਾਲੀ ਹੈ ਯਾਰ ਗੁਰਮੀਤ ਮੇਰੇ ਕਾਫੀ ਜਿਹੜੇ ਹੈਗੇ ਪ੍ਰੋਜੈਕਟ ਕਰਦਾ ਰੂਬੀ ਭਾਜੀ ਫਾਈਨ ਟੱਚ ਵਾਲੇ ਕਹਿੰਦੇ ਮੈਂ ਉੱਥੇ ਜਾ ਕੇ ਮੈਨੂੰ ਭਾਜੀ ਕਹਿੰਦੇ ਉਹਦੋਂ ਲੈਂਡਲਾਈਨ ਹੁੰਦੀ ਸੀ ਮੋਬਾਈਲ ਤੇ ਹੁੰਦੀ ਰਹੀ ਸੀ ਕਹਿੰਦੇ ਉਸ ਗੁਰਮੀਤ ਭਾਜੀ ਦਾ ਸਟੂਡੀਓ ਚੱਲ ਜਾ ਤੇ ਸੁਣਾਈ ਉਹਨੂੰ ਜਾ ਕੇ ਹਨਾ ਬਾਜਾ ਬੂਜਾ ਮੈਂ ਠੀਕ ਬਜਾ ਲੈਂਦਾ ਸੀ ਤੇ ਗਾ ਵੀ ਠੀਕ ਲੰਦਾ ਸੀ ਮੈਂ ਜਦੋਂ ਅਗਰਵੀਤ ਪੰਜਨ ਇਹਨੂੰ ਰਿਕਾਰਡ ਕਰ ਲਾ ਬੜਾ ਅੱਛਾ ਗੰਦ ਆਈ ਤੇ ਵਸੋਂ ਨੇ ਫਿਰ ਮੈਂ ਨੂੰ ਅਸੀਂ ਮੈਟਰ ਕਰਨਾ ਸ਼ੁਰੂ ਕੀਤਾ 2001 ਚ ਫਿਰ ਉਹ ਐਲਬਮ ਅਸੀਂ ਰਿਕਾਰਡ ਕੀਤੀ ਸੀ ਲੇਕਿਨ ਉਸ ਤੋਂ ਬਾਅਦ ਫਿਰ ਅਸੀਂ ਉਹਦਾ ਵੀਡੀਓ ਬੰਬੇ ਜਾ ਕੇ ਬਾਈ ਚੈਂਸਰ ਐਮ ਪੀ ਪ੍ਰਿੰਸ ਉੱਥੇ ਗਏ ਹੋਏ ਸੀ ਗਾਣੇ ਬਣਾਏ ਤੇ ਉਸ ਤੋਂ ਬਾਅਦ ਐਮ ਪੀ ਪ੍ਰਿੰਸ ਨੂੰ ਇੱਕ ਗਾਣਾ ਸੁਣਾਇਆ ਉਹਨੂੰ ਬੜਾ ਪਸੰਦ ਆ ਫਿਰ ਉਹਦੀ ਵੀਡੀਓ ਕੀਤੀ ਫਿਰ ਉਹ ਜਦੋਂ ਪਹਿਲਾ ਟੀਜ਼ਰ ਚੱਲੇ ਨਾ ਦੂਰਦਰਸ਼ਨ ਤੇ ਦਿਲ ਦਿੱਤਾ ਨਹੀਂ ਸੀ ਠੋਕਰਣ ਨੂੰ ਵਾਸਤੇ ਫਿਰ ਰਾਤੋ ਰਾਤ ਐ ਸੀ ਕਿੰਨੇ ਸਾਲ ਦੀ ਸਟਰਗਲ ਸੀਗੇ ਮਤਲਬ 7 10 ਸਾਲ ਦੀ ਰਾਤ ਸੀ ਮੇਰੇ ਲਈ ਉਹ ਪਲ ਮਨੂੰ ਯਾਦ ਕਰਕੇ ਦੱਸਿਓ ਮੜਾ ਜਾ ਜਦੋਂ ਵੀ ਡਿਮਾਂਡ ਆਉਣ ਲੱਗ ਪਈ ਵੀ ਬਾਜੀ ਬਾ ਬੜਾ ਵਧੀਆ ਗਾਣਾ ਆ ਗਿਆ ਕੀ ਪਲ ਸੀ ਕੀਦੀ ਕਾਲ ਆਉਂਦੀ ਆ ਕਿਵੇਂ ਪਤਾ ਲੱਗਦਾ ਸੀ ਬਸ ਸਾਨੂੰ ਲੈਂਡਲਾਈਨ ਖੈਰ ਮੈਂ ਆਫਿਸ تھا ਮੇਰਾ ਪਹਿਲੇ ਹੀ ਹੈਗਾ ਸੀ ਇਥੇ ਫਗਵਾੜੇਰਾ ਆਫਿਸ ਦਾ ਨੰਬਰ ਐਸਟ ਦੇ ਉੱਤੇ ਦਿੱਤਾ ਇਹ ਰਾਤ ਨੂੰ ਜਦੋਂ ਉਹ ਐਲਬਮ ਦੀ ਜਦੋਂ ਉਹ ਟੀਜ਼ਰ ਚੱਲਿਆ ਨਾ ਉਹਦੇ ਤੇ ਮੇਰਾ ਨੰਬਰ ਦਿੱਤਾ ਹੋਇਆ ਸੀ ਅੱਛਾ ਬਸ ਫਿਰ ਸਵੇਰ ਤੋਂ ਦੇ ਕੱਲ ਹੁੰਦਾ ਨਾ ਬੜੀਆਂ ਵਧਾਈਆਂ ਦੀਆਂ ਮੇਰੇ ਜਿਨ ਮਿੱਤਰ ਵੀ ਸੀਗੇ ਉਹਨਾਂ ਨੇ ਵੀ ਸਭ ਨੇ ਕਹਿੰਦੇ ਫਿਰ ਉਹਨਾਂ ਨੇ ਕਿਹਾ ਕਿ ਮੋਟਾ ਜਿਹਾ ਮੋਟਾ ਜਿਹਾ ਮੁੰਡਾ ਹੈ ਯਾਰ ਬੜਾ ਅੱਛਾ ਉਹਦਾ ਗਾਣਾ ਹੈ ਤੁਸੀਂ ਹਲਦੀ ਸੀ ਇੱਕ ਕੰਡਲ ਤਿੰਨ ਗੰਨਾਂ ਪਸਾ ਤੁਹਾਨੂੰ ਕਈਆਂ ਨੇ ਐ ਵੀ ਕਿਹਾ ਉਹਨਾ ਵੀ ਕਬੱਡੀ-ਕੁੱਡੀ ਵੀ ਖੇਡਦੇ ਰਹੇ ਮੈਂ ਖੇਡਿਆ ਕਬੱਡੀ ਬਹੁਤ ਅੱਛਾ ਤੁਸੀਂ ਤਾਂ ਸਪੋਰਟਸਮੈਨ ਸੀ ਤੁਸੀਂ ਕਬੱਡੀ ਖੇਡਿਆ ਬਹੁਤ ਤੇ ਉਸ ਤੋਂ ਬਾਅਦ ਫਿਰ ਰਾਤੋ-ਰਾਤ ਫਿਰ ਇੱਕ ਦੂ ਪੂਰੇ ਪਰਿਵਾਰ ਦੇ ਇੰਟਰਵਿਊ ਕਰਦੇ ਹੁੰਦੇ ਸੀ ਅੱਛਾ ਉਹ ਜਦੋਂ ਇੰਟਰਵਿਊ ਆਈ ਨਾ ਉਸ ਤੋਂ ਬਾਅਦ ਫਿਰ ਪ੍ਰੋਗਰਾਮਾਂ ਦੀ ਐਸੀ ਝੜੀ ਲੱਗੀ ਫਿਰ ਮਤਲਬ ਗੱਡੀ ਤੇ ਸਾਊਂਡ ਵੀ ਹਮੇਸ਼ਾ ਲੱਦੀ ਹੁੰਦੀ ਸੀ ਲਾਉਂਦੇ ਰਹੀ ਸੀ ਸਾਊਂਡ ਵਾਲੇ ਤੇ ਮਿਊਜ਼ੀਸ਼ੀਅਨ ਵਾਲੀ ਗੱਡੀ ਤੇ ਮਿਊਜ਼ੀਸ਼ੀਅਨਾਂ ਦਾ ਜਿਹੜੇ ਸਾਜ਼ ਹੈ ਉਹ ਵੀ ਲੱਦੇ ਹੀ ਹੁੰਦੇ ਸੀ ਉਹ ਸੀਜ਼ਨ 'ਚ ਤੁਸੀਂ ਤਾਂ ਫਿਰ ਉਹ ਚਿੱਠੀਆਂ ਵਾਲਾ ਦੌਰ ਵੀ ਹਟਾਇਆ ਹੋਣਾ ਵੀ ਜਿਹੜੀ ਚੌਣ ਵਾਲੇ ਉਹ ਚਿੱਠੀ ਪਾਉਂਦੇ ਸੀ ਕਲਾਕਾਰਾਂ ਨੂੰ ਆ ਤੁਹਾਨੂੰ ਆਉਂਦੀਆਂ ਨਹੀਂ ਲੇਕਿਨ ਉਦੋਂ ਜਦੋਂ ਮੈਂ ਹਟ ਹੋਇਆ ਉਦੋਂ ਮੋਬਾਈਲ ਦਾ ਜ਼ਮਾਨਾ ਮੋਬਾਈਲ ਸੀ ਲੇਕਿਨ ਇਨਕਮਿੰਗ ਆਊਟਗੋਇੰਗ ਹੈ ਮਹਿੰਗੀ ਸੀ ਹੈਨਾ ਉਦੋਂ ਕਈ ਫਿਰ ਮੈਸਜ ਕਾਲ ਕਰਕੇ ਵਿਚਾਰ ਛੱਡ ਦਿੰਦੇ ਹੁੰਦੇ ਸੀ ਮਾਲਿਕ ਸਾਹਿਬ ਬੜੇ ਵਧੀਆ ਕਿੱਸੇ ਸੁਣਾਉਂ ਸਾ ਕੋਈ ਵਾਪਰੇ ਸਤਿ ਆ ਬੁਕਿੰਗ ਵਾਲੇ ਕਿਸੇ ਐਕਚੁਅਲੀ ਮੈਂ ਬੁੱਕ ਆਪ ਘੱਟ ਕਰਦਾ ਸੀ ਮੇਰਾ ਜਿਹੜਾ ਮੁੰਡਾ ਰੱਖਿਆ ਸੀ ਉਹ ਕਹਿੰਦੇ ਯਾਰ ਇਹ ਮੈਂ ਆਪ ਵੀ ਪੀਏ ਬਣੇਗਾ ਤੁਹਾਨੂੰ ਨਹੀਂ ਮੈਂ ਵੀ ਮੈਂ ਕਰਦਾ ਹੁਣ ਮੈਂ ਮੈਂ ਕਹਿ ਦਿੰਦਾ ਮੈਂ 70% 80% ਫੋਨ ਜਿਹੜਾ ਆਪ ਹੀ ਅਟੈਂਡ ਕਰਦਾ ਅਗਲੇ ਨੂੰ ਕਹਿੰਦਾ ਭਾਜੀ ਨਛਤਰ ਗੇਲ ਨਾਲ ਗੱਲ ਕਰਨੀ ਹੈ ਮੈਂ ਕਹਿੰਦਾ ਜੀ ਮੈਂ ਬੋਲ ਰਿਹਾ ਨਹੀਂ ਤੁਹਾਡੀ ਆਵਾਜ਼ ਤਾਂ ਨਹੀਂ ਲੱਗਦੀ ਮੈਂ ਕਹਿੰਦਾ ਜੀ ਨਹੀਂ ਲੱਗਦੀ ਭਰਾਵਾ ਫੇਰ ਰਹਿਣ ਦੇ ਹੈਨਾ ਮੈਂ ਤੇ ਆਪ ਹੀ ਹੈਨਾ ਫੋਨ ਚੱਕਦਾ ਮੈਂ ਕਹਿੰਦਾ ਤੁਹਾਨੂੰ ਖੁਸ਼ੀ برداشت ਨਹੀਂ ਹੋਈ ਮੈਂ ਯਾਰ ਆਪ ਹੀ ਆਪ ਹੀ ਬੋਲ ਰਿਹਾ ਹਾਂ ਆ ਵੀ ਤੁਹਾਡੇ ਨਾਲ ਗ ਫਿਰ ਜਿਹੜੀ ਇਟਲੀ ਤੋਂ ਵਾਪਸ ਮੁੜੇ ਸੀ ਉਸੇ ਇਟਲੀ ਚ ਫਿਰ ਹਿੱਟ ਹੋ ਕੇ ਗਏ ਇਹ ਕਦੋਂ ਗਏ ਇੱਕ ਜਾਂ ਮੈਂ 2019 ਚ ਉਸ ਤੋਂ ਉਸ ਤੋਂ ਪਹਿਲਾਂ 2007 ਚ ਇੱਕ ਆਏ ਸੀ ਉੱਥੋਂ ਬਾਈ ਚਾਂਸ ਮੇਰੇ ਦੋ ਪੋਜੀਸ਼ਨਾਂ ਦੇ ਵੀਜ਼ੇ ਲੱਗੇ ਉਦੋਂ ਇਨੀ ਪਰ ਆਪਣੇ ਆਪ ਨੂੰ ਵੀ ਸੋਚੀ ਨਹੀਂ ਸੀ ਕਿ ਇੰਗਲੈਂਡ ਤੋਂ ਵਸਾਰੇ ਮਿਊਜ਼ੀਸ਼ੀਅਨ ਬੁਲਾਣਾ ਹਨਾ ਉਹਨਾਂ ਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਉਹ ਐਵੇਂ ਆਕੜ ਗਿਆ ਕਿ ਮੈਂ ਮੈਂ ਨਹੀਂ ਜੀ ਆਂਦਾ ਮੇਰੇ ਮਿਊਜ਼ੀਸ਼ੀਅਨਾਂ ਦਾ ਵੀਜ਼ਾ ਉਹ ਪਰ ਉਹ ਕਹਿੰਦੇ ਭਾਜੀ ਅਸੀਂ ਤੁਹਾਨੂੰ ਦੋ ਪ੍ਰੋਗਰਾਮ ਹੈ ਮੁੰਡੇ ਉੱਥੇ ਤੇ ਆ ਰਿਹਾ ਉਹ ਤਾਂ ਉਸ ਤੋਂ ਬਾਅਦ ਜਦੋਂ ਮੈਂ ਇੰਗਲੈਂਡ ਜਾ ਕੇ ਪ੍ਰੋਗਰਾਮ ਸ਼ੁਰੂ ਕਰਨੇ ਸ਼ੁਰੂ ਕੀਤੇ ਨਾ ਫਿਰ ਮੈਨੂੰ ਪਤਾ ਲੱਗਿਆ ਕਿ ਇਹ ਮੁੰਡੇ ਤਾਂ ਬਹੁਤ ਅੱਛਾ ਜ਼ਾਰੇ ਬੈਡ ਐਡਾ ਕਮਾਲ ਦੇ ਉੱਥੇ ਵੀ ਹੈ ਨਾ ਮੈਂ ਟਬਸੀ ਮੇਰੇ ਨਾਲ ਹੁੰਦਾ ਹਮੇਸ਼ਾ ਨਾ ਟਬਸੀ ਢੋਲ ਕੀ ਵਾਲਾ ਉਹ ਤਾਂ ਬੈਡ ਐਡਾ ਕਮਾਲ ਦਾ ਉਸ ਤੋਂ ਬਾਅਦ ਮੈਂ ਕਿੰਨੇ ਪ੍ਰੋਬਲਮ ਯੂਰਪ ਦੇ ਕਰਕੇ ਆਇਆ ਉਹ ਸਾਰੀ ਟੀਮ ਉੱਥੇ ਜਾਂਦੀ ਹੈ ਲੇਕਿਨ ਉਦੋਂ ਪਤਾ ਨਹੀਂ ਐਵੇਂ ਆੜੀ ਪੈ ਗਈ ਨਹੀਂ ਜੀ ਮਿਊਜ਼ੀਸ਼ੀਅਨ ਮੈਂ ਆਪਣੇ ਲੈ ਕੇ ਜਾਣੇ ਹੁਣ ਤਾਂ ਮੈਂ ਵੇਖਿਆ ਭਾਜੀ ਕਿ ਹੁਣ ਤਾਂ ਇੱਕ ਗਾਣਾ ਆਇਆ ਬੰਦਾ ਅਗਲੇ ਦਿਨ ਕਹਿੰਦਾ ਜੀ ਹੁਣ ਮੈਂ ਯੂਐਸ ਟੂਰ ਲਾ ਰਿਹਾ ਜੀ ਹੁਣ ਮੈਂ ਯੂਰਪ ਚੱਲਿਆ ਜੀ ਹੁਣ ਮੈਂ ਮਿਡਲ ਈਸਟ ਚੱਲਿਆ ਦੁਨੀ ਤੁਹਾਡੇ ਵੇਲੇ ਤਾਂ ਕੰਪਨੀਆਂ ਕਹਿ ਲੋ ਕਿ ਬੜੀਆਂ ਬੰਦੇ ਦੀਆਂ ਚੀਕਾਂ ਕਢਾਉਂਦੀਆਂ ਸੀ ਜੀ ਇਥੋਂ ਰਿਫਿਊਜ਼ਲ ਆ ਗਿਆ ਜੀ ਆ ਨਹੀਂ ਹੋ ਸਕਦਾ ਜੀ ਆ ਗਾਣਾ ਕੱਢ ਦਿਓ ਜੀ ਆ ਪਾ ਦਿਓ ਜੀ ਨਹੀਂ ਜੀ ਇਹ ਠੀਕ ਨਹੀਂ ਲੱਗਦਾ ਜੀ ਸਾਨੂੰ ਨਹੀਂ ਮੇਰੀ ਮੇਰੀ ਖੁਸ਼ਕਿਸਮਤੀ ਇਹ ਸੀਗੀ ਕਿ ਮੈਂ ਆਲਮੋਸਟ ਪਹਿਲੀਆਂ ਜਿਹੜੀਆਂ 6-7 ਐਲਬਮ ਕੀਤੀਆਂ ਉਹ ਫਾਈਨ ਟੱਚ ਚ ਕੀਤੀਆਂ ਮੈਂ ਗੁਰਮੀਤ ਬਾਜੀ ਸਾਡੀ ਗੀਤਕਾਰਾਂ ਦੀ ਪੂਰੀ ਟੀਮ ਜਿਹਦੇ ਚ ਵੇਜੇ ਧਮੀ ਬਾਜੀ ਹੁੰਦੇ ਸੀ ਗੁਰਪਿੰਦਰ ਕੈਂਡਵਾਲ ਹੁੰਦਾ ਸੀ ਸ਼ਹਿਬਾਜ਼ ਗਾਮਾ ਆਪਣਾ ਘੂਰ ਕਾਫੀ ਹੁੰਦੇ ਸੀ ਨਾ ਤੇ ਉਹ ਸਾਰੇ ਬੈਠਦੇ ਸੀ ਉਹਦੇ 'ਚ ਫਿਰ ਜਦੋਂ ਕੰਪੋਜੀਸ਼ਨ ਕਰਦੇ ਸੀ ਉਹ ਵੀ ਸਾਰੇ ਵੀਰਾ ਭਾਜੀ ਨਾਲ ਬਹਿ ਜਾਂਦੇ ਸੀ ਹਨਾ ਉਹ ਕੰਪੋਜੀਸ਼ਨ ਕਰਕੇ ਜਦੋਂ ਪ੍ਰੋਗਰਾਮਿੰਗ ਕਰਦੇ ਸੀ ਆਲਮੋਸਟ ਉਹ ਗਾਣਾ ਪਤਾ ਹੀ ਹੁੰਦਾ ਸੀ ਕਿ ਇਹ ਰੱਖਣਾ ਹੀ ਰੱਖਣਾ ਲੇਕਿਨ ਉਹ ਕਰਦੇ ਕੀ ਸੀ ਜੇ 10 ਗੀਤਾਂ ਦੀ ਐਲਬਮ ਹੈ ਤੇ ਅਸੀਂ 15 ਗਾਣੇ ਬਣਾ ਲੈਂਦੇ ਸੀ ਫਿਰ ਉਹਦੇ 'ਚ ਹੁੰਦਾ ਸੀ ਕਿ ਯਾਰ ਆਹ ਗਾਣਾ ਚਲੋ ਕਿਤੇ ਐਲਬਮ ਜਿਹੜੀ ਮਲਟੀ ਹੋਏਗੀ ਉਹਦੇ 'ਚ ਕਰ ਲਾ ਲਈ ਕਿਤੇ ਇਦਾਂ ਵੀ ਹੋਇਆ ਵੀ ਕੋਈ ਤੁਹਾਡਾ ਗਾਣਾ ਰਿਲੀਜ਼ ਤੁਸੀਂ ਬਹੁਤ ਲੇਟ ਕੀਤਾ ਹੋਵੇ ਚਾਹੁੰਦੇ ਬਹੁਤ ਪਹਿਲਾਂ ਹੋਵੇ ਤੇ ਉਦੋਂ ਲੱਗਦਾ ਹੋਵੇ ਨਹੀਂ ਯਾਰ ਇਹਨੂੰ ਅਜੇ ਹੋਲਡ ਕਰ ਲਓ ਇਹਨੇ ਅਜੇ ਨਹੀਂ ਚੱ ਅਸਲ ਚ ਇਦਾਂ ਹੁੰਦੀ ਹੈ ਕਿ ਮੈਂ ਜਿੰਨੇ ਗਾਣੇ ਸਭ ਤੋਂ ਬਾਅਦ ਚ ਐਲਬਮ ਦੇ ਬਣਾਏ ਨਾ ਉਹ ਸਾਰਿਆਂ ਤੋਂ ਪਹਿਲਾਂ ਉਹਦੀ ਵੀਡੀਓ ਮੈਨੂੰ ਕਰਨੀ ਪਈ ਅੱਛਾ ਹਾਂ ਕਿਉਂਕਿ ਮੈਂ ਆਮ ਪੂਰੀ ਐਲਬਮ ਐਸ਼ਕ ਜਗਾਵੇ ਵਾਲੀ ਜਿਹਦੇ ਪਿਛੋਕੜ ਜਬਰੀ ਵਾਲਾ ਗਾਣਾ ਸੀ ਹੈ ਨਾ ਉਹ ਸਾਰੀ ਐਲਬਮ ਪੂਰੀ ਕੰਪਲੀਟ ਕਰ ਲਈ ਤੇ ਲਾਸਟ ਤੇ ਨਿੰਮਾ ਲੋਹਾਰਕੇ ਦਾ ਨਾਮ ਆ ਲੈਣਾ ਭੁੱਲ ਗਿਆ ਸੀ ਨਿੰਮਾ ਲੋਹਾਰਕੇ ਵੈਸੇ ਕਿਸੇ ਦਾ ਉੱਥੇ ਪ੍ਰੋਜੈਕਟ ਬੰਬੇ ਕਰਨ ਗਿਆ ਹੋਇਆ ਸੀ ਸਾਡੇ ਵਾਲੇ ਹੋਟਲ 'ਚ ਸੀਗਾ ਹੋਰ ਅੱਛਾ ਤੇ ਹੋਟਲ ਵੀ ਬੜਾ ਮਨਆਇਆ ਲੱਗਦਾ ਸੀ ਪੱਖਾ ਹੁਣ ਵੀ ਡਿਗਿਆ ਉੱਤੋਂ ਟੁੱਟਿਆ ਹੋਰ ਦਸੀਗਾ ਅੱਛਾ ਅਸੀਂ ਉਸੇ ਹੋਟਲ 'ਚ ਜਾ ਕੇ ਮੈਂ ਤਿੰਨ ਚਾਰ ਐਲਬਮ ਮੈਨੂੰ ਪਤਾ ਸੀ ਪਤਾ ਨਹੀਂ ਡਿਗਣਾ ਪਵੇ ਇਹ ਉੱਤੇ ਕੁਝ ਬਟ ਉਹ ਇੱਕ ਦਿਮਾਗ 'ਚ ਨਹੀਂ ਹੁੰਦਾ ਜੇ ਮੈਂ ਸਚਨ ਤਦੂਰ ਕਰਉਂਦਾ ਕਿ ਮੈਂ ਇਸ ਬੈਟਰ ਨਾਲੇ ਖੇਡਣਾ ਯਾ ਉਹ ਅਨਲ ਕਪੂਰ ਸਾਹਿਬ ਇੱਕ ਕੋਟ ਪਾਉਂਦੇ ਸੀ ਉਹਨਾਂ ਨੂੰ ਲੱਗਦਾ ਸੀ ਕਿ ਮੇਰੀ ਫਿਲਮ ਚੱਲ ਜਾਣੀ ਹੈ ਨਾ ਸਾਨੂੰ ਲੱਗਦਾ ਸੀ ਕਿ ਮੈਂ ਉੱਥੇ ਜਾ ਕੇ ਦੋ ਰਾਤਾਂ ਜ਼ਰੂਰ ਦੋ ਦੋ ਦਿਨ ਜ਼ਰੂਰ ਰਹਿ ਕੇ ਆਉਣਾ ਹੈ ਕਿਉਂਕਿ ਉਹ ਸਾਡੀ ਕਾਮਯਾਬੀ 'ਚ ਉਸ ਹੋਟਲ ਦਾ ਵੀ ਹੱਥ ਹੈ ਹੈਨਾ ਯੋਗਦਾਨ ਹੈ ਬਿਲਕੁਲ ਸਹੀ ਹੈ ਸੋ ਸਾਡੇ ਮੇਰੇ ਨਾਲ ਇਦਾਂ ਤੁਸੀਂ ਯੂਨੀਵਰਸਿਟੀ ਦੇ ਵੀ ਮੇਰੇ ਖਿਆਲ ਆਪੋਜ਼ਿਟ ਚੱਲੇ ਹੋ ਜੇ ਜੁੜਤਾ ਦੌਰ ਸੀ ਤਾਂ ਮੇਰੇ ਖਿਆਲ ਤੁਸੀਂ ਸਿੰਗਲ ਟਰੈਕ ਤੇ ਆਏ। ਹਾਂਜੀ। ਜੇ ਬੀੜਦਾ ਸੀ ਤਾਂ ਤੁਸੀਂ ਸੋਲੋ ਗਾਇਆ। ਇਹ ਸਹੀ ਹੈ ਨਾ? ਬਿਲਕੁਲ। ਪਰ ਸਰੋਤਿਆਂ ਨੇ ਵੀ ਤੁਹਾਨੂੰ ਪ੍ਰਮਾਣ ਦਿੱਤਾ। ਉਹ ਦੁਇਟ ਤਾਂ ਵੈਸੇ ਕੀਤਾ ਸੀ ਮੈਂ ਸਾਰੀ ਐਲਬਮ ਤੇ ਕਰਨੀ ਸੀ। ਦੁਇਟ ਤਾਂ ਵੈਸੇ ਇੱਕ ਵੈਰਾਈਟੀ ਲਈ ਕਰ ਲਿਆ। ਉਸ ਤੋਂ ਬਾਅਦ ਹਰ ਐਲਬਮ ਚ ਦੋ ਦੋ ਫਿਰ ਦੁਇਟ। ਉਸ ਤੋਂ ਬਾਅਦ ਹੋਰ ਸਿੰਗਰ ਕਾਫੀ ਜਿਹੜੇ ਆ ਉਹ ਵੀ ਦੁਇਟ ਕਰਨ ਲੱਗ ਪਏ। ਕਿਉਂਕਿ ਜਸਪਿੰਦਰ ਜੀ ਨੇ ਮੈਂ ਪਹਿਲਾਂ ਪਿੱਛੋਕੜ ਵਾਲੀ ਮੈਂ ਹੀ ਕੀਤਾ ਸੀਗਾ ਨਾ। ਤੇ ਉਹਨਾਂ ਨੇ ਚਲੋ ਵੱਡੇ ਸਿੰਗਰ ਹੈ ਉਹਨਾਂ ਨੇ ਮੇਰੇ ਨਾਲ ਮੈਂ ਉਹਨਾਂ ਨਾਲ ਗਾਇਆ ਕਹਿ ਸਕਦਾ ਕਿਉਂਕਿ ਸੀ ਸਾਡੇ ਹਨ ਤੇ ਉਹਨਾਂ ਨੇ ਬੜਾ ਉਹਨਾਂ ਨੂੰ ਲੈਣ ਦਾ ਫਿਰ ਫੈਸਲਾ ਕੀਤਾ ਉਹ ਉਹ ਉਥੇ ਹੋਰ ਕੁੜੀਆਂ ਜਿਹੜੀਆਂ ਐਕਸੈਂਟ ਦਾ ਬੜਾ ਫਰਕ ਹੈ ਨਾ ਪੰਜਾਬੀ ਜਿਹੜੀ ਲੈਂਗੁਏਜ ਤੋਂ ਉਹਠ ਨਹੀਂ ਬੋਲੀ ਜਾਂਦੀ ਅਸੀਂ ਇੱਕ ਦੋ ਕੁੜੀਆਂ ਉਥੇ ਟਰਾਈ ਕੀਤੀਆਂ ਸੀ ਗਾਂਗੋਲ ਲਈ ਡੱਬਿੰਗ ਤੇ ਉਹਨਾਂ ਨੂੰ ਐ ਲੱਗਦਾ ਸੀ ਪਿੱਛੋਂ ਆਵਾਜ਼ ਮਾਰੀ ਹੈ ਉਹ ਨਹੀਂ ਬਣਦੀ ਸੀ ਜਸਪਿੰਦਰ ਜੀ ਦੇ ਨਾਲ ਟੱਚ ਸੀ ਗਿਆ ਗੁਰਮੀਤ ਭਾਜੀ ਹਾਂ ਤੇ ਉਹਨਾਂ ਨੇ ਕੌਲ ਕੀਤਾ ਕਹਿੰਦੇ ਆ ਜਾਓ ਚਲੋ ਮੇਰੇ ਘਰ ਉਹਨਾਂ ਨੂੰ ਜਾ ਕੇ ਗਾਣਾ ਸੁਣਾਇਆ ਉਹਨਾਂ ਨੂੰ ਪਸੰਦ ਆਇਆ ਕਿ ਉਹਨਾਂ ਨੇ ਫਿਰ ਡੱਬ ਕਰਤਾ ਫਿਰ ਚਲੋ ਉਸ ਤੋਂ ਅਗਲੀ ਐਲਬਮ ਚ ਨਖਰੇ ਵਾਲੇ ਗਾਣੇ ਚ ਉਹਨਾਂ ਨੂੰ ਕਿਹਾ ਕਿ ਤੁਸੀਂ ਐਕਟ ਵੀ ਕਰ ਦਿਓ ਨਾਲ ਹਨਾ ਤੇ ਉਹ ਉਹਨਾਂ ਨੇ ਚ ਕਰ ਦਿੱਤਾ ਫਿਰ ਉਸ ਤੋਂ ਬਾਅਦ ਡੂਇਟ ਫਿਰ ਜਦੋਂ ਡੂਇਟ ਸਾਰੇ ਹੋ ਗਏ ਫਿਰ ਮੈਂ ਛੱਡ ਕੇ ਨਾ ਜਾ ਐਲਬਮ ਕੀਤੀ ਛੰਦਾ ਬਾਜੀ ਨਾ ਫਿਰ ਮੈਂ ਡੂਇਟ ਬਿਲਕੁਲ ਨਹੀਂ ਕੀਤਾ ਉਹਦੇ ਚ ਸਾਰੇ ਸੋਲੋ ਸੀਗੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਨਿਸ਼ੱਤਰ ਦਾ ਅਸਲ ਤੌਰ ਤੇ ਨਿਸ਼ੱਤਰ ਕੀ ਨੇ ਬਦਲਿਆ ਅ ਮੇਰੀ ਸਿੰਘਣੀ ਨੇ ਅੱਛਾ ਹਾਂ ਮੇਰੀ ਮਿਹਨਤ ਸਭ ਤੋਂ ਪਹਿਲਾਂ ਪਰਮਾਤਮਾ ਉਸ ਤੋਂ ਬਾਅਦ ਅਬ ਮੈਂ ਬਹੁਤ ਜ਼ਿਆਦਾ ਸਟਰਗਲ ਉਸ ਟਾਈਮ ਤੇ ਦੇਖੀ ਹੈ ਕਿਉਂਕਿ ਉਹ ਸਲਾਈ ਕਰਕੇ ਮੈਨੂੰ ਤੋਰਦੀ ਹੁੰਦੀ ਸੀ ਫਲਾਨੀ ਕੰਪਨੀ ਨੂੰ ਵੀ ਸੁਣਾਇਆ ਤੇ ਮੈਂ ਸਕੂਟਰ ਦੇ ਉੱਤੇ ਹੀ ਵਾਜਾ ਰੱਖਦਾ ਹੁੰਦਾ ਸੀ ਅੱਛਾ ਮੈਂ ਹੋਜਾ ਸਾਹਿਬ ਕੋ ਵੀ ਜਾਣਾ ਜਾਂ ਮੈਂ ਉਧਰ ਵੀ ਉਹਨੇ ਕਹਿਣਾ ਤੂੰ ਕੋਈ ਗੱਲ ਨਹੀਂ ਪੈਸਿਆਂ ਦੀ ਫਿਕਰ ਨਾ ਕਰੋ ਮੈਂ ਹੈਗੇ ਤਾਂ 4-500 ਹੈਗਾ ਬੱਸੇ ਜਾਣ ਜੋਗਾ ਆ ਫੜੋ ਤੇ ਜਾ ਕੇ ਸੁਣਾ ਕੇ ਆਓ ਆਮ ਤੌਰ ਤੇ ਨਹੀਂ ਤਾਂ ਪਤਨੀਆਂ ਜਾਂ ਪਰਿਵਾਰ ਵਿਰੋਧ ਕਰਦਾ ਹੁੰਦਾ ਵੀ ਛੱਡੋ ਇਹ ਕੰਮ ਆਪਾਂ ਕਿਸੇ ਹੋਰ ਕੰਮ ਨੂੰ ਕਰ ਲੈਂਦੇ ਨਹੀਂ ਨਹੀਂ ਮੇਰੇ ਪਰਿਵਾਰ ਨੇ ਕਦੇ ਨਹੀਂ ਮੈਨੂੰ ਫਾਦਰ ਸਾਹਿਬ ਵੀ ਮੇਰੇ ਕਿਉਂਕਿ ਉਹਨਾਂ ਨੇ ਟੱਡ ਸਰੰਗੀ ਨਾਲ ਬਹੁਤ ਧੀਰ ਕੀਰਤਨ ਕੀਤਾ ਗਿਆ ਨਹੀਂ ਹਰਦੀਪ ਸਿੰਘ ਜੀ ਹਾਂਜੀ ਬਿਲਕੁਲ ਬਿਲਕੁਲ ਤੇ ਉਹਨਾਂ ਨੇ ਨਤਾਰ ਵਾਲਾ ਸਾਜ ਤੇ ਵੈਸੀ ਔਖਾਂ ਤਾਂ ਉਹਨਾਂ ਨੇ ਮੈਨੂੰ ਹਾਂ ਉਹਨਾਂ ਨੇ ਮੈਨੂੰ ਕਿਹਾ ਕਿ ਜੇ ਤੂੰ ਇਸ ਫੀਲਡ 'ਚ ਆਉਣਾ ਤੈਨੂੰ ਸਿੱਖ ਕੇ ਆਉਣਾ ਪੈਣਾ ਚਾਹੇ ਥੋੜਾ ਹੀ ਸਿੱਖੀ ਤੈਨੂੰ ਕਮ ਸੇ ਕਮ ਤੈਨੂੰ ਆਪਣੇ ਗਲੇ ਦਾ ਤੈਨੂੰ ਸਾ ਪਤਾ ਹੋਣਾ ਚਾਹੀਦਾ ਤੈਨੂੰ ਰਾਗ ਥੋੜੇ ਜਿਹਾ ਉਹ ਤੈਨੂੰ ਆਉਣਾ ਚਾਹੀਦਾ ਮੈਂ ਚਾਹੁੰਗਾ ਕਿ ਗੁਰਪਤ ਵਾਲੇ ਮਾਹੌਲ ਦੀ ਤੁਸੀਂ ਕੋਈ ਗੱਲ ਹੋਰ ਵੀ ਸੁਣਾ ਦਿਓ ਤੁਹਾਨੂੰ ਕੋਈ ਯਾਦ ਹੋਵੇ ਕਿੱਸਾ ਕਿ ਬੰਦੇ ਨੂੰ ਪੈਸਿਆਂ ਦੀ ਤੋਟ ਬੜੀਆਂ ਚੀਜ਼ਾਂ ਬੜੀਆਂ ਬੜੀਆਂ ਹੁੰਦੀਆਂ ਐ ਸਿਆਣਾ ਬੜਾ ਕਈ ਵਾਰੀ ਇਹ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੁੰੋ ਸਿਰਫ ਇਸ ਗੱਲ ਲਈ ਨਹੀਂ ਕਿ ਇਹ ਇੰਟਰਸਟਿੰਗ ਹੋਵੇ ਮੈਂ ਚਾਹੁੰਨਾ ਕਿ ਬੰਦਿਆਂ ਨੂੰ ਬਹੁਤਿਆਂ ਨੂੰ ਮੋਟੀਵੇਸ਼ਨ ਹੋ ਜਾਂਦੀ ਹੈ ਕਿ ਯਾਰ ਜੇ ਜੇ ਨਛੱਤਰਪਾ ਜੀ ਐਸ ਹਾਲਾਚ ਉੱਠ ਕੇ ਇੱਥੇ ਆ ਗਿਆ ਤੇ ਅਸੀਂ ਵੀ ਰਾਈਜ਼ ਕਰ ਲਾਂਗੇ ਹਾਂ ਅਸਲ 'ਚ ਗੱਲ ਮੈਨੂੰ ਕਹਿਣੀ ਨਹੀਂ ਚਾਹੀਦੀ لیکن ਤੁਹਾਨੂੰ ਹਮੇਸ਼ਾ ਮੈਂ ਮੈਨੂੰ ਮੇਰੇ ਫਾਦਰ ਸਾਹਿਬ ਨੇ ਕਿੰਨੇ ਗਾਣੇ ਮੇਰੇ ਹਿੱਟ ਹੋਏ ਦੁਨੀਆ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਉਹ ਅੰਦਰ ਉਹਨਾਂ ਨੇ ਵੀ ਬਹੁਤ ਕੀਤਾ ਲੇਕਿਨ ਉਹਨਾਂ ਨੇ ਮੈਨੂੰ ਸ਼ਾਬਾਸ਼ ਨਹੀਂ ਸੀ ਦਿੱਤੀ ਕਦੇ ਵੀ ਉਹਨਾਂ ਨੂੰ ਪਤਾ ਸੀ ਜਿੱਦਣ ਮੈਂ ਇਹਨੂੰ ਕਿਹਾ ਕਿ ਤੇ ਗਾਣਾ ਠੀਕੇ ਗਾਉਣਾ ਉਹ ਕਹਿੰਦੇ ਤੇ ਬਟ ਉਹ ਮੈਨੂੰ ਸ਼ਾਇਦ ਇਸ ਕਰਕੇ ਸ਼ਾਬਾਸ਼ ਨਹੀਂ ਸੀ ਦਿੰਦੇ ਕਿ ਇਹਦੀ ਇਹਨੇ ਮਿਹਨਤ ਕਰਨੀ ਛੱਡ ਦੇਣੀ ਆ ਇਹਦੇ ਕੋਲ ਹੋਰ ਗਾਣਾ ਨਹੀਂ ਬਣਨਾ ਫੇਰ ਨਹੀਂ ਗਾਇਆ ਜਾਣਾ ਹਨਾ ਸੋ ਇਸ ਕਰਕੇ ਉਹਨਾਂ ਨੇ ਮੈਨੂੰ ਸ਼ਾਬਾਸ਼ ਨਹੀਂ ਦਿੱਤੀ ਨਿਆਣਿਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਉਹਨਾਂ ਨੂੰ ਘਰੋਂ ਕੱਢਣਾ ਵੀ ਬਹੁਤ ਜ਼ਰੂਰੀ ਆ ਠ ਜਜੋ ਤੱਕ ਉਹ ਤੁਸੀਂ ਉਹਨਾਂ ਨੂੰ ਨਾ ਉਹ ਪੈਸੇ ਮਤਲਬ 10 ਰੁਪਏ ਮੰਗਦੇ ਤੇ 15 ਦੇ ਹੀ ਜਾਂਦੇ ਉਹਨਾਂ ਨੂੰ ਫਿਰ ਉਹਨਾਂ ਨੂੰ ਹੁੰਦਾ ਕੋਈ ਸਰੀ ਹੁੰਦਾ ਕੋਈ ਗੱਲ ਨਹੀਂ ਜਦੋਂ ਕਹਿੰਦੇ ਪੁੱਤ ਨਹੀਂ ਹੁਣ ਤੈਨੂੰ ਆਪ ਹੀ ਕਰਨਾ ਪੈਣਾ ਤੇ ਤੇਰੇ ਜੂਨ ਮਹੀਨਾ ਤੇ ਤੈਨੂੰ ਜੇ ਤੂੰ ਅੰਦਰ ਸੌਣਾ ਤੇ ਪੱਖਾ ਤੈਨੂੰ ਆਪ ਹੀ ਲਿਆਉਣਾ ਪੈਣਾ ਤੂੰ ਕਮਾਉਂਦਾ ਕੁਝ ਨਹੀਂ ਤੇ ਤੈਨੂੰ ਲੈ ਕੇ ਹੀ ਆਉਣਾ ਪੈਣਾ ਜੇ ਤੈਨੂੰ ਹਵਾ ਉਹਦੀ ਚਾਹੀਦੀ ਹੈ ਨਹੀਂ ਚਾਹੀਦੀ ਫਿਰ ਰਹਿਣ ਦੇ ਫਿਰ ਬੰਦਾ ਹਿੰਮਤ ਕਰਦਾ ਕਿ ਨਹੀਂ ਯਾਰ ਗੱਲ ਬਣਨੀ ਨਹੀਂ ਸਾਨੂੰ ਪਾਲਿਆ ਪੜਾਇਆ ਹਨਾ ਇੱਥੇ ਤੱਕ ਕੀਤਾ ਹੁਣ ਹਾਲੇ ਵੀ ਹੁਣ ਮਾਂ-ਬਾਪ ਦੇ ਸਿਰ ਤੇ ਕਈਏ ਕਿਸੇ ਨੂੰ ਦੇ ਤਾਂ ਆਪ ਤੇ ਬੰਦਾ ਇਹ ਸੋਚਦਾ ਹੁੰਦਾ ਹੈ ਕਿ ਯਾਰ ਮੈਂ ਤਾਂ ਕਦੇ ਸੋਚਿਆ ਨਹੀਂ ਸੀ ਮੈਂ ਇੱਥੇ ਪਹੁੰਚ ਜਾਣਾ ਜਿਸ ਸਥਿਤੀ ਚ ਇਸ ਟਾਈਮ ਤੁਸੀਂ ਵਰਲਡ ਵਾਈਡ ਤੁਹਾਡਾ ਨਾਮ ਹੈ ਪਰ ਹਕ ਕੁਲ ਦੁਨੀਆ 'ਚ ਤੁਸੀਂ ਸ਼ੁਕਰ ਗੁਆਏ ਨੇ ਤੇ ਜਾਜ਼ਾਂ ਦੇ ਹਾਲਾਤ ਕਹਿ ਲੋ ਬਸਾਂ ਵਾਲੇ ਬਣੇ ਪਏ ਆ ਫਿਰ ਕਿਵੇਂ ਮਹਿਸੂਸ ਕਰਦੇ ਹੋ ਕਦੀ ਇਮੋਸ਼ਨਲ ਹੋਏ ਹੋ ਪੁਰਾਣੇ ਦੌਰ ਨੂੰ ਯਾਦ ਕਰਕੇ ਆ ਮੈਂ ਵੀਜ਼ਾ ਤੇ ਲੱਗਦਾ ਹੀ ਨਹੀਂ ਸੀ ਹੁੰਦਾ ਮੈਂ ਇੱਥੇ ਇੱਕ ਨਾ ਮੇਰੀ ਸਾਸੂ ਮਾ ਨਾ ਚਲ ਜਦੇ ਨੇ ਸੀ ਪੰਡਤ ਕੋਲ ਪੁੱਛਣਾ ਅੱਛਾ ਵੀ ਇਹਦਾ ਕਦੇ ਅਸੀਂ ਤਾਂ ਵਿਆਹ ਦਾ ਤਾਂ ਕੀਤਾ ਸੀ ਵੀ ਉਹ ਇਹ ਕਹਿੰਦੇ ਸੀ ਸੇ ਇਹਨੇ ਬਾਹਰ ਚਲੇ ਜਾਣਾ ਨਾ ਕਿ ਜਤੀ ਜਲਦੀ ਇਹਦੀ ਤਿਆਰੀ ਹੈ ਇਹ ਇੱਤੀ ਬੇਟਾ ਤੇ ਉਹ ਪੰਡਤ ਨਾ ਮੇਰਾ ਦੇਖ ਕੇ ਟੇਵਾ ਦੇਖ ਕੇ ਕਹਿੰਦਾ ਇਹ ਬੰਦਾ ਸਾਰੀ ਉਮਰ ਨਹੀਂ ਜਾ ਸਕਦਾ ਅੱਛਾ ਕਹਿੰਦਾ ਜਹਾਜ਼ ਦੀ ਕਿਸਮਤ ਚ ਹੈ ਨਹੀਂ ਜਹਾਜ਼ ਚ ਫਲਾਈ ਕਰਨਾ ਤੇ ਇਹਦੀ ਕਿਸਮਤ ਚ ਹੈ ਨਹੀਂ ਉਹਨਾਂ ਮੈਂ 2003 ਚ ਮੈਂ ਕੈਨੇਡਾ ਗਿਆ ਸਭ ਤੋਂ ਪਹਿਲਾਂ ਮੈਂ ਦਾਸੂ ਮੈਨੂੰ ਕਿਹਾ ਇਹ ਪਹਿਲਾਂ ਪੰਡਤ ਕੋਲ ਜਾ ਕੇ ਜਾ ਕੇ ਉਹਨੂੰ ਦੱਸ ਕੇ ਕਿ ਹਨਾ ਹੁਣ ਤੇ ਐਸੀ ਮਹਾਰਾਜ ਦੀ ਕਿਰਪਾ ਕਰਦੇ ਚਲੋ ਹੁਣ ਤੇ ਮੈਂ ਸਾਰਾ ਪਰਿਵਾਰ ਹੀ ਕੈਨੇਡਾ ਸ਼ਿਫਟ ਹੋ ਗਿਆ ਹੁਣ ਤੇ ਬਹੁਤ ਹੀ ਔਣ ਜਾਣ ਲੱਗਿਆ ਰਹਿੰਦਾ ਲੇਕਿਨ ਬੜੀ ਮੈਂ ਸੰਤੋਸ਼ਿਆ ਹੁਣ ਉਹ ਗੱਲਾਂ ਯਾਦ ਤੇ ਆਉਣੀਆਂ ਕਿ ਵੀਜ਼ਾ ਨਹੀਂ ਸੀ ਲੱਗਦਾ ਹੁੰਦਾ ਹਨਾ ਦੋ ਵਾਰ ਪਾਸਪੋਰਟ ਭੇਜਿਆ ਫਿਰ ਕੈਨਸਲ ਵੀ ਹੋ ਗਿਆ ਮੈਂ ਤੁਹਾਨੂੰ ਦੱਸਿਆ ਜਿਸ ਪਾਸਪੋਰਟ ਤੇ ਮੈਂ ਉੱਧਰ ਗਿਆ ਸੀ ਇਟਲੀ ਇਟਲੀ ਵਾਲਾ ਹਨਾ ਉਹ ਪਾਸਪੋਰਟ ਮੈਂ ਕਦੇ ਕਦੇ ਦੇਖਦਾ ਹੁੰਦਾ ਨਾ ਵੀ ਉਦੋਂ ਮੈਂ ਮੈਂ ਕਹ ਯਾਰ ਤੇਰੇ ਤੇ ਤੇਰੇ ਤੇ ਸਟੈਂਪ ਨਹੀਂ ਸੀ ਲੱਗਣੀ ਕੋ ਵੀਜ਼ਾ ਨਹੀਂ ਹਨਾ ਸਹੀ ਅੱਛਾ ਮਾਲੀ ਤੌਰ ਤੇ ਸਪੋਰਟ ਕਰਨ ਵਾਲੇ ਕਿਹੜੇ ਬੰਦੇ ਸੀ ਫਿਰ ਤੁਹਾਡੀ ਮਾਲੀ ਤੌਰ ਤੇ ਬਹੁਤ ਸਾਰੇ ਬੰਦੇ ਮੈਂ ਮੈਂ ਨਾਮ ਲੈਣਾ ਚਾਹਾਂਗਾ ਸਤਵਿੰਦਰ ਬੁੱਗਾ ਭਾਜੀ ਦਾ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਮੈਂ ਬਹੁਤਾ ਤਿਆਰ ਨਹੀਂ ਕੀਬੋਰਡ ਬਜਾਉਣਾ لیکن ਉਹਨਾਂ ਨੂੰ ਪਤਾ ਸੀ ਇਹਦੇ ਘਰ ਦੀ ਹਾਲਤ ਠੀਕ ਨਹੀਂ ਹੈ ਪਿੰਡ ਇਹ ਛੱਡਿਆ ਆ ਬੱਚੇ ਇਹਦੇ ਹੈਗੇ ਆ ਤੇ ਇਹਨੂੰ ਜ਼ਰੂਰਤ ਹੈ ਪੈਸਿਆਂ ਦੀ ਨਾ ਚਾਹੁੰਦੇ ਹੋਏ ਮੈਨੂੰ ਲੈ ਜਾਂਦੇ ਸੀ ਕੀਬੋਰਡ ਤੇ ਉਹ ਕਹਿੰਦੇ ਕੀਬੋਰਡ ਲੈ ਲੈ ਤੂੰ ਮੇਰੇ ਨਾਲ ਚੱਲਿਆ ਕਰ ਬੈਕ ਬੋਕਰ ਵੀ ਕਰਿਆ ਕਰ ਉਸ ਬਾਅਦ ਮੇਰੇ ਹੋਰ ਕਾਫੀ ਸੁਰਿੰਦਰ ਸਾੰਧੀ ਮੇਰਾ ਮਿੱਤਰ ਰਹਿ ਗਿਆ ਹਨ ਇਹ ਸਾਰੇ ਮੇਰੇ ਮੇਰਾ ਪਰਿਵਾਰ ਮੇਰਾ ਜਦੋਂ ਮੈਂ ਪਹਿਲੀ ਐਲਬਮ ਕੀਤੀ ਆ ਮੇਰੇ ਵੱਡੇ ਭਾਜੀ ਨੇ ਅੰਦਰ ਪਾਲਣਾ ਉਦੋਂ ਬਾਹਰ ਸੀਗੇ ਯੂਰਪ 'ਚ ਕਹਿੰਦੇ ਕਿੰਨਾ ਖਰਚਾਣਾ ਮੈਂ ਕਿਹਾ 20000 ਤੇ ਲੱਗੀ ਜਾਣਾ ਸਿੰਗਲ ਜਿਹੜਾ ਇੱਕ ਇੱਕ ਦਿਨ ਦਾ ਮ ਸਰਿੰਦਰ ਵਚਨ ਸਾਹਿਬ ਕੋ ਗਿਆ ਉਹਨਾਂ ਨੇ 4 ਘੰਟੇ ਚ ਬਰੀ ਐਲਬਮ ਕਰਕੇ ਮੈਨੂੰ ਮੇਰੇ ਹੱਥੋਂ ਫੜਾਤੀ ਪਹਿਲੀ ਐਲਬਮ ਜਿਹੜੀ ਸੀਗੀ ਹਣਾ ਸੋ ਪਰਿਵਾਰ ਵਾਲੇ ਕਰਦੇ ਰਹਿੰਦੇ ਸੀ ਲੇਕਿਨ ਇਦਾਂ ਸੀ ਕਿ ਕਰ ਨਾ ਪੁੱਤ ਤੈਨੂੰ ਆਪ ਹੀ ਪੜਣਾ ਆਪ ਹੀ ਪੜਣਾ ਤੁਹਾਡੇ ਸਮਕਾਲੀ ਕਲਾਕਾਰ ਫਿਰ ਕਿਹੜੇ ਸਮਕਾਲੀ ਕਲਾਕਾਰ ਮਨਮੋਹਨ ਬਾਜੀ 95 ਚ ਹਿੱਟ ਹੋ ਗਏ ਸੀਗੇ ਤੇ ਮੇਰੇ ਦੋਵਾਲਾ ਬੋਗਾ ਬਾਜੀ 97 ਚ ਹੋ ਗਏ ਸੀਗੇ ਹਿੱਟ ਮੇਰੇ ਸਮਕਾਲੀ ਸੀਗੇ ਕਮਲ ਹੀਰ ਅੱਛਾ ਕਮਲ ਹੀਰ ਦੀ ਤੇ ਮੇਰੀ ਐਲਬਮ ਸ਼ਾਇਦ 2002 ਉਸੇ ਈਅਰ ਤੇ ਨਵੰਬਰ ਦੇ ਨੇੜੇ ਆਈ ਸੀ ਉਹਨਾਂ ਦੀ ਆਈ ਸੀ ਸ਼ਰਿਆਜ ਭਜਨ ਕੋਰੇ ਹਾਂ ਤੇ ਉਹ ਉਹ ਅਸੀਂ ਮਤਲਬ ਹਮੇਸ਼ਾ ਗੱਲ ਹੁੰਦੀ ਸੀ ਉਹਨਾਂ ਦੇ ਮਿਊਜ਼ੀਸ਼ਨਾਂ ਦੀ ਤੇ ਸਾਡੇ ਮਿਊਜ਼ੀਸ਼ਨਾਂ ਦੇ ਵੀ ਯਾਰ ਕਮਰਪਾਜੀ ਦੇ ਮਿਊਜ਼ੀਸ਼ਨਾਂ ਦੀ ਵੀ ਜਿਹੜੀ ਸਾਊਂਡ ਤੇ ਗੱਡੀ ਲੱਦੀ ਰਹਿੰਦੀ ਹੈ ਇਹ ਵੀ ਰੋਜ਼ ਤੁਰੇ ਉਹਦੇ ਪ੍ਰੋਗਰਾਮ ਤੇ ਤੇ ਨਛੱਤਰ ਗੱਲ ਜਦੋਂ ਤੁਸੀਂ ਗਾਉਣਾ ਸ਼ੁਰੂ ਕੀਤਾ ਤੁਸੀਂ ਕਿਹਨੂੰ ਸੁਣਦੇ ਸੀ ਉਦੋਂ ਮੈਂ ਨੂਰਸਰਫਤੈ ਅਲੀ ਖਾਨ ਸਾਹਿਬ ਨੂੰ ਬਹੁਤ ਸੁਣਿਆ ਪਹਿਲਾਂ ਪਹਿਲਾਂ ਮੈਂ ਕਾਲਜ ਟਾਈਮ ਗੁਰਾਮ ਅਲੀ ਸਾਹਿਬ ਨੂੰ ਬਹੁਤ ਸੁਣਿਆ ਮਾਨਕ ਸਾਹਿਬ ਨੂੰ ਕਾਫੀ ਸੁਣਿਆ ਹਨਾ ਹੋਰ ਜਿੰਨੇ ਚੰਗੇ ਸੀਗੇ ਹੁਸੈਨ ਬਖਸ਼ ਸਾਹਿਬ ਨੂੰ ਬੜਾ ਸੁਣਿਆ ਉਹ ਤਾਂ ਫਿਰ ਬਹੁਤ ਹੀ ਬਾਜੇ ਕੋਲ ਕੇ ਪੀਤਾ ਹੋਇਆ ਸੀ ਉਹਨਾਂ ਨੇ ਤਾਂ ਮੈਂ ਗ਼ਜ਼ਲ ਗਾਉਣ ਕੀ ਚੌੜ ਦਾ ਮਨ ਬੜਾਇਆ ਫਿਰ ਫਾਦਰ ਸਾਹਿਬ ਕਹਿੰਦੇ ਕਿ ਗ਼ਜ਼ਲ ਦੇ ਸਕੇਲ ਦਾ ਤੇ ਪੰਜਾਬੀ ਗਾਇਕੀ ਦੇ ਸਕੇਲ ਦਾ ਇੱਕ ਸਬਤਕ ਦਾ ਫਰਕ ਹੈ ਹੈਨਾ ਉਹਦਾ ਗ਼ਜ਼ਲ ਦਾ ਸਕੇਲ ਹੁੰਦਾ ਦੂਜਾ ਕਾਲਾ ਥੱਲੇ ਵਾਲਾ ਜਾਂ ਚੌਥਾ ਸਫੇਦ ਰੱਖਿਆ ਹੁੰਦਾ ਉਹਨਾਂ ਨੇ ਤੇ ਤੇਰਾ ਵੀ ਦੂਜਾ ਕਾਲਾ ਤਾਰ ਸਬਤਕ ਵਾਲਾ ਉਹ ਜਾਣਾ ਉੱਪਰ ਚੌਥਾ ਕਿਉਂਕਿ ਮੈਂ ਮੈਂ ਚੌੜਾ ਜਦੋਂ ਮੈਂ 94 ਚ ਗਾਣਾ ਰਿਕਾਰਡ ਕਰਨ ਲੱਗਾ ਸੀਗਾ ਇੱਕ ਸਰਦਰ ਬਚਨ ਸਾਹਿਬ ਦੀ ਮਿਊਜ਼ਿਕ ਚ ਨਾ ਉਹਨਾਂ ਨੇ ਹਾਫ ਨੋਟ ਕਿਤੇ ਢੋਲਕ ਦਾ ਕੋ ਪੰਗਾ ਹੋਣਾ ਤੀਸਰੇ ਕਾਲੇ ਤੇ ਨਹੀਂ ਚੜੀ ਜਾਂ ਕੁਝ ਹੋਇਆ ਉਹਨਾਂ ਨੇ ਚੌਥਾ ਸਵੇਦ ਲੈ ਆਂਦਾ ਉਸ ਤੋਂ ਹਾਫ ਨੋਟ ਥੱਲੇ ਮੈਂ ਨਾ ਬਚਨ ਸਾਹਿਬ ਨੂੰ ਕਿਹਾ ਮੈਂ ਕਿਹਾ ਤੀਜਾ ਕਾਲਾ ਨਹੀਂ ਹੈਗਾ ਇਹ ਇਹ ਚ ਇਹ ਹਾਫ ਨੋਟ ਥੱਲੇ ਆ ਕਹਿੰਦੇ ਹਾਂ ਤੈਨੂੰ ਕਿਵੇਂ ਪਤਾ ਲੱਗਿਆ ਮੈਂ ਕਿਹਾ ਜੀ ਮੈਂ ਕੰਪੋਜੀਸ਼ਨ ਬਣਾ ਕੀਤੀ ਹੋਈ ਹੈ ਮੈਨੂੰ ਪਤਾ ਮੇਰੇ ਗੱਲ ਦਾ ਸੋ ਇਦਾਂ ਬੜੀਆਂ ਟੈਕਨੀਕਲ ਗੱਲਾਂ ਜਿਹੜੀਆਂ ਉਹ ਜੀ ਉਹ ਮੈਂ ਪਰਿਵਾਰ ਤੇ ਹੁਣ ਆਉਣਾ ਹੈ ਨਿੱਜੀ ਗੱਲਾਂ ਤੁਹਾਡੇ ਨਾਲ ਦੋ ਚਾਰ ਕਰਨੀਆਂ ਹੈ ਜੀ ਪਰ ਹੁਣ ਚਾਰੇ ਪਾਸੇ ਹਨੇਰਾ ਦਿਸਣ ਲੱਗ ਪਿਆ ਤੇ ਮੈਂ ਚਾਹਣਾ ਫਿਰ ਦਾਤਾ ਜੀ ਚਾਰੇ ਪਾਸੇ ਦਿਸ ਰੋ ਹਨੇਰੇ ਚਾਨਣ ਚੜਦਾ ਨਹੀਂ ਜੀ ਪਲੀਜ਼ ਮੈਂ ਚਾਹਣਾ ਦਾ ਇੱਕ ਅੰਤਰਾ ਤੁਸੀਂ ਗਾ ਕੇ ਸੁਣਾਓ ਕਿਹੜਾ ਦਾਤਾ ਜੀ ਚਾਰੇ ਪਾਸੇ ਦਿਸਣ ਹਨੇਰੇ ਅਤੇ ਚਾਨਣ ਚੜਦਾ ਨਹੀਂ ਘਰ ਦਿਲ ਤੇ ਪਾਇਆ ਦੁੱਖਾਂ ਨੇ ਸੁਖ ਕਰ ਵਿੱਚ ਵੜਦਾ ਨਹੀਂ ਹੋ ਸੁਣਿਆ ਤੂੰ ਐ ਬਖਸ਼ਣ ਹਾਰਾ ਸਾਨੂੰ ਬਖਸ਼ ਦਿਓ ਤੇਰੇ ਲੜ ਲੱਗ ਕੇ ਤਾਂ ਬੰਦਾ ਦੁਬਕੇ ਹੜਦਾ ਨਹੀਂ ਦੁੱਖ ਜ਼ਿੰਦਗੀ ਤੇ ਪਾਰੇ ਸਭ ਪਾਸਿਆ ਤਹਾਰੇ ਦਾਤਾ ਜੀ ਮੈਰ ਕਰੋ ਦਾਤਾ ਜੀ ਮੈਰ ਕਰੋ ਅੱਛਾ ਭਾਜੀ ਮੈਂ ਨੋਟ ਕੀਤਾ ਕਿ ਤੁਸੀਂ ਬੈਕ ਪਲੇ ਸਿੰਗਰ ਦੇ ਤੌਰ ਤੇ ਤੁਹਾਨੂੰ ਲੋਕਾਂ ਨੇ ਮਤਲਬ ਉਸ ਤੋਂ ਵੀ ਡਬਲ ਪਿਆਰ ਦਿੱਤਾ ਔਰ ਜਿੰਨੇ ਵੀ ਗੀਤ ਤੁਸੀਂ ਮੇਰੇ ਖਿਆਲ ਚੁਣੇ ਵੀ ਗੀਤ ਤੁਸੀਂ ਜੇ ਮੈਂ ਗਲਤ ਨਾ 10 ਕਿੰਨਤੀ ਹੋਣੀ ਹੈ ਮੇਰੇ ਖਿਆਲ ਤੁਹਾਡੀ ਫਿਲਮਾਂ ਦੀ ਫਿਲਮਾਂ ਤੇ ਮੈਨੂੰ ਆਪ ਯਾਦ ਨਹੀਂ ਸਭ ਤੋਂ ਪਹਿਲਾ ਗਾਣਾ ਮੈਂ ਇੱਕ ਫਰਮਾਈ ਸੀ ਰੋਸ਼ਨ ਪ੍ਰਿੰਸ ਦੀ ਉਹਦੇ ਚ ਗੀਤ ਕੀਤਾ ਸੀਗਾ ਇੱਕ ਧੰچل ਸਾਹਿਬ ਨੇ ਡਾਇਰੈਕਟ ਕੀਤੀ ਸੀ ਲੇਕਿਨ ਉਸ ਤੋਂ ਬਾਅਦ ਮੇਰੀ ਸ਼ੁਰੂਆਤ ਜਿਹੜੀ ਹੋਈ ਉਹ ਏਸੇ ਗਾਣੇ ਤੋਂ ਹੋਈਦਾ ਦਾ ਵੀ ਉਸ ਤੋਂ ਬਾਅਦ ਤੇ ਪਹਿਲੀ ਫਿਲਮਾਂ ਜਿਹੜਾ ਤੁਸੀਂ ਗਾਇਆ ਉਹਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਹਨ ਉਹ 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 ਗਾਣੇ ਦੀ ਕੰਪੋਜੀਸ਼ਨ ਵੀ ਬੜੀ ਕਮਾਲ ਸੀ ਜਤਿੰਦਰ ਸ਼ਾਹ ਨੇ ਮਿਊਜ਼ਿਕ ਵੀ ਐਸਾ ਕੀਤਾ ਸੀ ਇਹ ਕਿਵੇਂ ਸਵਾਬ ਬਣਿਆ ਫਿਰ ਤੁਹਾਡੀ ਮੈਂ ਨਾ ਇੱਥੇ ਲਵ ਜੰਜਵਾ ਸਾਹਿਬ ਦਾ ਭੋਗ ਸੀਗਾ ਉਹਦਣ ਆਪਣੇ ਖਾਣੇ ਅੱਛਾ ਤੇ ਮੈਨੂੰ ਗਿੱਪੀ ਗਰੀਵਾਲ ਸਾਹਿਬ ਕਹਿੰਦੇ ਕਿ ਪਾਜੀ ਮੈਂ ਮਿਲਣਾ ਤੁਹਾਨੂੰ ਬਾਅਦ ਚ ਮੇਰੇ ਮੈਂ ਗੱਲ ਕਰਨੀ ਹੈ ਮਿਲ ਕੇ ਜਾਇਓ ਮੈਂ ਕਿਹਾ ਜੀ ਠੀਕ ਹੈ ਕਹਿੰਦੇ ਮੈਂ ਇੱਕ ਗਾਣਾ ਆ ਫਿਰ ਮੈਂ ਇੱਕ ਬਣਾਈ ਆ ਤੇ ਉਹਦੇ ਚ ਗਾਣਾ ਇੱਕ ਟਾਈਟ ਟ੍ਰੈਕ ਕਰਨਾ ਕਰਨਾ ਹਨਾ ਮੈਂ ਕਿਹਾ ਜੀ ਕਿਉਂ ਨਹੀਂ ਉਹਨਾਂ ਨੇ ਮੈਂ ਕਿਹਾ ਮੈਨੂੰ ਸੁਣਾ ਦਿਓ ਕਹਿੰਦੇ ਨਹੀਂ ਉੱਥੇ ਤੁਸੀਂ ਸਟੂਡੀਓ ਹੀ ਆਇਓ ਤੇ ਮੈਂ ਸਟੂਡੀਓ ਚਲ ਗਿਆ ਉੱਥੇ ਨਾ ਜਤਿੰਦਰ ਸ਼ਾਹ ਜੀ ਬੈਠੇ ਨੇ ਮੈਨੂੰ ਸੁਣਾਇਆ ਗਾਣਾ ਗਾਣਾ ਕੁਦਰਤੀ ਉਹਦੀ ਕੰਪੋਜੀਸ਼ਨ ਉਹਦੀ ਬਹਿਰ ਬੜੀ ਅੱਛੀ ਸੀ ਉਹ ਗਾਣਾ ਮੈਂ ਜਦ ਗਾਉਣ ਲੱਗ ਪਿਆ ਤੇ ਮੈਨੂੰ ਜਤਿੰਦਰ ਸ਼ਾਹ ਜੀ ਕਹਿੰਦੇ ਹੋ ਗਿਆ ਹੋ ਗਿਆ ਭਾਜੀ ਹੋ ਗਿਆ ਅੱਛਾ ਹਨਾ ਅੱਧੇ ਘੰਟੇ ਚ ਗਾਣਾ ਨਹੀਂ ਤਾਂ ਲੈ ਜਾਂਦਾ ਘੰਟਾ ਇੱਕ 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 ਸਵਾ ਘੰਟਾ ਲੇ ਜਾਂਦਾ ਗਾਲਾ ਗੋਲਾ ਗਰਮ ਹੋਣਾ ਹੁੰਦਾ ਲੇਕਿਨ ਕੋਈ ਕੰਪਿਊਸ਼ਨ ਐਸੀ ਹੁੰਦੀ ਤੁਹਾਡੇ ਦਿਮਾਗ 'ਚ ਵਸ ਜਾਂਦੀ ਹੈ ਹੋ ਗਿਆ ਆਪਣਾ ਗਿੱਪੀ ਪਿੱਛੇ ਬੈਠਾ ਸੀ ਹਨਾ ਗੱਡੀ ਵਾਲਾ ਸਰ ਕਹਿੰਦਾ ਗੱਡ ਰਣ ਦੇ ਹੋਰ ਗੱਲਣ ਦੇ ਭਾਵੇਂ ਕੋਈ ਮੈਨੂੰ ਬਸ ਗੱਲਾਂ ਲੰਦੇ ਹੋਰ ਫਿਰ ਉਹ ਚ ਐਸੀਆਂ ਦੋ ਚਾਰ ਹਰਕਤਾਂ ਮੈਂ ਲਈਆਂ ਤੇ ਉਹ ਬੜਾ ਬਾਤਰੀ ਕਰਦਾ ਗਿੱਪੀ ਗੇਰੇ ਵਾਲ ਨਾਲ ਤੁਹਾਡੀ ਪਹਿਲੀ ਮੁਲਾਕਾਤ ਕਦੋਂ ਹੋਈ ਮੈਨੂੰ ਲੱਗਦਾ ਕਿ ਮੇਲੇਆਂ ਮੂਲਿਆਂ ਤੇ ਉਹ ਹੁੰਦੀ ਰਹੀ ਆ ਸ਼ਾਇਦ ਮੈਂ 2004 'ਚ ਗਿਆ ਸੀਗਾ ਉੱਥੇ ਅਮਰੀਕਾ ਉਹ ਤੇ ਸਾਡਾ ਮਿੱਤਰ ਇੱਕ ਭਿੰਦਾ ਉਹਦਾ ਭਤੀਜਾ ਨਾ ਉਹਦਾ ਬਿਲਕੁਲ ਸ਼ਕਲ ਗਿੱਪੀ ਘਰੇ ਵਾਲ ਵਰ ਗਿਆ ਤੇ ਮੈਂ ਤੇ ਬਲਕਾਰ ਸੀਗੇ ਤੇ ਬਲਕਾਰ ਸਿੱਧੂ ਸਾਹਿਬ ਕਹਿੰਦੇ ਮੈਨੂੰ ਗਿੱਪੀ ਘਰੇ ਵਾਲ ਵਰਗਾ ਮੁੰਡਾ ਹਨਾ ਮੈਂ ਵੀਡੀਓ ਦੇਖਿਆ ਸੀ ਗਿੱਪੀ ਦਾ ਉਹ ਹਨਾ ਤੇ ਉਸ ਤੋਂ ਬਾਅਦ ਫਿਰ ਚੱਲੋ ਹੌਲੀ ਹੌਲੀ ਇਦਾਂ ਮਿਲਣਗੇ ਲੈ ਸ਼ੁਰੂ ਹੋ ਗਏ ਗਿੱਪੀ ਤੋਂ ਮੈਨੂੰ ਹੁਣ ਵਾਲਾ ਵਿਵਾਦ ਯਾਦ ਆ ਗਿਆ ਹੈ ਕਲਾਕਾਰਾਂ ਨੂੰ ਜਿਹੜੇ ਧਮਕੀਆਂ ਵਾਲਾ ਕੰਮ ਸ਼ੁਰੂ ਹੋਇਆ ਹੋਇਆ ਇਹਨੂੰ ਤੁਸੀਂ ਤੁਹਾਡਾ ਨਜ਼ਰੀਆ ਕੀ ਹੈ ਇਹਦੇ ਬਾਰੇ ਵੈਸੇ ਤੇ ਉਹਨੂੰ ਉਹਦੇ ਨਾਲ ਤਾਂ ਨਹੀਂ ਮੈਨੂੰ ਲੱਗਦਾ ਕਿ ਉਹ ਨੂੰ ਆਉਣੀ ਚਾਹੀਦੀ ਕਿਉਂਕਿ ਜਿਹੜਾ ਬੰਦਾ ਕੰਟਰੋਵਰਸੀ ਚ ਹੀ ਨਹੀਂ ਆਉਂਦਾ ਕਦੇ ਮੈਨੂੰ ਲੱਗਿਆ ਲੱਗਦਾ ਨਹੀਂ ਕਿ ਕੰਟਰੋਵਰਸੀ ਚ ਆਉਂਦਾ ਹੋਊਗਾ ਉਹ ਕਦੇ ਸੁਣਿਆ ਵੀ ਨਹੀਂ ਮੈਂ ਕਦੇ ਜਾ ਕੰਟਰੋਵਰਸੀ ਜਿਹੜੇ ਫਿਰ ਦਬਕੇ ਦੁਬਕੇ ਇੱਕ ਦੋ ਜੁਰਮਾਰਤੇ ਰਹਿੰਦੇ ਕਦੇ ਨਾ ਕਦੇ ਕੋਈ ਪਤਾ ਨਹੀਂ ਹੁੰਦਾ ਵੀ ਆ ਕਿ ਨਹੀਂ ਹੁੰਦਾ ਫੋਨ ਮੈਨੂੰ ਪਤਾ ਨਹੀਂ ਡਾ ਠੀਕ ਹੈ ਹੂੰ ਫਿਰ ਅਰਦਾਸ ਵੈਸੇ ਵੈਸੇ ਗਾਉਣ ਵਾਲੇ ਪਾਸੇ ਧਿਆਨ ਰੱਖ ਮੈਂ ਤੇ ਮੇਰਾ ਤਾਂ ਦੁਦਰੇ ਧਿਆਨ ਹੈ ਬਾਕੀ ਦੀ ਕਿਰਪਾ ਕੀਤੀ ਹੋਈ ਹੈ ਨਹੀਂ ਠੀਕ ਹੈ ਤੁਹਾਡੀ ਗੱਲ ਮੈਂ ਤੇ ਰਾਮ ਨਾ ਜਾਨਾ ਪ੍ਰੋਗਰਾਮ ਕਰਕੇ ਵਾਪਸ ਕਰ ਜਾਂ ਸਟੂਡੀਓ ਤੇ ਮੈਨੂੰ ਫੋਨ ਕਰ ਪਾਜੀ ਗਾਣਾ ਇੱਕ ਫਿਲਮ ਦਾ ਕਰਨਾ ਜੇ ਟਾਈਟਲ ਤੋਂ ਕਈ ਗਾਣੇ ਕੀਤੇ ਹੁੰਦੇ ਆ ਮੈਂ ਹਨਾ ਉਹਨਾਂ ਨੂੰ ਕਹਿੰਦੇ ਯਾਰ ਆਲਰੇਡੀ ਏਡਾ ਵਧੀਆ ਗਾਣਾ ਗਾਇਆ ਹੋਇਆ ਮੁੰਡੇ ਨੇ ਜਿਹਨੇ ਵੀ ਗਾਇਆ ਕਹ ਕਰਦੇ ਹਾਂ ਫਿਰ ਤੁਸੀਂ ਅਰਦਾਸ ਕਰਾਂ ਚ ਵੀ ਤੁਸੀਂ ਜਿਹੜਾ ਮੇਨ ਜਿਹੜਾ ਗਾਣਾ ਉਹ ਹਾਂ ਉਹ ਹੈਪੀ ਹੈਪੀ ਰਾਈ ਕੋਟੀ ਦਾ ਉਹ ਬੜਾ ਹੈਪੀ ਰਾਈ ਕੋਟੀ ਉਹ ਗਾਣਾ ਉਹ ਗਾਣੇ ਤੱਕ ਫਿਰ ਕਿਵੇਂ ਤੁਹਾਡੇ ਤੱਕ ਪਹੁੰਚ ਰਹੀ ਉਹਨਾਂ ਦੀ ਉਹ ਗਾਣਾ ਵੀ ਮੈਨੂੰ ਜਤਿੰਦਰ ਸ਼ਾਹ ਜੀ ਭੇਜ ਦਿੰਦੇ ਹੁੰਦੇ ਆ ਭਾਜੀ ਇੱਕ ਆ ਵੀ ਗਾਣਾ ਕਰ ਕਰਨਾ ਹੈਪੀ ਦਾ ਬਹੁਤ ਅੱਛਾ ਲਿਖਿਆ ਹੋਇਆ ਮੈਂ ਕਿਹਾ ਮੈਨੂੰ ਭੇਜ ਦਿਓ ਮੈਂ ਸੁਣ ਲੈਂਦਾ ਫਿਰ ਉਹ ਗਾਣਾ ਉਹ ਮੈਂ ਇਥੋਂ ਡੱਬ ਕਰਕੇ ਭੇਜਿਆ ਸ਼ਾਹ ਜੀ ਨੂੰ ਪਸੰਦ ਰਹੀਆਂ ਆ ਮੈਂ ਕਿਹਾ ਗੱਪੇ ਗਾਣਾ ਤਾਂ ਇਦਾਂ ਹੀ ਗਾਇਆ ਜਾਣਾ ਮੈਂ ਇਦਾਂ ਹੀ ਗਾਉਣਾ ਨਹੀਂ ਮੈਂ ਆਪਣੇ ਮੇਰੇ ਸਾਹਮਣੇ ਆ ਕੇ ਗਾਉਣਾ ਫਿਰ ਉਹਨਾਂ ਨੂੰ ਹੁੰਦਾ ਕਿ ਮੈਂ ਆਪ ਡੱਬਿੰਗ ਕਰਾਇਆ ਇਹਨਾਂ ਦੀ ਹੈ ਨਾ ਸਿਨੇਮਾ ਵਿੱਚ ਸਭ ਤੋਂ ਵੱਧ ਭਾਵਕ ਲੋਕ ਤੁਹਾਡੇ ਉਸੇ ਉਸੇ ਇਹਨਾਂ ਗਾਣਿਆਂ ਤੇ ਲੋਕ ਹੁੰਦੇ ਮੇਰੀ ਖੁਸ਼ਕਿਸਮਤੀ ਹੈ ਬਾਬੇ ਜੀ ਮੈਂ ਜੀਬ ਗੁਜ਼ਾਰਿਸ਼ ਕਰਦਾ ਕਿ ਅਰਦਾਸ ਕਰਾਂ ਦਾ ਇੱਕ ਅੰਤਰਾ ਸੁਣਾਓ ਹਾਂਜੀ ਸਿਰ ਧਕਣਾ ਬਣਾਓ ਕਹਦੀ ਸੁਣਾ ਦੇ ਚਲੋ ਜੀ ਮਾਫੀ ਮੰਗਦੇ ਆਂ ਸੋਤਿਆਂ ਤੋਂ ਜੀ ਅਰਦਾਸ ਕਰਾਂ ਅਰਦਾਸ ਕਰਾਂ ਹਰ ਸਾਜ਼ ਕਰਾਂ ਮੇਰੇ ਪ੍ਰੀਤਮ ਜੀਓ ਦਾਤਾ ਤੂੰ ਬਖਸ਼ਣ ਹਾਰਾ ਸਤਗੁਰੂ ਤੂੰ ਬਖਸ਼ਣ ਹਾਰਾ ਕਰੇ ਸਭ ਦਾ ਪਾਰ ਉਤਾਰਾ ਮੇਰੇ ਪ੍ਰੀਤਮ ਜੀਓ ਅਰਦਾਸ ਕਰਾਂ ਅਰਦਾਸ ਕਰਾਂ ਹਰ ਸਾਜ਼ ਕਰਾਂ ਮੇਰੇ ਪ੍ਰੀਤਮ ਇਜਦੀ ਘਰ ਹੈ ਤੁਹਾਡਾ ਫਗਵਾੜੇ ਨਹੀਂ ਮੇਰਾ ਘਰ ਹੈਗਾ ਅਕਾਲਗੜ ਪਿੰਡ ਹੈ ਗੜਸ਼ੰਕਰ ਦੇ ਕੋਲ ਤਹਿਸੀਲ ਗੜਸ਼ੰਕਰ ਹੈ ਜ਼ਿਲ੍ਹਾ ਹੁਸ਼ਿਆਰ ਪਰ ਜੀ ਤੇ ਜਦੀ ਪਿੰਡ ਜਦੀ ਘਰ ਪਿੰਡ ਚ ਇੱਥੇ ਕਦੋਂ ਮੂਹ ਹੋਏ ਤੁਸੀਂ ਇੱਥੇ 98 ਚ ਠੀਕ ਹੈ 98 ਚ ਮੈਂ ਫਗਵਾੜੇ ਆ ਗਿਆ ਸੀ ਇਹ ਘਰ ਮੈਂ ਬਣਾਇਆ 2004 ਚ ਠੀਕ ਹੈ ਤੇ ਫੈਮਲੀ ਚ ਭਾਜੀ ਹੁਣ ਕੌਣ ਕੌਣ ਤੁਹਾਡੇ ਫੈਮਲੀ ਚ ਗਿਟਿਆ ਰਾਣੀ ਬੇਟਾ ਤੇ ਸਿੰਘਣੀ ਵੇਰੀ ਤੇ ਉਹ ਵੀ ਮੇਰੇ ਨਾਲ ਹੀ ਹਨ ਸਾ ਬੇਰੀ ਅਨਫੋਰਚੂਨੇਟ ਭਾਜੀ ਮੈਨੂੰ ਗੱਲ ਬੜੀ ਮੈਂ ਪੱਟੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਸੰਦੀਪ ਭਾਜੀ ਹੋਰਣਾ ਮੈਂ ਕਿਹਾ ਵੀ ਆਮ ਤੌਰ ਤੇ ਜਦੋਂ ਕੋਈ ਮੌਤ ਹੁੰਦੀ ਸੀ ਨਾ ਕਿਸੇ ਦੇ ਤੇ ਨਛੱਤਰ ਭਾਈ ਦਾ ਗਾਣਾ ਸਿਵਾ ਨਾ ਸਿਵਾ ਹਵੇਸ਼ਾ ਉਹਦੇ ਤੇਰੀਲਾਂ ਲੋਕਾਂ ਨੇ ਬਣਾ ਬਣਾ ਕੇ ਪਾਉਣੀਆਂ ਭਾਜੀ ਮੈਂ ਉਹਦੇ ਇੰਨਾ ਇਮੋਸ਼ਨਲ ਹੋਇਆ ਜਿੱਦੇ ਭੈਣ ਜੀ ਹੋਰੀ ਐਕਸਪਾਇਰ ਹੋਏ ਤੇ ਜਦੋਂ ਜਦੋਂ ਅਰਥੀ ਤੁਸੀਂ ਲੈ ਕੇ ਜਾ ਰਹੇ ਹੋ ਤਾਂ ਉਹ ਤੁਹਾਡੇ ਗੀਤ ਚੱਲ ਰਹੇ ਹਾਂ ਮੇਰੇ ਚੱਲ ਰਿਹਾ ਤੇ ਮਤਲਬ ਬੜਾ ਔਖਾ ਬਰੀ ਅਨਫੋਰਚੂਨੇਟ ਮਤਲਬ ਦੇਖੋ ਤੁਸੀਂ ਕਿਹਦਾ ਮੇਰੇ ਲਈ ਨਾ ਭੁੱਲਣ ਵਾਲਾ ਕਿਉਂਕਿ 14 ਨੂੰ ਮੇਰੀ ਬੇਟੀ ਦੀ ਸ਼ਾਦੀ ਸੀ ਤੇ 23 ਨੂੰ ਬੇਟੇ ਦੀ ਸੀ ਅਸੀਂ ਸ਼ਿਫਟ ਕਰਕੇ 17 ਦੀ ਕਰ ਲਈ ਕਿ 17 ਗਰਾਂ ਬਿਮਾਰ ਸੀ ਕਿ ਜ਼ਿਆਦਾ ਹਨਾ ਤੇ 14 ਨੂੰ ਮਟਿਆ ਦਾ ਵਿਆਹ ਤੇ 15 ਨੂੰ ਮੇਰਾ ਜਨਮ ਦਿਨ ਸ਼ਾਮੀ ਕੇਕ ਕੱਟਦੇ ਆ ਤੇ 12 ਵਜੇ ਉਸੇ ਦਿਨ ਮੈਂ ਉਹ ਦਿਨ 15 ਤੇ ਵੈਸੇ ਨਹੀਂ ਭੁੱਲ ਸਕਦਾ ਕਦੇ ਹਨਾ ਅਸੀਂ ਕਹਿੰਦੇ ਤੇ ਹੈਗੇ ਕਿ ਉਹ 16 ਤਰੀਕ ਅਸੀਂ ਵੈਸੇ ਮੈਨੂੰ ਪਤਾ ਕਿ ਉਹ 15 ਤਰੀਕ ਹੀ ਸੀ ਸਾਡੀ ਦੋਹਾਂ ਦੀ ਮੇਰੇ ਜਨਮ ਦਿਤੇ ਉਹਦੀ ਜਨਮ ਲਾਈਫ ਪਾਰਟਨਰ ਤਾਂ ਚਾਹੇ ਬੰਦਾ ਤੁਰ ਜੇ ਚਾਹੇ ਔਰਤ ਤੁਰ ਜੇ ਦੋਵਾਂ ਜੀਆਂ ਦੇ ਲਈ ਔਖਾ ਹੈ ਪਰ ਨਛੱਤਰ ਭਾਜੀ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਕਹਿੰਦੇ ਜਦੋਂ ਔਰਤ ਜਾਂਦੀ ਹੈ ਤਾਂ ਵਿਅਕਤੀ ਦੇ ਲਈ ਵੀ ਬਹੁਤ ਕਹ ਲਓ ਕਿ ਸਮਾਂ ਔਖਾ ਰਹਿੰਦਾ ਨਹੀਂ ਤੁਹਾਨੂੰ ਕਦਰ ਕਈ ਵਾਰੀ ਨਾ ਬੰਦਾ ਜਾਣ ਤੋਂ ਬਾਅਦ ਪਤਾ ਲੱਗਦਾ ਜਾਣ ਤੋਂ ਬਾਅਦ ਪਤਾ ਲੱਗਦੀ ਹੈ ਤੁਸੀਂ ਜਦੋਂ ਹੁੰਦੀ ਤੁਹਾਨੂੰ ਕਮੀ ਤਾਂ ਚਲੋ ਸੁਭਾਵਿਕ ਹੈ ਮਹਿਸੂਸ ਹੁੰਦੀ ਹੋਣੀ ਹੈ ਪਰ ਸਭ ਤੋਂ ਵੱਧ ਕਿਹੜੀ ਗੱਲ ਤੁਸੀਂ ਯਾਦ ਕਰਦੇ ਹੋ ਮਨ ਲੱਗਦਾ ਤੁਸੀਂ ਇਕੱਲੇ ਰਹਿਣੇ ਹੁੰਦੇ ਸੀ ਹਾਂ ਮੈਂ ਇੱਥੇ ਇਕੱਲਾ ਉੱਥੇ ਤੇ ਚਲੋ ਬੱਚੇ ਹੁੰਦੇ ਕੋਲ ਇੱਥੇ ਤੇ ਤੁਹਾਨੂੰ ਐਡਾ ਵੱਡਾ ਘਰ ਉਹਨੇ ਆਪਣੇ ਹੱਥੀਂ ਬਣਾ ਤੇ ਉਹ ਖਾਣ ਨੂੰ ਆਉਂਦਾ ਹਨ ਅੰਦਰ ਵੜਨ ਨੂੰ ਦਿਲ ਨਹੀਂ ਕਰਦਾ ਫਿਰ ਫਿਰ ਰੋਲਨਾਂ ਫੋਟੋ ਮੋਰੀ ਜਾ ਕੇ ਅੱਧਾ ਘੰਟਾ ਗੱਲਾਂ ਕਰ ਲੈਂਦਾ ਫਿਰ ਸੌਂ ਜਾਂਦਾ ਫਿਰ ਸਵੇਰੇ ਉੱਠ ਕੇ ਪ੍ਰੋਗਰਾਮ ਤੇ ਜਾਣਾ ਹੁੰਦਾ ਮੈਂ ਕਹਿੰਦਾ ਉਹਨਾਂ ਅੱਗੇ ਤੋਂ ਯਾਰ ਕੱਪੜੇ ਵੀ ਆਪ ਹੀ ਪ੍ਰੈਸ ਕਰਨੇ ਪੈਂਦੇ ਹੁਣ ਤੇ ਮਤਲਬ ਸਾਰੇ ਕੰਮ ਫਿਰ ਆਪ ਆਪ ਹੀ ਤੁਹਾਨੂੰ ਕਰਨਾ ਪੈਂਦਾ ਮੈਂ ਮੈਂ ਵੈਸੇ ਆਪਣੇ ਕੰਮ ਜ਼ਿਆਦਾ ਆਪ ਹੀ ਕਰਦਾ ਕੱਪੜੇ ਆਪ ਹੀ ਪ੍ਰੈਸ ਕਰਦੇ ਮੈਂ ਸਾਰਾ ਸਮਾਨ ਤੇ ਉਹਦੀ ਜ਼ਿੰਮੇਵਾਰੀ ਹੁੰਦੀ ਸੀ ਉਹਨੇ ਮੈਂ ਕਿਤੇ ਰਾਹ ਚੋਂ ਜਾਂਦੇ ਨੇ ਕਿਤੇ ਫੋਨ ਕਰ ਕਰਨਾ ਤੇ ਉਹਨੇ ਕਹਿੰਦਾ ਹਾਂ ਕੁਛ ਰਹਿ ਗਿਆ ਮੇਰੇ ਤੋਂ ਭੁੱਲ ਮੈਂ ਕੁਛ ਭੁੱਲ ਗਈ ਰੱਖਣਾ ਮੈਂ ਕਿਹਾ ਨਹੀਂ ਨਹੀਂ ਮੈਂ ਪਹੁੰਚ ਗਿਆ ਤੈਨੂੰ ਇਹ ਦੱਸਣਾ ਸੀ ਤੇ ਮੈਂ ਪ੍ਰੋਗਰਾਮ ਤੇ ਸੀਗਾ ਜਦੋਂ ਹਨਾ ਥੋੜੇ ਦਿਨ ਹੋਏ ਸੀ ਮੇਰੇ ਮਿੱਤਰਾਂ ਦਾ ਪ੍ਰੋਗਰਾਮ ਸੀ ਮੇਰਾ ਬੇਟਾ ਨਾਲ ਗਿਆ ਹੋਇਆ ਸੀ ਨਾਲ ਨਾ ਪ੍ਰੋਗਰਾਮ ਤੇ ਤੇ ਮੈਂ ਫੋਨ ਦੇਖ ਰਿਹਾ ਬੇਟਾ ਕਹਿੰਦਾ ਪਾਪਾ ਕੀ ਦੇਖਦੇ ਆ ਮੈਂ ਕਿਹਾ ਤੇਰੀ ਮਾਂ ਦਾ ਫੋਨ ਹੁਣ ਤੱਕ ਆ ਜਾਣਾ ਸੀ ਤੁਰਪੈ ਜਾਂ ਮੈਂ ਕਰ ਦੇਣਾ ਸੀ ਕਿ ਮੈਂ ਚੱਲਣ ਲੱਗਿਆ ਸੋ ਸਾਰਾ ਕੁਛ ਨਾਲ ਹੀ ਚਰੇਗਾ ਕੋਈ ਗਾਣਾ ਤੁਸੀਂ ਉਹਨਾਂ ਦੇ ਜਿਉਂਦਿਆਂ ਉਹਨਾਂ ਨੂੰ ਕੋਈ ਡੈਡੀਕੇਟ ਕੀਤਾ ਸੀ ਸਾਰੇ ਗਾਣੇ ਉਹਦੇ ਲਈ ਸੀ ਨਾ ਗਾਣਾ ਹੀ ਉਹ ਤਾਂ ਉਹਨਾਂ ਦੀ ਕੋਈ ਸਪੈਸ਼ਲ ਫਰਮਾਇਸ਼ ਹੁੰਦੀ ਸੀ ਤੁਸੀਂ ਘਰੇ ਆਉਣਾ ਬੈਠਣਾ ਨਹੀਂ ਉਹ ਐਕਚੁਅਲੀ ਉਹਨੂੰ 뮤ਜ਼ਿਕ ਮੈਂ ਦੇਖੋ ਤੁਸੀਂ ਕਿੱਡਾ ਆਪੋਜ਼ਿਟ ਹੈ 뮤ਜ਼ਿਕ ਨਾਲ ਬਹੁਤਾ ਪਿਆਰ ਨਹੀਂ ਸੀ ਉਹਨੂੰ ਅੱਛਾ ਹਾਂ ਬਹੁਤਾ ਪਿਆਰ ਨਹੀਂ ਸੀ ਉਹਨੂੰ ਉਹਨੂੰ ਇਦਾਂ ਸੀ ਕਿ ਆ ਵੀ ਗਾਣਾ ਤੁਹਾਡਾ ਚੰਗਾ ਆ ਵੀ ਨੈਣ ਨੈਣ ਵਾਲਾ ਵੀ ਚੰਗਾ ਛੱਡ ਕੇ ਨਾ ਜਾ ਚੰਗਾ ਮਹਿੰਗਾ ਪਿਆ ਕੈਨੇਡਾ ਉਹਨੂੰ ਬੜਾ ਬਾਅਦ ਚ ਸੀਗਾ ਕਿ ਸਾਨੂੰ ਸੱਚੀ ਕੈਨੇਡਾ ਮੈਨੂੰ ਲੱਗਦਾ ਮਹਿੰਗਾ ਹੀ ਪੈ ਚੱਲਿਆ ਕਿ ਮੈਂ ਬਿਮਾਰ ਹੋ ਗਈ ਇੱਥੇ ਆ ਕੇ ਹਨਾ ਸੋ ਇਹ ਕੰਪੋਜੀਸ਼ਨ ਜਦੋਂ ਮੈਂ ਕਰਦਾ ਸੀ ਮੈਂ ਤੇ ਗੁਰਮੀਤ ਬਾਜੀ ਜ਼ਿਆਦਾ ਕੰਪੋਜੀਸ਼ਨ ਕਰਦੇ ਸੀ ਬਹਿ ਕੇ ਨਾ ਤੇ ਜਦੋਂ ਮੈਂ ਮੈਂ ਇੱਕ ਐਲਬਮ ਸਾਰੀ ਇੱਥੇ ਬਹਿ ਕੇ ਤਿਆਰ ਕੀਤੀ ਮੈਂ ਬਾਈਚਾਂਸ ਮੇਰੇ ਉਦੋਂ ਫ੍ਰੈਕਚਰ ਆਇਆ ਸੀ ਤੇ ਮੈਂ ਤੇ ਗੁਰਮੀਤ ਬਾਜੀ ਨੇ ਸਾਰੀ ਐਲਬਮ ਬਹਿ ਇੱਥੇ ਬਹਿ ਕੇ ਤਿਆਰ ਕੀਤੀ ਤੇ ਉਸ ਨੂੰ ਕਹਿੰਦੇ ਸੀ ਕਿ ਇਹ ਕੰਪੋਜੀਸ਼ਨਾਂ ਬੜੀਆਂ ਚੰਗੀਆਂ ਤੁਹਾਡੀਆਂ ਇਸ ਵਾਰ ਉਹ ਲੰਘ ਸੀ ਸਾਰੀ ਸਾਰੀ ਐਲਬਮ ਦੀਆਂ ਕੰਪੋਜੀਸ਼ਨਾਂ ਹੀ ਅਲੱਗ ਸੀਗੀਆਂ ਟੈਕਨੀਕਲ ਟੈਕਨੀਕਲੀ ਅਸੀਂ ਸਥਾਈ ਤੋਂ ਬਾਅਦ ਅੰਤਰਾ ਉੱਚਾ ਬਣਾਉਣੇ ਆ ਜੀ ਜੀ ਤੇ ਉਹ ਐਲਬਮ ਚ 6 ਗਾਣੇ ਐਸੇ ਸੀਗੇ ਅੱਖੀਆਂ ਚ ਪਾਣੀ ਵਾਲੀ ਐਲਬਮ ਚ ਹੈਨਾ ਉਹਦੇ ਚ ਅੰਤਰਾ ਹਮੇਸ਼ਾ ਨੀਵੇਂ ਸੁਰ ਤੋਂ ਸ਼ੁਰੂ ਕਰਦੇ ਸੀ ਸੀ ਉਹਦੇ ਉਹਦੇ ਚ ਅਲੱਗ ਸੀਗਾ ਕੰਪੋਜੀਸ਼ਨ ਦਾ ਸਟਾਈਲ ਸੋ ਮੈਨੂੰ ਲੱਗਦਾ ਕਿ ਆਰਿਆਂ ਦੀ ਲੋ ਹੋਣ ਵਾਲੀ ਆ ਮੈਂ ਉਹ ਬਾਅਦ ਚ ਸੁਣੂੰਗਾ ਪਰ ਮੈਂ ਚਾਹੂੰਗਾ ਕਿ ਸੌ ਰੱਬ ਦੀ ਬਿਸ਼ਨ ਕਰੇ ਸਾਨੂੰ ਬੈਂਗਿਆ ਕੈਨੇਡਾ ਉਹਦੇ ਤੁਸੀਂ ਦੋ ਅੰਤਰੀ ਸੁਣਾ ਦੇ ਕਿਉਂਕਿ ਹਾਲਾਤ ਹੁਣ ਇਹੋ ਜਿਹੇ ਆ ਵੀ ਰਿਵਰਸ ਮਾਈਗ੍ਰੇਸ਼ਨ ਦਾ ਦੌਰ ਬੜਾ ਚੱਲ ਰਿਹਾ ਹੈ ਹਾਂ ਮੈਂ ਰੋਜ਼ ਹੀ ਦੇਖਦਾ ਕੋਈ ਨਾ ਕੋਈ ਬੰਦਾ ਇੱਥੇ ਫੇਸਬੁੱਕ ਤੇ ਆਇਆ ਹੁੰਦਾ ਕਿ ਉਹ ਵੀ ਕੈਨੇਡਾ ਛੱਡ ਕੇ ਆ ਗਿਆ ਹੈਨਾ ਆਪਣੀ ਵੀ ਤਿਆਰੀ ਹੈ ਚਲੋ ਵੈਰੀ ਗੁੱਡ ਵੈਲਕਮ ਹਾਂ ਜੱਟ ਕਮਲੇ ਦੀ ਮਤ ਮਾਰੀ ਗਈ ਨਾਲੇ ਭੋਏ ਗਈ ਸਰਦਾਰੀ ਗਈ ਆਪਣੇ ਜੰਮੇ ਹੀ ਹੁਣ ਸਾਨੂੰ ਝਾਕਣ ਟੇਡਾ ਟੇਡਾ ਸੋ ਰੱਬ ਦੀ ਬਿਸ਼ਨ ਕਰੇ ਸੋ ਰੱਬ ਦੀ ਬਿਸ਼ਨ ਕਰੇ ਸਾਨੂੰ ਮਹਿੰਗਾ ਪਿਆ ਕੈਨੇਡਾ ਕਿ ਪਿੰਡ ਬੜੇ ਠਾਠ ਨਾਲ ਰਹਿੰਦੇ ਸੀ ਸਭ ਸਾਬਜੀ ਸਾਬਜੀ ਕਹਿੰਦੇ ਸੀ ਖਾ ਪੀ ਢੋਲੇ ਦੀਆਂ ਲਾਉਂਦੇ ਸੀ ਮਰਜ਼ੀ ਨਾਲ ਹੀ ਉੱਠਦੇ ਬੈੰਦੇ ਸੀ ਮਾੜੀ ਕਿਸਮਤ ਵਜਿਆ ਆ ਕੇ ਕਿਹੜੀ ਉਮਰੇ ਠੇਢਾ ਸੋ ਰੱਬ ਦੀ ਬਿਸ਼ਨ ਕਰੇ ਉਹ ਚਕੰਦਰਾ ਕਿ ਤੂੰ ਹੀ ਸੀ ਬਹੁਤੀ ਕਾਲੀਨੀ ਅਖੇ ਇੱਕ ਤੋਂ ਬਣਦੇ 40 ਨਹੀਂ ਉਹ ਤਾਂ ਖੈਰ ਕੰਮ ਹੀ ਨਹੀਂ ਕੀਤਾ ਉੱਥੇ ਜਾ ਕੇ ਹਨਾ ਤੇ ਉਹਨੇ ਸੇ ਕਿਹਾ ਨਹੀਂ ਨਹੀਂ ਬੱਚਿਆਂ ਦਾ ਫਿਊਚਰ ਸੈੱਟ ਹੋ ਜਾਊਗਾ ਨਹੀਂ ਤਾਂ ਆਇਲਟਸ ਕਰਕੇ ਇੱਥੋਂ ਜਾਣਗੇ ਬੱਚੇ ਦੂਰ ਰਹਿਣਗੇ ਹੁਣ ਤਾਂ ਚਲੋ ਸੈਲਫ EMPLOYE ਦਾ ਸਾਡਾ ਬਣ ਗਿਆ ਆਪਾਂ ਜਾਣੇ ਆ ਸੋ ਮੈਂ ਕਿਹਾ ਮੈਂ ਕਿ ਤੂੰ ਹੀ ਸੀ ਬਹੁਤੀ ਕਾਲੀ ਨਹੀਂ ਅਖੇ ਇੱਕ ਤੋਂ ਬਣਦੇ 40 ਨਹੀਂ ਇੱਕ ਸਰਦਾਰ ਨਹੀਂ ਗੋਰਿਆ ਨੇ ਅੱਜ 베ਰੀਆਂ ਤੋੜਨ ਲਾ ਲਈ ਨਹੀਂ ਰਾਜ ਕਾਕੜੇ ਕੋਲੋਂ ਝੱਲੀਏ ਜ਼ੁਲਮ ਹੋ ਗਿਆ ਐਡਾ ਸੋ ਰੱਬ ਦੀ ਬਿਸ਼ਨ ਕਰੇ ਸੋ ਰੱਬ ਦੀ ਬਿਸ਼ਨ ਕਰੇ ਸਾਨੂੰ ਮਹੰਗਾ ਪਿਆ ਕਨੇਡਾ ਸੋ ਰੱਬ ਦੀ ਬਿੰਦਰ ਕਰੇ ਕੀ ਬਾਤ ਭਾਜੀ ਵੈਸੇ ਇਹ ਗੱਲ ਕਹੀ ਜਾਂਦੀ ਵੀ ਜਦੋਂ ਵੀ ਕਿਸੇ ਦੀ ਕੋਈ ਨਜ਼ਮ ਗੀਤ ਗਜ਼ਲ ਬੰਦੇ ਨੂੰ ਹੱਡ ਬੀਤੀ ਲੱਗਣ ਲੱਗ ਪਏ ਨਾ ਕਹਿੰਦੇ ਉਹ ਫਿਰ ਸਫਲ ਹੋ ਜਾਂਦੀ ਹੈ ਤੁਹਾਡੇ ਮੇਰੇ ਖਿਆਲ 90% ਜਿਹੜੇ ਗਾਣੇ ਆ ਉ ਲੋਕਾਂ ਨੂੰ ਆ ਹੀ ਲੱਗਦੇ ਵੀ ਇਹ ਮੇਰੇ ਵਾਸਤੇ ਆ ਚਾਹੇ ਉਹ ਇਸ਼ਕ ਮੁਹੱਬਤ ਵਾਲੇ ਗਾਣੇ ਸੀ ਤੁਹਾਡੇ ਚਾਹੇ ਉਹ ਤੁਹਾਡਾ ਪੀਸ ਆਉਂ ਸੀ ਮੈਂ ਨਾ ਪਰਸੋ ਚੌਥੇ ਇੱਕ ਮੇਲੇ ਦੇ ਸੀਗਾ ਇੱਕ ਦਿਨ ਮੈਂ ਪਹਿਲਾਂ ਇੱਕ ਮੇਲੇ ਤੇ ਗਿਆ ਸੀ ਮੇਰਾ 2004 ਦਾ ਗਾਣਾ ਸ਼ੌਂਕੀ ਸਾਹਿਬ ਦਾ ਬੇਟਾ ਉਹਨੇ ਇੱਕ ਨਾ ਮੈਨੂੰ ਬੁੱਕਰ ਆਇਆ ਸੀ ਉਧਰ ਸਾਡੇ ਪਿੰਡਾਂ ਨਾਮ ਹੁੰਦਾ ਗੜ ਸ਼ੰਕਰ ਇੱਕ ਗਾਣਾ 2004 ਦਾ ਮੈਨੂੰ ਉਹ ਮੁੰਡਾ ਮੋਹਰਿਓ ਆ ਗਿਆ ਫਰਮੈਸ਼ ਕਰਨ ਮੈਂ ਕਿਹਾ ਯਾਰ ਮੇਰੀ ਯਾਦ ਨਹੀਂ ਕਹਿੰਦਾ ਭਾਜੀ ਮੈਂ ਸੁਣਾ ਦਿੰਦਾ ਮੈਂ ਉਹਦੇ ਮੂੰਹ ਨੂੰ ਲਾਇਆ ਤੇ ਉਹਨੇ ਪਹਿਲਾਂ ਮੈਨੂੰ ਸਤਾਈ ਸੜਾਈ ਮੈਂ ਕਹਾਤੀ ਮੈਂ ਕਿਹਾ ਅੰਤਰਾ ਕਹਿੰਦਾ ਅ ਅੰਤਰਾ ਵੀਰੋ ਮੈਨੂੰ ਮੋਰ ਅੰਤਰਾ ਸੁਣਾਇਆ ਤੇ ਮੈਂ ਫਿਰ ਅੰਤਰਾ ਸੁਣਾਇਆ ਹਨਾ ਸੋ ਐਸੀ ਕਈ ਗੱਲਾਂ ਇੱਥੇ ਵੀ ਮੈਨੂੰ ਆ ਇੱਥੇ ਮੇਲਾ ਸੀਗਾ ਥੋੜੇ ਦਿਨ ਪਹਿਲਾਂ ਉਹ ਲੋਕ ਮੋਰੋ ਨਾ ਕਾਗਜ਼ ਤੇ ਜਾਂ ਰੁਮਾਲ ਤੇ ਲਿਖ ਕੇ ਫਰਮੇਸ਼ਨ ਪੁਰਾਣੀ ਹੈ ਉਦੋਂ ਐਲਬਮ ਦਾ ਜ਼ਮਾਨਾ ਸੀ ਪਹਿਲਾਂ ਹਾਂ ਉਹ ਪੂਰੀ ਦੀ ਪੂਰੀ ਜਦੋਂ ਤੁਸੀਂ ਕਿਤੇ ਵੀ ਜਾ ਆਪਣੇ ਟੇਪ ਰਿਕਾਰਡਰ ਚ ਜਾਂ ਗੱਡੀ ਚ ਜੋ ਸੁਣਦੇ ਸੀ ਤੇ ਪਹਿਲਾਂ ਤੋਂ ਲੈ ਕੇ ਆਖਰ ਤੱਕ ਪੂਰੀ ਦੀ ਪੂਰੀ ਉਹ ਚਾਹੀ ਵੀਡੀਓ ਆਇਆ ਉਹਦਾ ਜਾਂ ਨਹੀਂ ਆਇਆ ਉਹ ਗਾਣੇ तकरीबन ਸਾਰੇ ਯਾਦ ਹੁੰਦੇ ਸੀ ਸੋ ਉਹ ਲੋਕ ਨਾਲ ਨਾਲ ਜਿਹੜਾ ਮੈਨੂੰ ਅੰਤਰਾ ਕਦੇ ਭੁੱਲ ਵੀ ਜਾਂਦਾ ਸੀ ਨਾ ਮੂਰੇ ਯਾਦ ਕਰਾ ਦਿੰਦੇ ਆ ਕਿਉਂਕਿ ਜਿਹੜੇ ਗਾਣੇ ਤਾਂ ਤੁਸੀਂ ਰੋਜ਼ ਗਾਉਂਦੇ ਆ 2 2.5 ਘੰਟੇ ਦਾ ਮੈਟਰ ਉੱਤੇ ਤੁਹਾਨੂੰ ਯਾਦ ਹੁੰਦਾ ਕਈ ਲੋਕਾਂ ਨੂੰ ਐਸੇ-ਐਸੇ ਗਾਣੇ ਜਿਹੜੇ ਫਰਮਾਇਸ਼ ਆਉਂਦੇ ਜਿਹੜੇ ਮੈਨੂੰ ਯਾਦ ਹੀ ਨਹੀਂ ਉਹ ਕਈ ਵਾਰ ਮੈਂ ਲਿਖੇ ਵੀ ਨਹੀਂ ਹੁੰਦੇ ਨਹੀਂ ਤਾਂ ਕਾਪੀ ਤੇ ਲਿਖਿਆ ਹੀ ਹੁੰਦਾ ਨਾ ਉਹ ਲਿਖਿਆ ਵੀ ਨਹੀਂ ਹੁੰਦਾ ਫਿਰ ਮੋਰੋ ਮੈਨੂੰ ਯਾਦ ਪਾਜੀ ਯਾਰ ਉਹ ਇੱਕ ਵਾਰਾ ਗਾਣਾ ਸੀ ਆਦੋ ਪਲ ਬਹਿ ਜਾ ਕੋਲ ਸ਼ਾਇਦ ਦਿਲ ਹੌਲਾ ਹੋ ਜਾਵੇ ਤੇਰਾ ਵੀ ਦਿਲ ਟੁੱਟਿਆ ਏ ਮੈਨੂੰ ਵੀ ਕਿਸੇ ਨੇ ਲੁੱਟਿਆ ਏ ਆਜਾ ਦੁੱਖ ਸੁੱਖ ਆਜਾ ਦੁੱਖ ਸੁੱਖ ਲਈਏ ਫੋਲ ਸ਼ਾਇਦ ਦਿਲ ਹੌਲਾ ਹੋ ਜਾਵੇ ਆਦੋ ਪਲ ਬਹਿ ਜਾ ਕੋਲ ਸ਼ਾਇਦ ਕਈ ਵਾਰੀ ਉਸ ਟਾਈਮ ਤੇ ਗਾਣਾ ਯਾਦ ਨਹੀਂ ਆਉਂਦਾ ਨਹੀਂ ਸੁਣੇ ਸੀ ਇੱਥੇ ਹਾਂ ਫਿਰ ਉਹ ਮੋਰੋ ਮੈਨੂੰ ਉਹਨਾਂ ਨੇ ਲਿਖ ਕੇ ਦਿੱਤਾ ਸਾਰਾ ਭਾਜੀ ਇਦਾਂ ਆ ਗਾਣਾ ਸੁਣਾ ਕੇ ਆ ਯਾਰ ਸੇ ਬੜੀੋਂ ਤੋਂ ਬੜੀ ਨਾ ਖੁਸ਼ੀ ਤੁਹਾਡਾ ਕੋਈ ਫੈਨ ਕੱਟੜ ਫੈਨ ਤੁਹਾਡਾ ਹੋਵੇ ਤੁਸੀਂ ਨਾਂ ਲੈਣਾ ਚਾਹੁੰਦੇ ਆਂ ਵੀ ਆ ਬੰਦਾ ਮੇਰੇ ਹਰ ਸ਼ੋਅ 'ਚ ਪਹੁੰਚਦਾ ਸੀ ਹੁਣ ਵੀ ਘਰੇ ਆਉਂਦਾ ਜਾਂ ਟੈਲੀਫੋਨਿਕ ਮੇਰੇ ਨਾਲ ਜੁੜਿਆ ਹੋਇਆ ਮੇਰੇ ਨਾਲ ਇੱਕ ਮੁੰਡਾ ਹੈਗਾ ਸ਼ਾਇਦ ਉਹ ਹੋਵੇਗਾ థਾਈਲੈਂਡ ਆ ਜਾਂ థਾਈਲੈਂਡ ਆ ਜਾਂ ਕਿਸੇ ਹੋਰ ਇਧਰ ਹੀ ਹਾਂਗਕਾਂਗ ਸਾਈਡ ਆ ਕੋਈ ਮੁੰਡਾ ਉਹ ਆਪਣੀ ਕਮਿਊਨਿਟੀ ਦਾ ਨਹੀਂ ਹੈਗਾ ਅੱਛਾ ਹਾਂ ਉਹ ਉਹਨੂੰ ਉਹਨੇ ਪੰਜਾਬੀ ਲਿਖਣੀ ਵੀ ਸਿੱਖ ਲਈ ਔਰ ਮੈਨੂੰ ਮੇਰੇ ਗਾਣਿਆਂ ਦਾ ਮਤਲਬ ਲਿਖ ਕੇ ਇੰਗਲਿਸ਼ ਚ ਟਰਾਂਸਲੇਟ ਕਰਕੇ ਨਾ ਪੰਜਾਬੀ ਤਾਂ ਨਹੀਂ ਲਿਖਦਾ ਲੇਕਿਨ ਉਹ ਇੰਗਲਿਸ਼ ਜਿਵੇਂ ਆਪਾਂ ਪੰਜਾਬੀ ਲਿਖੀਏ ਨਾ ਉਹ ਉਹਨੇ ਲਿਖਣਾ ਤੋਂ ਸასი ਕਾਲ ਡੈਲੀ ਲਿਖਣੇ ਸასი ਕਾਲ ਪਿਆਰਿਓ ਇਸੇ ਦਾ ਜੋ ਮੈਂ ਕਈ ਵਾਰ ਲੈਂਗੁਏਜ ਯੂਜ਼ ਕਰਦਾ ਨਾ ਨਾ ਉਹ ਮੈਨੂੰ ਫਿਰ ਮੈਂ ਮੈਂ ਅੰਗਰੇਜ਼ੀ ਚ ਕਮਜ਼ੋਰ ਉਹ ਮੈਂ ਉਹਨੂੰ ਕਈ ਵਾਰ ਮੈਂ ਕਿਹਾ ਇਹ ਮੁੰਡਾ ਯਾਰ ਹੈ ਚੀਨਾ ਇਹ ਜਾਣਦਾ ਕਿੰਦਾ ਸਾਰਾ ਕੁਝ ਉਹਨੇ ਫਿਰ ਪਤਾ ਨਹੀਂ ਉਹ ਉਹਦੀ ਕੋਈ ਇੱਥੇ ਆਉਂਦਾ ਰਹਿੰਦਾ ਉਹ ਕੁਝ ਵੇਚਦਾ ਨਾ ਉਹਦੇ ਇੱਥੋਂ ਕੋਈ ਭਾਦਸਰੋਂ ਤੋਂ ਉਹਦੇ ਕੋਲ ਦੋਸਤ ਹੈ ਉਹਦੇ ਕੋਲ ਰਹਿੰਦੇ ਉਹਨਾਂ ਨੇ ਟ੍ਰਾਂਸਲੇਟ ਕਰਕੇ ਉਹਨੂੰ ਦੱਸवलं ਗਾੜੇ ਮੇਰੇ ਤਕਰੀਬਨ ਸਾਰੇ ਉਹਨੇ ਮੇਰੀ ਹਰ ਜਿਹੜੀ ਪੋਸਟ ਸ਼ੇਅਰ ਕਰਨੀ ਵਰਨ ਐਨ ਜੀ ਐਨ ਜੀ ਜੂ ਉਹ ਤਾਂ ਸ਼ਹਿਰ ਦਾ ਨਾਮ ਹੈ ਨਾ ਅੱਛਾ ਅੱਛਾ ਤੇ ਉਹ ਫਿਰ ਮੈਨੂੰ ਇੱਥੇ ਮੇਰੇ ਪ੍ਰੋਗਰਾਮਾਂ 'ਚ ਸਪੈਸ਼ਲ ਆ ਕੇ ਮੈਨੂੰ ਮਿਲ ਕੇ ਗਿਆ ਉੱਥੋਂ ਹਾਂ ਅੱਛਾ ਦੋਹੇ ਗੱਲਾਂ ਇਕੱਠੀਆਂ ਸਾਂਝੀਆਂ ਕਰ ਦਿਓ ਵਾਪਸੀ ਦੀ ਖਬਰ ਤੁਸੀਂ ਦਿੱਤੀ ਹੈ ਇਹਦਾ ਵੀ ਤਫਸੀਲ ਕਰ ਦਿਓ ਤੇ ਗਏ ਕਿਉਂ ਸੀ ਵਜ੍ਹਾ ਕੀ ਬਣੀ ਗਏ ਇਸ ਕਰਕੇ ਸੀਗੇ ਕਿ ਬੱਚਿਆਂ ਦੀ ਪੜ੍ਹਾਈ ਬੇਟੀ ਦੀ ਕੰਪਲੀਟ ਹੋ ਗਈ ਸੀ ਤੇ بیٹے ਨੂੰ ਜਦੋਂ ਪਤਾ ਲੱਗਾ ਕਿ ਅਪਲਾਈ ਕਰਤਾ ਤੇ ਵੀਜ਼ਾ ਆਉਣ ਵਾਲਾ ਉਹਨੇ ਵਿਚਾਲੇ ਛੱਡ ਦਿੱਤੀ ਉਹ ਮੈਂ ਕਿਹਾ ਅਜੇ ਪੇਪਰ ਤੱਕ ਕੰਮ ਲਿਆ ਪੇਪਰ ਤੇ ਬੱਲ ਕੰਮ ਚੱਲ ਜਾਈ ਜਾਣਾ ਹੁਣ ਉੱਤੇ ਝਾਂਕੇ ਆਪੇ ਕਰ ਲਾਂਗੇ ਕੰਮ ਸੈਲਫ এমਪਲੋਏ ਦੀ ਜਿਹੜੀ ਸੀ ਕੈਟਾਗਰੀ ਉਹ ਜਦੋਂ ਤੁਹਾਨੂੰ ਇਹ ਇਦਾਂ ਸਿਮ ਕਬੂਲ ਹੋ ਜਾ ਕਿ ਆਰਟਿਸਟ ਕੋਟੇਜ ਮੇਰੇ ਖਿਆਲ ਉਹ ਫਿਰ ਮਿਲ ਜਾਂਦੀ ਫਿਰ ਮੈਂ ਕਿਹਾ ਕਿਉਂ ਜਾਣ ਦੇਣੀ ਆ ਮੈਂ ਉੱਥੇ ਰਹੂੰਗਾ ਜਾਂ ਨਹੀਂ ਰਹੂੰਗਾ ਥੋੜੇ ਜਿਹੜਾ ਦਿਨ ਪੂਰੇ ਕਰ ਰਹੇ ਹਾਂ ਕਰਕੇ ਮੈਂ ਵਾਪਸ ਆ ਜਾਇਆ ਕਰੂੰ ਦੋਹੀਂ ਪਾਸੇ ਕਿਉਂਕਿ ਕੰਮ ਚੱਲਦਾ ਰਹਿੰਦਾ ਨਾ ਮੈਂ ਕਿਹਾ ਬੱਚੇ ਉੱਥੇ ਸੈੱਟ ਹੋ ਜਾਣਗੇ ਤੇ ਸਿੰਘਣੀ ਨੂੰ ਮੈਂ ਕਿਹਾ ਤੁਸੀਂ ਨਿਆਣਿਆਂ ਦਾ ਪਤਾ ਦੇਖਭਾਲ ਕਰਨੀ ਜਾਣ ਦਾ ਤਰੀਕਾ ਇਹ ਸੀ ਅੱਛਾ ਵਾਪਸੀ ਵਾਪਸੀ ਦਾ ਹੱਲੇ ਕੋਈ ਪਤਾ ਨਹੀਂ ਵੈਸੇ ਤੇ ਸਭ ਗੱਲਾਂ ਹੀ ਕਰਦੇ ਹੁੰਦੇ ਆ ਕਿ ਮੈਂ ਆ ਜਾਣਾ ਆਉਂਦਾ ਕੋਈ ਨਹੀਂ ਬਹੁਤ ਹਿੰਮਤ ਕਰਨੀ ਪੈਂਦੀ ਆ ਤੁਸੀਂ ਬਹੁਤ ਬਹੁਤ ਚੰਗਾ ਬੋਲ ਕੇ ਰਹਿਣ ਲਈ ਲੇਕਿਨ ਇਹ ਆ ਕਿ ਮੇਰਾ ਕੰਮ ਜ਼ਿਆਦਾ ਇੱਥੇ ਹੁੰਦਾ ਕੈਨੇਡਾ ਵੀ ਹੁੰਦਾ ਲੇਕਿਨ ਇੱਥੇ ਜ਼ਿਆਦਾ ਹੁੰਦਾ ਫਿਰ ਤੁਸੀਂ ਉਹ ਪ੍ਰੋਗਰਾਮ ਛੱਡਨੇ ਪੈਂਦੇ ਆ ਫਿਰ ਸਭ ਤੋਂ ਵੱਡੀ ਗੱਲ ਕਿ ਤੁਹਾਡਾ ਜਿਹੜਾ ਤੁਸੀਂ ਜਿੱਥੇ ਜੰਮੇ ਪਲੇ ਆ ਤੁਹਾਡੇ ਮਿੱਤਰ ਚਾਰੇ ਜਿੱਧਰ ਨੂੰ ਮਰਜ਼ੀ ਚਾਕੇ ਗੱਡੀ ਚਲ ਜੰਨੇ ਆ ਜੇ ਇਹਨੂੰ ਮਰਜ਼ੀ ਫੋਨ ਕਰ ਲੈਣੇ ਆ ਉੱਥੇ ਤੁਹਾਡੇ ਕੋਲ ਬੜਾ ਲਿਮਿਟਡ ਦਾਰਾ ਹੁੰਦਾ ਤੁਸੀਂ ਕਿੱਥੇ ਰੋਜ ਹੀ ਕਿਹਨੂੰ ਜਾ ਕੇ ਕਹੋਗੇ ਮੈਂ ਆਉਣ ਲੱਗਾ ਯਾਰ ਚਾ ਚਾਹ ਪੀਂਦੇ ਹਨਾ ਕਿਸੇ ਕੋਲ ਟਾਈਮ ਨਹੀਂ ਹਰ ਬੰਦਾ ਉੱਥੇ ਬਹੁਤੇ ਲੋਕ ਭਾਜੀ ਇਹ ਵੀ ਕਹਿ ਦਿੰਦੇ ਆ ਉੱਥੇ ਪੰਜਾਬ ਤਾਂ ਮਾਹੌਲ ਠੀਕ ਨਹੀਂ ਹੈ ਜੀ ਸਰਕਾਰ ਮਾੜੀਆਂ ਜੀ ਲੋਆ ਨਾ ਆਰਡਰ ਠੀਕ ਨਹੀਂ ਹੈ ਤੁਸੀਂ ਪੰਜਾਬ ਦੇ ਤਤਕਾਲੀ ਹਾਲਾਤ ਨੂੰ ਕਿਵੇਂ ਵੇਨੇ ਮੈਨੂੰ ਤੇ ਹਾਲ ਦੀ ਘੜੀ ਤੇ ਠੀਕ ਲੱਗਦਾ ਕੁਝ ਐ ਐਡੀ ਗੱਲ ਨਹੀਂ ਜਿਹੜਾ ਕੋਈ ਪੰਗੇ ਲੈਂਦਾ ਉਹਨੂੰ ਕੁਝ ਉਹਨੂੰ ਚ ਲੋਕ ਗਾਲਾਂ ਕੱਢ ਦਿੰਦੇ ਹੋਣਗੇ ਹਨਾ ਉਹ ਤਾਂ ਤੁਸੀਂ ਜਿੱਦਾਂ ਉਹ ਤਾਂ ਤੁਸੀਂ ਜਿਹੜੇ ਮਰਜ਼ੀ ਮੌਲਕ ਚ ਰਹੋ ਉੱਥੇ ਵੀ ਇਦਾਂ ਹੁੰਦੀ ਹੈ ਉੱਥੇ ਮੈਂ ਮੈਨੂੰ ਕਿਸੇ ਨੇ ਕੋਈ ਫੋਨ ਆ ਗਿਆ ਗਲਤ ਮੈਂ ਪੁਲਿਸ ਨੂੰ ਕਾਲ ਕੀਤੀ ਤੇ ਇਹਦੇ ਵਿੱਚ ਫੋਨ ਨੰਬਰ ਚੇਂਜ ਕਰ ਲਓ ਮੈਂ ਕਿਹਾ ਯਾਰ ਮੇਰੇ ਕੰਮ ਵਾਲਾ ਫੋਨ ਕਿੱਦਾਂ ਚੇਂਜ ਕਰ ਲਾਂ ਤੁਸੀਂ ਸਿਰਫ ਤੁਹਾਨੂੰ ਟਿਕ ਟਕ ਕੱਟਣ ਨੂੰ ਰੱਖਿਆ ਭਈ ਓਵਰ ਸਪੀਡ ਹੈ ਤੇ ਕੱਟ ਦਿਓ 300 ਡਾਲਰ ਦੀ ਟਿਕਟ ਹੈ ਨਾ ਇੱਥੇ ਫਿਰ ਵੀ ਡਰਤੇ ਹੈ ਕਿਸੇ ਨੂੰ ਹੈ ਨਾ ਜੇ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਹੋ ਫਿਰ ਲੋਕਪਰੂ ਪੰਜਾਬੀ ਗੱਲਾਂ ਕਰਦੇ ਹੋ ਲੋਕ ਤੁਹਾਨੂੰ ਐ ਤਾਂ ਨਹੀਂ ਕਹਿੰਦੇ ਵੀ ਇਹਨਾਂ ਦਾ ਇਹਨਾਂ ਦਾ ਆੜੀ ਸੀਐਮ ਬਣ ਗਿਆ ਤਾਂ ਕਰਕੇ ਇਦਾਂ ਦੀਆਂ ਗੱਲਾਂ ਦੇਖੋ ਹਰ ਬੰਦਾ ਆੜੀ ਵਾਲੀ ਤਾਂ ਕੋਈ ਗੱਲ ਨਹੀਂ ਉਹ ਤਾਂ ਕੁਰਸੀ ਉਹ ਤਾਂ ਲੋਕ ਜਿਹਨੂੰ ਪਸੰਦ ਕਰਦੇ ਆ ਉਹਨੇ ਹੁਣ ਬਾਦਲਾਂ ਨਾਲ ਵੀ ਤੇ ਉਹ ਵੀ ਉਹ ਵੀ ਤੇ ਚਲੋ ਪੰਜਾਬੀ ਆ ਸਾਰੇ ਕਾਂਗਰਸ ਵਾਲੇ ਵੀ ਪੰਜਾਬੀ ਆ ਇੱਧਰ ਉਹਨਾਂ ਨੇ ਚਲੋ ਸੋ ਸਾਰੀ ਖੁਸ਼ੀ ਆ ਸਾਡੀ ਹਾਂ ਹੋਈ ਹੈ ਕਿਉਂਕਿ ਸਾਡੀ ਲਾਈਨ ਦੇ ਹੈਗੇ ਆ ਮਾਨ ਸਾਹਿਬ ਹਨਾ ਖੁਸ਼ੀ ਹੋਈ ਹੈ ਤੇ ਹੁੰਦੀ ਹੈ ਜੇ ਮੁੱਖ ਮੰਤਰੀ ਬਣਨ ਤੋਂ ਬਾਅਦ ਤੁਹਾਡੀ ਗੱਲਬਾਤ ਮੇਰੀ ਹੁੰਦੀ ਰਹਿੰਦੀ ਮੈਂ ਜਦੋਂ ਹੋਇਆ ਮਿਲਰਾ ਇਨਸੀਡੈਂਟ ਉਦੋਂ ਵੀ ਆਇਆ ਦੋ ਤਿੰਨ ਵਾਰੀ ਫੋਨ ਫਿਰ ਸ਼ੋਅ ਲਈ ਕਦੇ ਇਹਨਾਂ ਦਾ ਸਰਕਾਰੀ ਹੁੰਦਾ ਫਿਰ ਆ ਜਾਂਦਾ ਕਿੱਧਰੇ ਅੱਜ ਮੈਂ ਕਿ ਮੈਂ ਪਿੱਛੇ ਜੇ ਇੰਗਲੈਂਡ ਸੀਗਾ ਅੱਛਾ ਫਿਰ ਅੱਗੇ ਵਾਲਾ ਸ਼ੋਅ ਮੇਰਾ ਕਰਕੇ ਆਈ ਮੈਂ ਕਹਿੰਦਾ ਅੱਛਾ ਕਰੇ ਹਾਂਗਾ ਤੁਸੀਂ ਭਗਵੰਤ ਮਾਨ ਹੋਰਾਂ ਦੀ ਪਰਫਾਰਮੈਂਸ ਨੂੰ ਕਿਵੇਂ ਵੇਣਿਓ ਬੀਇੰਗ ਸੀਐਮ ਮੈਂ ਅਸਲ 'ਚ ਬਹੁਤਾ ਮੈਨੂੰ ਪੋਲੀਟੀਕਲ 'ਚ ਮੈਂ ਕਦੇ ਇੰਟਰਸਟ ਨਹੀਂ ਲਿਆ ਮੈਨੂੰ ਪੋਲੀਟਿਕਸ ਦਾ ਬਹੁਤ ਬਹੁਤ ਜ਼ਿਆਦਾ ਪਤਾ ਨਹੀਂ ਇਹ ਤਾਂ ਬਹੁਤ ਸੋਹਣਾ ਬਿਆਨ ਤੁਸੀਂ ਬੜਾ politcal ਸਟੇਟਮੈਂਟ ਦਿੱਤੀ ਸੀ ਨਹੀਂ politcal ਨਹੀਂ ਮੈਂ ਸੱਚੀ ਮਿਲ ਨਹੀਂ ਤੁਹਾਨੂੰ politcal ਨਾ ਆਉਦਾ ਹੀ ਨਹੀਂ ਪਰ ਸਟੇਟਮੈਂਟ ਤੁਹਾਡੀ politcal ਹੈ ਨਹੀਂ ਮੈਨੂੰ ਸੱਚੀ ਸੱਚੀ ਨਹੀਂ ਮੈਨੂੰ ਪਤਾ ਪੋਲਿਟਿਕਸ ਬਾਰੇ ਮੈਨੂੰ ਮੇਰਾ ਮੇਰਾ ਬ੍ਰਦਰ ਹੈ ਉਥੇ ਬਲਦੀਪ ਉਹ ਕਰਦਾ ਰਹਿੰਦਾ ਕਿ ਇਸ ਵਾਰ ਆਉਣਾ ਚਲੋ ਤੁਸੀਂ ਨਿੱਜੀ ਤੌਰ ਤੇ ਭਗਵੰਤ ਮਾਨ ਨੂੰ ਕਿਸ ਤਰ੍ਹਾਂ ਵੇਖਦੇ ਹੋ ਇਨਸਾਨ ਦੇ ਤੌਰ ਤੇ ਦੇਖੋ ਇਹ انسان ਦੇ ਤੌਰ ਤੇ ਠੀਕ ਨੇ ਕਾਰਜਗਾਰੀ ਜਿਹੜੀ ਹੈ ਉਹ ਅੱਧੇ ਲੋਕਾਂ ਨੂੰ ਪਸੰਦ ਆਉਂਦੀ ਹੈ ਉਹ ਤਾਂ ਹਰ ਕਿਸੇ ਨਾਲ ਹੁੰਦਾ ਅੱਧਿਆਂ ਨੂੰ ਨਹੀਂ ਪਸੰਦ ਆਉਂਦੀ ਜਿਨ੍ਹਾਂ ਨੂੰ ਨਹੀਂ ਪਸੰਦ ਆਉਣੀ ਉਹਨਾਂ ਨੇ ਵੋਟਾਂ ਨਹੀਂ ਪਾਉਣੀਆਂ ਅਗਲੀ ਵਾਰ ਪਤਾ ਲੱਗ ਜੀ ਜਾਣਾ ਜੇ ਜੇ ਚੰਗੀ ਕਾਰਜਕਾਰੀ ਕਾਰਜਗਾਰੀ ਰਹੀ ਤੇ ਆ ਜਾਣਗੇ ਨਹੀਂ ਕਾਰਜਗਾਰੀ ਠੀਕ ਰਹੀ ਤੇ ਆਪਣੇ ਪੰਜ ਸਾਲ ਕਿਹੜੇ 1 ਦੇ 12 ਇੱਕ ਦੇ ਉਹ ਕਿ ਕੁੰਭ ਦਾ ਮੇਲਾ ਜਨ 12 12 ਸਾਲਾਂ ਬਾਅਦ ਆਉਂਦਾ ਸਹੀ ਗੱਲ ਹੈ ਤੁਸੀਂ ਪਹਿਲੀ ਵਾਰ ਕਦੋਂ ਮਿਲੇ ਸੀ ਭਗਵਾਨ ਜੀ ਹਾਂ ਸਾਹਿਬ ਨੂੰ ਮੈਂ ਸ਼ਾਇਦ ਕਾਫੀ ਧੇਰ ਹੋ ਗਿਆ ਪ੍ਰੋਗਰਾਮਾਂ ਚ ਮਿਲਦੇ ਰਹਨੇ ਆ ਆ ਜੀ ਪੰਜਾਬੀ ਤੇ ਸ਼ਾਇਦ ਜਦੋਂ ਉਹਨਾਂ ਦਾ ਚੱਲਦਾ ਹੁੰਦਾ ਸੀ ਉਦੋਂ ਵੀ ਮਲੇ ਉਹਨਾਂ ਕਿਤੇ ਠੀਕ ਹੈ ਤੁਹਾਡਾ ਕੋਈ ਸ਼ੌਂਕ ਹੈ ਸਿਆਸਤ ਚ ਆਉਣ ਦਾ ਨਹੀਂ 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 ਬਿਲਕੁਲ ਨਹੀਂ ਲੀਡਰਸ਼ਿਪ ਦੀ ਤੁਹਾਡੇ ਮੁਤਾਬਕ ਪਰਿਭਾਸ਼ਾ ਕੀ ਹੈ ਗਾਲਾਂ ਕਹਾਣੀਆਂ ਜ਼ਿੰਦਗੀ ਚ ਅਮੀਰੀ ਦੇ ਮਾਇਨੇ ਕੀ ਸਮਝਦੇ ਹੋ ਨੇ ਅਮੀਰ ਬੰਦਾ ਤੁਹਾਨੂੰ ਦੇਖੋ ਤੁਸੀਂ ਇਹ ਆ ਕਿ ਤੁਸੀਂ ਚੰਗੀ ਜ਼ਿੰਦਗੀ ਉਹਨੇ ਕ ਪੈਸੇ ਤੁਹਾਡੇ ਕੋਲ ਹੋਣੇ ਚਾਹੀਦੇ ਚੰਗੀ ਜ਼ਿੰਦਗੀ ਤੁਸੀਂ ਰੋਟੀ ਪਾਣੀ ਚੰਗਾ ਖਾ ਸਕੋ ਸਕੋ ਆਪਣੇ ਪਰਿਵਾਰ ਦੇ ਨਾਲ ਆਪਣੇ ਮਿੱਤਰਾਂ ਦੇ ਨਾਲ ਚੰਗਾ ਬਹਿ ਸਕੋ ਪਰਿਵਾਰ ਨੂੰ ਚੰਗੀ ਐਜੂਕੇਸ਼ਨ ਬੱਚਿਆਂ ਨੂੰ ਦੇ ਸਕੋ ਉਹਨਾਂ ਦੀਆਂ ਜਿੰਨੀਆਂ ਕਿ ਜ਼ਰੂਰਤਾਂ ਹੈਗੀਆਂ ਪੂਰੀਆਂ ਕਰ ਸਕੋ ਮੇਰੇ ਖਿਆਲ ਚ ਤਾਂ ਪਿਆਰ ਦੀ ਪਰਿਭਾਸ਼ਾ ਕੀ ਤੁਹਾਡੇ ਮਤਵਾਬ ਅ ਉਹ ਤੁਹਾਨੂੰ ਜਦੋਂ ਤੁਹਾਨੂੰ ਲੋਕ ਕਰਦੇ ਆ ਪਿਆਰ ਫੇਰ ਹੀ ਪਤਾ ਲੱਗਦਾ ਹਾਂ ਪਰ ਦੋਸਤੀ ਤੁਹਾਡੇ ਲਫ਼ਜ਼ਾਂ ਵਿੱਚ ਕੀ ਹੈ ਬਹੁਤ ਉੱਚਾ ਮਹਾਨ ਰਖਦੀ ਹੈ ਮੇਰੇ ਦੋਸਤਾਂ ਨੇ ਮੇਰਾ ਰਿਸ਼ਤੇਦਾਰ ਵੱਡੇ ਨੇ ਜਾਂ ਦੋਸਤ ਮੈਨੂੰ ਲੱਗਦਾ ਦੋਸਤ ਵੱਡੇ ਆ ਦੋਸਤਾਂ ਨੂੰ ਤੁਹਾਡੇ ਤੱਕ ਬਹੁਤਾ ਕੰਮ ਨਹੀਂ ਹੁੰਦਾ ਉਹ ਹਮੇਸ਼ਾ ਤੁਹਾਡੇ ਨੂੰ ਦਵਾਈ ਕਰਦੇ ਆ ਰਿਸ਼ਤੇਦਾਰਾਂ ਨੂੰ ਕਈ ਵਾਰ ਕੰਮ ਵੀ ਪੈ ਜਾਂਦਾ 20 ਵਾਰੀ ਕਿਸੇ ਦਾ ਸਾਰ ਦੇ 21 ਵਾਰੀ ਜੇ ਨਾ ਕਰਦੇ ਤੋ ਨਾ ਅਗਲੇ ਨੇ ਗਾਲ੍ਹਾਂ ਕੱਢਣੀਆਂ ਦੋਸਤ ਸ਼ਾਇਦ ਇਦਾਂ ਨਹੀਂ ਕਰਦੇ ਕਲਾਕਾਰ ਦੇ ਗੀਤਾਂ ਨੂੰ ਆਮ ਤੌਰ ਤੇ ਲੋਕ ਉਹਦੀ ਨਿੱਜੀ ਜ਼ਿੰਦਗੀ ਨਾਲ ਜੋੜਦੇ ਆ ਤੁਹਾਡੇ ਜਿਹੜੇ ਪਿਆਰ ਵਾਲੇ ਇਸ਼ਕ ਮੁਹੱਬਤ ਵਾਲੇ ਗਾਣੇ ਆ ਲੁਕਣ ਨੂੰ ਆਇਆਦਾ ਵੀਨ ਛੇਤਰ ਦਾ ਘਰੇ ਕਿੰਨੀ ਕੁ ਵਾਰਾ ਦਿਲ ਟੁੱਟਾ ਹਾਂ ਨਹੀਂ ਐਦਾਂ ਹੁੰਦੀ ਹੈ ਉਹ ਮੈਨੂੰ ਐਕਚੁਅਲੀ ਕੀ ਆ ਮੇਰੇ ਉਸਤਾਦ ਜੀ ਪੰਡਿਤ ਰਾਮਚੰਦ ਜੀ ਮਗੜ ਸ਼ੰਕਰ ਰਹਿ ਕੇ ਸਿੱਖਿਆ ਉਹਨਾਂ ਦਾ ਇਹ ਸੀ ਕਿ ਕੰਪੋਜੀਸ਼ਨ ਦਾ ਸਟਾਈਲ ਤੈਨੂੰ ਪਤਾ ਹੋਣਾ ਚਾਹੀਦਾ ਤੇਰੇ ਗਲੇ ਦੀ ਰੇਂਜ ਕਿੰਨੀ ਆ ਔਰ ਗੀਤਕਾਰੀ ਚ ਮੈਨੂੰ ਨੌਲੇਜ ਜਿਹੜੀ ਸੀ ਉਹ ਮੇਰੀ ਟੀਮ ਦਾ ਸਾਰਾ ਕੰਮ ਹੈ ਮੈਂ ਜਦੋਂ ਗੁਰਮੀਤ ਭਾਜੀ ਨਾਲ ਬੈਠਦਾ ਸੀ ਰੂਬੀ ਭਾਜੀ ਨਾਲ ਬੈਠਦਾ ਸੀ ਗੀਤਕਾਰ ਸਾਰੇ ਬੈਠਦੇ ਸੀ ਫਿਰ ਉਹ ਜਿਹੜਾ ਸਾਰਿਆਂ ਨੂੰ ਗਾਣਾ ਚੰਗਾ ਲੱਗਦਾ ਸੀ ਉਹਨਾਂ ਨੂੰ ਹੁੰਦਾ ਸੀ ਕਿ ਜੇ ਐ ਲੱਗੇ ਕਿ ਇਹ ਹਰ ਬੰਦੇ ਦਾ ਬੀਤੀ ਹੋ ਉਹ ਇਸ ਮੈਂ ਮੇਰੇ ਤੱਕ ਇਸ ਕਰਕੇ ਲੋਕ ਮੈਨੂੰ ਕਹਿੰਦੇ ਕਿ ਗਾਇਕ ਮੈਂ ਆ ਲੇਕਿਨ ਉਹ ਜਿਹਨੇ ਲਿਖਿਆ ਬਿਲਕੁਲ ਸਹੀ ਗੱਲ ਉਹਦੇ ਨਾਲ ਨਹੀਂ ਉਹਦੇ ਨਾਲ ਨਹੀਂ ਬੀਤੀ ਹੋ ਸਕਦੀ ਉਹਨੇ ਕਿਤੇ ਉਹ ਦੇਖਿਆ ਹੋਣਾ ਕਿ ਫਲਾਣੇ ਬੰਦੇ ਦਾ ਇਦਾਂ ਹੋਈ ਹੈ ਹਨਾ ਮੇਰਾ ਕੰਮ ਸਿਰਫ ਇਹਨਾ ਸੀ ਕਿ ਜਿਹੜੇ ਗੀਤ ਦਾ ਜੋ ਉਹ ਬਣਦਾ ਉਹਨੂੰ ਤੁਸੀਂ ਫੀਲ ਦੇਣਾ ਕੰਪੋਜੀਸ਼ਨ ਦਾ ਸਟਾਈਲ ਜੋ ਹੈ ਉਹ ਮੇਰੇ ਹਿੱਸੇ ਆਉਂਦਾ ਸੀ ਉਸ ਤੋਂ ਬਾਅਦ ਗੁਰਮੀਤ ਬਾਜੀ ਦਾ ਕੰਮ ਹੁੰਦਾ ਸੀ ਚੰਗਾ 뮤직 ਉਸ ਤੋਂ ਬਾਅਦ ਵੀਡੀਓ ਰਕਤ ਪਰ 뮤직 ਵੀ ਬੜਾ ਬਾਖਮਾਲ ਹੈ ਕੀ ਬਾਤ ਹੈ ਕੀ ਬਾਤ ਹੈ ਤਾਰਿਆਂ ਦੀ ਲੋ ਹੋ ਗਈ ਹੈ ਬਾਜੀ ਹਾਂ ਤਾਰਿਆਂ ਦੀ ਇਸ ਇਸ ਗਾਣੇ ਦੇ ਪਿੱਛੇ ਵੀ ਇਹ ਗਾਣਾ ਮੈਂ ਜਦੋਂ ਐਲਬਮ ਚ ਸਭ ਤੋਂ ਪਹਿਲਾ ਗਾਣਾ ਇਹਨਾਂ ਐਡ ਰੈਡੀ ਕਰਨ ਲੱਗਾ ਸੀ ਇਸੇ ਐਲਬਮ ਦਾ ਜਿਹੜੀ ਇਹ ਐਲਬਮ ਸੀਗੀ ਕਈ ਵਾਰ ਤੁਸੀਂ ਇੱਥੋਂ ਗਾਣੇ ਦੀ ਕੰਪੋਜੀਸ਼ਨ ਕਰਕੇ ਚੱਲ ਜਾਂਦੇ ਜਦੋਂ ਤੁਸੀਂ ਪ੍ਰੋਗਰਾਮਿੰਗ ਕਰਨ ਲੱਗਦੇ ਆ ਨਾ ਉੱਥੇ ਉਹ ਗਾਣਾ ਕਈ ਵਾਰ ਉਨਾ ਨਹੀਂ ਬਸਦਾ ਜਿੰਨਾ ਤੁਸੀਂ ਸੋਚਦੇ ਹੋ ਕਿ ਐਡਾ ਵੱਡਾ ਗਾਣਾ ਬਣੂਗਾ ਉਸ ਵਕਤ ਧੰਮੀ ਭਾਜੀ ਨੂੰ ਮੈਂ ਤੇ ਗੁਰਮੀਤ ਭਾਜੀ ਨੂੰ ਫੋਨ ਕੀਤਾ ਨਹੀਂ ਯਾਰ ਬਣੀ ਨਹੀਂ ਗੱਲ ਗਾਣਾ ਕੋਈ ਹੋਰ ਹੈਗਾ ਕਹਿੰਦੇ ਚਲੋ ਮੈਂ ਦੇਖਦਾ ਤੇ ਤੁਸੀਂ ਜਦ ਤੱਕ ਬਾਕੀ ਗਾਣੇ ਬਣਾ ਲਵੋ ਅਸੀਂ ਸਾਰੀ ਐਲਬਮ ਰੈਡੀ ਕਰ ਲਈ ਲੇਕਿਨ ਉਹ ਤਾਰ ਇੱਕ ਖੜ ਗਈ ਜਾਂਦੀ ਹੈ ਕਿ ਯਾਰ ਇਹ ਤੇ ਕਾਫੀ ਹੈ ਤਨੇ ਆ ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਏ ਕਦੇ ਇਕੱਠੇ ਨਹੀਂ ਹੋਏ ਕਿੰਨਾ ਚਿਰ ਉਹ ਫੇਰ ਦਿਮਾਗ ਜਾ ਗਈ ਕਹਿੰਦੇ ਯਾਰ ਅਸੀਂ ਬੜੀ ਟਫ ਕੰਪੋਜੀਸ਼ਨ ਬਾਈ ਹਾਂ ਫਿਰ ਅਸੀਂ ਜਦੋਂ ਬਣਦੀ ਹੈ ਕੰਪੋਜੀਸ਼ਨ ਤੇ ਉਹ ਨਾ ਹੱਥ ਖੜੇ ਕਰ ਗਿਆ ਤਮੀ ਭਾਜੀ ਕਹਿੰਦੇ ਗਾਣਾ ਉਹੀ ਬਣਾਉਣਾ ਯਾਰ ਫਿਰ ਮੈਂ ਤੇ ਗੁਰਮੀਤ ਪਾਜੀ ਅਸੀਂ ਰਾਗ ਛੇੜਿਆ ਦਿਮਾਗ ਜਾ ਗਿਆ ਕਿ ਜਦੋਂ ਤੱਕ ਇਹ ਅੱਖੀਆਂ ਚ ਪਾਣੀ ਓਏ ਸੱਜਣਾ ਸੈਵਨ 8 ਟੈਂਪੋ ਦੀਪ ਚੰਦੀ ਉਹ ਟੈਂਪੋ ਰੱਖ ਕੇ ਉਹ ਚ ਬੜਾਈ ਲਗਾਣਾ 3 ਮਿੰਟ ਚ ਰੈਡੀ ਉਹ ਗਾਣਾ ਸਭ ਤੋਂ ਜ਼ਿਆਦਾ ਸੁਪਰ ਹਿੱਟ ਹੋਏ ਮੈਂ ਕਿਹਾ ਨਾ ਕਿ ਜਿੰਨੇ ਗਾਣੇ ਮੈਂ ਸਭ ਤੋਂ ਬਾਅਦ ਚ ਬਣਾਏ ਉਹ ਸਭ ਤੋਂ ਜ਼ਿਆਦਾ ਹਿੱਟ ਹੋਏ ਉਹ ਕਈ ਵਾਰੀ ਟਾਈਮ ਹੁੰਦਾ ਆਉਣ ਦਿਓ ਸਰ ਤਾਰਿਆਂ ਦੀ ਲੋਏ ਮੇਰੀ ਜਾਨ ਆ ਪਾ ਦੋਏ ਕਦੇ ਇਕੱਠੇ ਨਹੀਂ ਹੋਏ ਕਿੰਨਾ ਚਿਰ ਹੋ ਗਿਆ ਪਿਆਰ ਦੀਆਂ ਬਾਤਾਂ ਨੀ ਉਹ ਸਾਡੇ ਲਈ ਗਾਤਾ ਕਦੇ ਆਈਆਂ ਨਾ ਔਰਤਾਂ ਕਿੰਨਾ ਚਿਰ ਹੋ ਗਿਆ ਤਾਰਿਆਂ ਦੀ ਲੋਏ ਮੇਰੀ ਜਾਨ ਆ ਪਾਉਂਦੋਏ ਕਦੇ ਇਕੱਠੇ ਨਹੀਂ ਹੋਏ ਕਿੰਨਾ ਚਿਰ ਹੋ ਗਿਆ ਉਹ ਚਕੰਤਰਾ ਸੀ ਮੇਰੀ ਕਿਸੇ ਗੱਲ ਉੱਤੇ ਸੋਣੀਏ ਜਦੋਂ ਤੂੰ ਟਾੜੀ ਮਾਰ ਤਾੜੀ ਮਾਰ ਹੱਸਦੀ ਹੀਰਾਂ ਵਾਲੇ ਥੰਮੀ ਕੋਲੋਂ ਪੁੱਛ ਨਹੀਂ ਤੂੰ ਬਿਨਾ ਦੱਸੇ ਬਿਨਾ ਦੱਸੇ ਕੀ ਕੀ ਦੱਸਦੀ ਸੁਣੇ ਸੁਣੇ ਰਹਾ ਆਕੇ ਬਾਹਾਂ ਵਿੱਚ ਬਾਹਾਂ ਕਦ ਹੋਈਆਂ ਨਾ ਸਲਾਹਾ ਕਿੰਨਾ ਚਿਰ ਹੋ ਗਿਆ ਤਾਰਿਆਂ ਦੀ ਲੋਏ ਆਪਾਂ ਮਿਲਦੀ ਬਣਾ ਲਈ ਇੱਕ ਇੱਕ ਸੀਗਾ ਸਿਰਨਾ ਨਿਭਾਉਂਗੀ ਮੈਂ ਕੀ ਦੇ ਸੀਗੇ ਬੋਲ ਸਿਰਨਾ ਨਿਭਾਉਂਗੀ ਮੈਂ ਕੀ ਦੇ ਸੀਗੇ ਬੋਲ ਦੱਸ ਪਿਆਰ ਵਾਲੇ ਪੰਦ ਤੋਂ ਨਹੀਂ ਕਿਹੜਾ ਗਿਆ ਢੋਲ ਦੱਸ ਕਿਹਦਾ ਵਾਦਾ ਵਫਾ ਹੋਇਆ ਕਿਦਾਂ ਨਿਕਲੇ ਅਲਾਰਾ ਨੈਣ ਨੈਣਾ ਨਾ ਮਿਲਾ ਲਈ ਫੇਦ ਖਲਜੂਗਾ ਸਾਰਾ ਫੇਦ ਖਲਜੂਗਾ ਸਾਰਾ ਜਦੋਂ ਤੱਕ ਅੱਖੀਆਂ ਚ ਜਦੋਂ ਤੱਕ ਵੇ ਅੱਖੀਆਂ ਚ ਪਾਣੀ ਓਏ ਸਜਣਾ ਮੈਂ ਹੰਝੂਆਂ ਦੀ ਮਹਿਫਲ ਸਜਾਉਂਦਾ ਰਵਾਂਗਾ ਸਜਾਉਂਦਾ ਰਵਾਂਗਾ ਮੈਂ ਸਮਝਾਂਗਾ ਇਹਨੂੰ ਨਸੀਬਾਂ ਦਾ ਲਿਖਿਆ ਤੂੰ ਰਸ ਦੀ ਰਵੀਤੇ ਮੈਂ ਮਨਾਉਂਦਾ ਰਵਾਂਗਾ ਮਨਾਉਂਦਾ ਰਵਾਂਗਾ ਜਦੋਂ ਤੱਕ ਐ ਅੱਖੀਆਂ ਚ ਪਾਣੀ ਸੱਜਣਾ ਸ਼ਾਬਾਸ਼ ਬਾਜੀ ਇਹ ਪਲਾਨ ਸੀ ਤੁਹਾਡਾ ਗੜਾ ਬਣਿਆ ਹੀ ਕਹਿ ਲੋ ਕਿ ਸੈਡ Song ਦੇ ਲਈ ਐ ਡਿਸਾਈਡਡ ਸੀ ਜਾਂ ਅਨਪਲਾਨਡ ਹੋ ਗਿਆ ਸਾਰਾ ਕੁਝ ਆਪਣੇ بس وہی ਮੈਂ ਕਹਿ ਸਕਦਾ ਕਿ ਇਹ ਗੋਡ ਗਿਫਟਡ ਹੈਗਾ ਕਰਕੇ ਜਦੋਂ ਮੈਂ ਗਾਉਣਾ ਹੈਗਾ ਰੋਮਾਂਟਿਕ ਸੈਡ ਉਹ ਮੇਰਾ ਮੈਂ ਗਲੇ ਦੀ ਯੂਜ਼ ਕਰਦਾ ਜ਼ਿਆਦਾ ਨਾ ਤੁਹਾਡੀਆਂ ਕੰਪੋਜੀਸ਼ਨਾਂ ਹਨ ਕਿਤੇ ਗਲਤੀ ਨਾਲ ਗਾਣੇ ਤੁਹਾਡੇ ਸਾਰੇ ਬਹੁਤ ਸੁਣੇ ਲੱਗਦੇ ਆ ਕਿਤੇ ਬਾਥਰੂਮ ਚ ਨਹਾਉਂਦਿਆਂ ਵੀ ਗਾਉਣ ਲੱਗ ਪਈ ਨਾ ਤੇ ਉਹ ਆਪ ਨੂੰ ਪਤਾ ਲੱਗਦਾ ਵੀ ਬਹੁਤ ਪੰਗਾ ਲੈ ਲਿਆ ਹਾਂ ਕੰਪੋਜ਼ਰ ਔਖੀਆਂ ਬਹੁਤ ਕੰਪੋਜ਼ਨਾਂ ਹਾਂ ਜਦੋਂ ਤੁਸੀਂ ਹੁਣ ਇੱਕ ਸਤਾਈ ਸੁਣਾਇਆ ਸੀਗਾ ਸਤਾਈ ਤੋਂ ਬਾਅਦ ਤੁਸੀਂ ਅੰਤਰਾ ਸੁਣਾਇਆ ਉਹਦਾ ਤਾੜੀ ਮਾਰ ਕੇ ਕਿੰਨਾ ਖੱਫ ਜਾ ਕੇ ਮਤਲਬ ਉਹ ਮੇਰੇ ਖਿਆਲ ਕੁੱਲ ਗਾਣੇ ਨਾਲੋਂ ਉਹਦੀ ਕੰਪੋਜੀਸ਼ਨ ਮੇਰੇ ਤੋਂ ਚੇਂਜ ਹੋ ਗਈ ਅੰਤਰੇ ਦੀ ਕੰਪੋਜੀਸ਼ਨ ਚੇਂਜ ਹੋ ਗਈ ਬਹੁਤ ਬਹੁਤ ਔਖਾ ਨਮੋੜ ਬਣ ਜਾਂਦੇ ਹਾਂ ਤੁਸੀਂ ਸੇਵਾ ਗੀਤ ਜਿਹੜਾ ਗਾਇਆ ਮੈਨੂੰ ਨੇ ਜੀ ਤੌਰ ਤੇ ਉਹ ਗਾਣਾ ਬਹੁਤ ਚੰਗਾ ਮੈਂ ਕਿਹਾ ਸੁਣਨ ਵਾਲੇ ਜਿੰਨੇ ਵੀ ਸਾਰੇ ਨੇ ਉਹਨਾਂ ਨੂੰ ਬਹੁਤ ਵਧੀਆ ਉਹ ਗਾਣਾ ਤੁਹਾਡੇ ਤੁਸੀਂ ਨਿਭਾਇਆ ਨੂੰ ਬੜਾ ਬਖੂਬੀ ਹੈਗਾ ਉਹ ਗਾਣਾ ਤੁਹਾਡੇ ਕੋਲ ਕਿਵੇਂ ਆ ਉਹ ਗਾਣਾ ਬੀਤ ਬਲਜੀਤ ਵੀਰ ਨੇ ਲਿਖਿਆ ਉਹਨਾਂ ਨੇ ਪੂਰੀ ਫਿਲਮ ਰੈਡੀ ਕਰ ਲਈ ਸੀ ਅੱਛਾ ਗਾਂਧੀ ਟੂ ਰੁਪਿੰਦਰ ਗਾਂਧੀ ਟੂ ਰੁਪਿੰਦਰ ਗਾਂਧੀ ਤੇ ਮੇਰੇ ਕੋਲ ਮੈਨੂੰ ਵੀਰ ਦਾ ਫੋਨ ਆਇਆ ਕਿ ਪਾਜੀ ਕਾ ਇੱਥੇ ਹੀ ਆਂ ਫਗਵਾੜੀ ਆਂ ਮੈਂ ਕਿਹਾ ਹਾਂਜੀ ਪਾਜੀ ਇੱਕ ਗਾਣਾ ਗਾਉਣਾ ਤੁਹਾਡੇ ਕੋਲੋਂ ਮੈਂ ਤੇ ਆ ਜਾਓ ਫਿਰ ਉਹਨੇ ਮੈਨੂੰ ਸਿਚੁਏਸ਼ਨ ਦੱਸੀ ਉਸ ਗਾਣੇ ਦੀ ਕਰਕੇ ਜੇ ਤੁਹਾਨੂੰ ਸਿਚੁਏਸ਼ਨ ਦੱਸਦੇ ਆ ਨਾ ਕਿ ਆ ਇਹਦਾ ਹੈਗਾ ਫਿਰ ਉਸ ਤੋਂ ਬਾਅਦ ਤੁਹਾਨੂੰ ਡੱਬ ਕਰਨ ਵੇਲੇ ਫਿਰ ਤੁਹਾਡੇ ਚ ਫੀਲ ਉਦਾਂ ਦਾ ਆ ਜਾਂਦਾ ਕਿ ਨਹੀਂ ਯਾਰ ਇਹ ਇਦਾਂ ਫਰਮਾਇਆ ਗਿਆ ਨਹੀਂ ਤਾਂ ਤੁਹਾਨੂੰ ਗਾਣਾ ਵੈਸੇ ਮਿਲ ਜਾਂਦਾ ਤੁਸੀਂ ਰੱਬ ਕਰਕੇ ਭੇਜਦੇ ਨੇ ਉਹ ਤੁਹਾਨੂੰ ਐ ਲੱਗਦਾ ਕੰਪੋਜੀਸ਼ਨ ਠੀਕ ਹੈ ਕੰਪੋਜੀਸ਼ਨ ਇਦਾਂ ਹੀ ਹੋਣੀ ਪੈਣੀ ਇਦਾਂ ਹੀ ਹੋਣੀ ਪੈਣੀ ਲੇਕਿਨ ਜਦੋਂ ਤੁਹਾਨੂੰ ਉਹਦੀ ਉਹ ਉਹਦਾ ਸੀਨ ਦੱਸ ਦਿੰਦੇ ਕਿ ਇਹ ਇੱਥੇ گاਵਾ ਲੱਗਣਾ ਭਾਜੀ ਫਿਰ ਤੁਹਾਨੂੰ ਉਦਾਂ ਦਾ ਉਹ ਫੀਲ ਆ ਜਾਂਦਾ ਫਿਰ ਉਹ ਕੁਦਰਤੀ ਮੈ ਮੈਨੂੰ ਲੱਗਦਾ ਮੈਂ ਗਾਉਂਦਾ ਗੁੰਦਾ ਰੂਪਿਆ ਸੀ ਉਹ ਨਾ ਕਈ ਵਾਰੀ ਇਦਾਂ ਦਾ ਗਾਣਾ ਜਦੋਂ ਮੈਂ ਹੁਣ ਉਹ ਗਾਣਾ ਪੂਰਾ ਸੁਣ ਕੇ ਫਿਰ ਸਮਾਪਤੀ ਕਰ ਮੈਨੂੰ ਗਾਣਾ ਉਹਦਾ ਕਿ ਯਾਦ ਹੈ ਮੈਂ ਸੁਣਾ ਦਿੰਦਾ ਉਦਾਂ ਦਾ ਅੰਤਰਾ ਮੇਰੀ ਯਾਦ ਹੈ ਹੂੰ ਗਾਨਿਆਂ ਤੋਂ ਪਹਿਲਾਂ ਗਈਆਂ ਟੁੱਟ ਵੇ ਤੜਾ ਗਈਆਂ ਸ਼ਗਨਾ ਦੇ ਫੜੇ ਨਾ ਵੇ ਲਾਗ ਸਾਥੋਂ ਲਾਗੀਆਂ ਮੈਂ ਚੰਦਰੀ ਮਾਂ ਭਗਣ ਜੀ ਨੇ ਲਾਸ਼ ਤੇਰੀ ਨੂੰ ਦੇਖ ਲਿਆ ਸੀ ਇੱਕ ਦਿਨ ਤੇਰੀ ਸੇਕੀ ਲੋੜੀ ਅੱਜ ਸਵੇ ਤੇਰੇ ਨੂੰ ਸੇਕ ਲਿਆ ਸੀ ਇੱਕ ਦਿਨ ਤੇਰੀ ਸੇਕੀ ਲੋੜੀ ਅੱਜ ਸਵੇ ਤੇਰੇ ਨੂੰ ਸੇਕ ਲਿਆ ਹੋ ਕੜਾ ਫੁੱਟ ਗਿਆ ਏ ਪਹਾੜ ਟੁੱਟ ਗਿਆ ਏ ਬੜਾ ਛੜਾ ਸੀ ਬਾਕੀ ਬਹੁਤ ਸਮਾਲ ਲਗੀ ਥੋੜਾ ਬਚਪਨ ਚ ਲੈ ਕੇ ਜਾਣਾ ਫਿਰ ਸਮਾਪਤੀ ਕਰਦੇ ਆਪਾਂ ਗੱਲਾਂ ਤਾਂ ਬੜਾ ਮਜ਼ਾ ਆ ਰਿਹਾ ਕੋਈ ਕਿੱਸਾ ਸੁਣਾਓ ਇਹ ਤੇ ਖੇਤਰ ਪ੍ਰੇਡ ਹੋਈ ਹੋਵੇ ਮੈਂ ਮੈਂ ਖੁਸ਼ਕਿਸਮਤ ਰਹਾ ਇਸ ਗੇਸ ਬਕਾ ਮੈਂ ਪੰਜਵੀਂ ਤੱਕ ਤਾਂ ਮੈਰੇ ਆ ਮੋਨੀਟਰ ਪਤਾ ਨਹੀਂ ਕਿਵੇਂ ਬਣਾ ਸਕਿਆ ਉਹ ਅਸਲ ਚ ਉਹਨਾਂ ਨੂੰ ਹੁੰਦਾ ਸੀ ਕਿ ਚੱਲ ਇਹਦੇ ਕੋਲ ਬਾਲ ਸਭਾ ਚ ਸੁਣਨਾ ਵੀ ਹੈ ਅੱਛਾ ਹੈ ਨਾ ਸੁਣਨਾ ਵੀ ਖੇਤਰ ਪ੍ਰੇਡ ਦੀ ਮੈਂ ਸੁਣਾਉਣਾ ਮੈਂ ਹਰ ਇੰਟਰਵਿਊ ਸੁਣਾਉਣਾ 6ਵੀਂ ਚ ਮੈਂ ਚੱਲ ਗਿਆ ਸਰਕਾਰੀ ਹਾਈ ਸਕੂਲ ਵੱਡਾ ਢੋਲ ਹੁੰਦਾ ਸੀ ਵੱਡਾ ਸਾਰਾ ਢੋਲ ਜਿਹੜਾ ਪੀਟੀ ਵੇਲੇ ਵਜਾਉਂਦੇ ਹਾਂ ਉਹ 7ਵੀਂ 8ਵੀਂ ਤੱਕ ਤੇ ਚੱਲਿਆ ਕੰਮ ਤੇ ਮੇਰੀ ਹਾਈਟ ਹਾਈਟ ਛੋਟੀ ਹੁਣ ਵੀ ਛੋਟੀ ਹੈ ਉਦੋਂ ਤੇ ਖੈਰ ਛੋਟੀ ਸੀ ਨਾ ਤੇ ਉਹ ਮੈਂ ਪੱਗ ਬੰਦਾ ਹੁੰਦਾ ਸੀ ਉਦੋਂ 10 ਤੱਕ ਪੱਗ ਬੰਨੀ ਨਹੀਂ ਮੈਨੂੰ ਲੱਗਦਾ ਸੈਕੰਡ ਯਰ ਤੱਕ ਪੱਗ ਬੰਨੀ ਤੇ ਟੋ ਰੂਚਾ ਇੱਕ ਉਹ ਜਾਣ ਕੇ ਢੋਲ ਦੇ ਥੱਲੇ ਮੇਜ਼ ਵੱਡਾ ਰੱਖ ਦਿੰਦੇ ਹੁੰਦੇ ਸੀ अच्छा हां इस ਦਿਨਿਓਂ ਵੀ ਹਾਂ ਹਾਂ ਤੂੰ ਮੈਨੂੰ ਨਾ ਸਾਡੇ ਜਿਹੜੇ ਪੀਟੀ ਮਾਸਟਰ ਸੀ ਉਹਨੇ ਕਿਹਾ ਪਹਿਲਾਂ ਤਾਂ ਸੁਣਾ ਮੈਨੂੰ 1 2 3 4 5 6 7 8 8 7 6 5 4 3 2 2 1 ਹਨਾ ਕਹਿੰਦੇ ਨੇ ਤੈਨੂੰ ਤਾਂ ਹੋਮਰਾ ਚੱਲ ਬਜਾ ਮੈਂ ਬਜਾਉਣ ਲੱਗ ਪਿਆ ਤੇ ਮੈਨੂੰ ਹਫ਼ਤੇ ਬਾਅਦ ਮੈਨੂੰ ਮੇਰੇ ਨਾਲ ਦੀ ਸੰਗੀ ਸਾਥੀ ਛੇੜਨ ਲੱਗ ਪਿਆ ਤੂੰ ਤਾਂ ਦੀਦਾ ਹੀ ਨਹੀਂੋਂ ਘਟਿਆ ਜਿਆ ਮੈਨੂੰ ਮੈਂ ਕਹੀ ਯਾਰ ਇਹ ਤਾਂ ਕੰਮ ਖਰਾਬ ਹੋ ਗਿਆ ਮੈਂ ਨਾ ਪੰਜ ਮੈਂ ਰੱਡੀ ਵੀ ਸਮਝ ਜਾ ਕੇ ਕਾ ਜੀ ਮੈਂ ਤਾਂ ਨਹੀਂ ਬਜਾਉਣਾ ਮੈਂ ਤਾਂ ਛੇੜ ਕਿਹੜਾ ਤੈਨੂੰ ਛੇੜਦਾ ਮੈਨੂੰ ਦੱਸ ਮੈਂ ਕਾ ਜੀ ਮੈਂ ਮੈਂ ਬਜਾਉਣਾ ਨਹੀਂ ਕਹਿੰਦੇ ਜਦ ਰੋਲ ਨਹੀਂ ਆਉਣਾ ਮੈਂ ਤੈਨੂੰ ਬਜਾਉਣਾ ਅੱਛਾ ਇੱਕ ਟ ਖਾਧੀ ਆ ਫਿਰ ਅੱਜ ਕੇ ਪੈਸੇ ਮੇਰੇ ਜਦੋਂ ਪੀਟੀ ਹੁੰਦੀ ਹੁੰਨੀ ਕਹਿੰਦੇ ਹੋਣੇ ਯਾਰ ਆਪੇ ਹੀ ਵਜ ਜੰਦਾ ਹਾਂ 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 ਮੈਨਾਂ ਮੈਂ ਇੱਕ ਕਸਾ ਯਾਦ ਹੈ ਮੈਂ ਦੋ ਪਹਿਲੀ ਵਾਰੀ 2003 ਚ ਨਾ ਕੈਨੇਡਾ ਵਿਕਟੋਰੀਆ ਨੂੰ ਫੈਰੀ ਚਲ ਗਏ ਅੱਛਾ ਵਡਾਲੀ ਸਾਹਿਬ ਨਾਲ ਸੀਗੇ ਹਾਂ ਸਰੀ ਤੋਂ ਵਡਾਲੀ ਸਾਹਿਬ ਨਾਲ ਤੇ ਦੋਵੇਂ ਸੱਚਾਈ ਤੇ ਪਾਪਾ ਜੀ ਲਖਵਿੰਦਰ ਨਾਲ ਹਨ ਅਸੀਂ ਉੱਪਰ ਟੌਪ ਤੇ ਚਲੇ ਜਾਨੇ ਹੁੰਨੇ ਵਿੱਚ ਦੇਖੇ ਪਹਿਲੀ ਵਾਰੀ ਆਏ ਸਮੁੰਦਰ ਦੇਖਣ ਤੇ ਟੌਪ ਤੇ ਉਹਦੀ ਫੈਰੀ ਦੇ ਨਾਲ ਟੌਪ ਤੇ ਚਲ ਗਿਆ ਤੇ ਉੱਤੇ ਇੱਕ ਮਾਤਾ ਉੱਗੀ ਉੱਪਰ ਅੱਛਾ ਮੇਰਾ ਫੜਕੇ ਦੀ ਪੁੱਤ ਤੂੰ ਪਿਛੋੜਾ ਜਮਾਰੀ ਵਾਲਾ ਅੱਛਾ ਕਹਿੰਦੀ ਮਨੂੰ ਨਾ ਡਾਕਟਰ ਨੇ ਮਨਾ ਕੀਤਾ ਮੈਨੂੰ ਮੇਰੇ ਸਟੰਟ ਪਿਆ ਹੋਇਆ ਉਹ ਡਾਕਟਰ ਨੇ ਮਨਾ ਕੀਤਾ ਕਿ ਤੂੰ ਪੌੜੀਆਂ ਪੂੜੀਆਂ ਨਹੀਂ ਚੜ੍ਹਨੀਆਂ ਜਾਂ ਜਾਂ ਤੈਨੂੰ ਖਤਰਾ ਕਹਿੰਦੀ ਮੈਂ ਰੋਕ ਨਹੀਂ ਸਕੀ ਆਪਣੇ ਆਪ ਮੈਨੂੰ ਮਿਲਣਾ ਸੀਗਾ। ਕੀ ਬਾਤ। ਸੋ ਇਦਾਂ ਦਾ ਜਿਹੜਾ ਜਦੋਂ ਬਜ਼ੁਰਗਾਂ ਦਾ ਅਸ਼ੀਰਵਾਦ ਆਉਂਦਾ ਨਾ ਫਿਰ ਅਲੱਗ ਹੀ ਫਿਰ ਫੀਲਿੰਗ ਹੁੰਦੀ ਹੈ। ਅੱਛਾ ਕੋਈ ਵਿਗਨ ਵਾਲਾ ਕਿੱਸਾ ਸੁਣਾਓ ਜ਼ਿੰਦਗੀ 'ਚ ਕਿਤੇ ਸ਼ੋ ਲਾਉਣ ਜਾਂਦੇ ਆਂ ਕਿਤੇ ਜਹਾਜ਼ 'ਚ ਜਾਂਦੇ ਆਂ ਕੋਈ 에어ਪੋਰਟ ਦਾ ਕਿੱਸਾ ਤੁਹਾਡੇ ਨਾਲ 에어ਪੋਰਟ ਦੇ ਹਾਂ ਮੈਂ ਜਾਣਾ ਸੀ ਅ ਟੋਰਾਂਟੋ ਦੀਵਾਲੀ ਮੇਲਾ ਸੀਗਾ ਤੇ ਮੈਂ ਇਥੋਂ ਸ਼ੋ ਕਰਕੇ ਬਾਈਚੈਂਸ ਉਦੋਂ ਅ ਅਰਬਦਾਸ ਮਹਾਰਾਜ ਦਾ ਸੀਗਾ ਕੋਈ ਨਗਰ ਕੀਰਤਨ ਵਾਲਾ ਉਹ ਇੱਥੇ ਫਲੋਰ ਨਾ ਬਹੁਤ ਵੱਡਾ ਹੁੰਦਾ ਰਾਹ ਰੋਕਿਆ ਹੁੰਦਾ ਪਹਿਲਾਂ ਤੇ ਇਥੋਂ ਮਚੀ ਨਿਕਲੇ ਰਵਦਾਸ ਮਹਾਰਾ ਜੀ ਸੀਗਾ ਜਾਂ ਕੋਈ ਹੋਰ ਸੀਗਾ ਧਾਰਮਿਕ ਸੀਗਾ ਕੋਈ ਮਤਲਬ ਉਦੋਂ ਫਿਰ ਤੁਸੀਂ ਜਿੰਨਾ ਮਰਜ਼ੀ ਮਿੰਨਤਾ ਕਰ ਲਓ ਫਿਰ ਤੁਹਾਨੂੰ ਰਾਹ ਨਹੀਂ ਮਿਲਦਾ ਜੀ ਅੱਛਾ ਮੈਂ ਰਾਹ ਚੋਂ ਮਿਊਜ਼ੀਸ਼ੀਅਨ ਚੱਕਣੇ ਸੀ ਗੁਲਜ਼ਾਰ ਮੁੰਡਾ ਤਬਲਾ ਪਲੇਅਰ ਹੈ ਬਹੁਤ ਅੱਛਾ ਇਧਰੋਂ ਤੇ ਕੁਕੀ ਨਾਲ ਜਾਣਾ ਸੀ ਢੋਲੀ ਅੱਛਾ ਉਹਨੂੰ ਚੱਕਿਆ ਇੱਕ ਮੁੰਡਾ ਅਮਦਦ ਅਲੀ ਹੈ ਨਾ ਤੇ ਬੜੀ ਅੱਛਾ ਰਾਤ ਮੈਂ ਕਿਹਾ ਵੀ ਉਹ ਅਸੀਂ ਚਲਮਲ ਟਾਬੇ ਤੇ ਚੱਕਦੇ ਹੁਣੇ ਰੋਟੀ ਰੋਟੀ ਪੇ ਖਾ ਲਈਏ ਅੱਛਾ ਉਧਰੋਂ ਤਾਂ ਟਾਈਮ ਹੋਇਆ ਐ 에어ਪੋਰਟ ਤੇ ਜਾਣ ਦਾ ਉਧਰੋਂ ਮੈਂ ਗੁੰਜ਼ਾਰ ਨੂੰ ਕਹਾ ਗੁੰਜ਼ਾਰ ਰੋਟੀ ਐ ਦੀ ਚੱਕ ਲਈਏ ਜਾਂਦੀਆਂ ਨੇ ਗੱਲਾਂ ਕਹਿੰਦਾ ਰੋਟੀ ਲਈ ਚੱਲੇ ਆ ਮੈਂ ਕਿਹਾ ਜੇ ਫਲਾਈਟ ਚਲੇ ਗਈ ਉਹ ਫਲਾਈਟ ਚਲ ਗਿਆ ਕੋਈ ਗੱਲ ਨਹੀਂ ਮੈਂ ਤਾਂ ਰੋਟੀ ਖਾ ਕੇ ਜਾਉਂ ਮੈਂ ਤਮਤ ਤਮਤ ਕੀਤੀ ਉਹਦੀ ਮਤਲਬ ਤਰ ਨਹੀਂ ਲੱਗਾ ਸੀ ਜਾਂ ਜਾ ਕੇ ਕਰਾਏ ਇਦਾਂ ਵੀ ਹੁੰਦੀ ਕਈ ਵਾਰੀ ਜਾ ਫਿਰ ਕਈ ਵਾਰ ਤੁਸੀਂ ਦੋ ਪ੍ਰੋਗਰਾਮ ਕਈ ਵਾਰ ਫੜ ਲੈਂਦੇ ਤੁਸੀਂ ਦੂਜੇ ਪ੍ਰੋਗਰਾਮ ਵਾਲੇ ਨੇ ਟਾਈਮ ਦਿੱਤਾ ਹੁੰਦਾ ਪਹਿਲਾਂ ਦਾ ਮਨ ਲਓ ਅਸੀਂ ਕਿਹਾ ਪਹਿਲਾ ਪ੍ਰੋਗਰਾਮ ਸਾਡਾ ਪਾਜੀ ਖਤਮ ਹੋਣਾ 5 ਵਜੇ ਤੇ ਅਸੀਂ 7:00 ਵਜੇ ਤੁਹਾਡੇ ਕੋਲ ਪਹੁੰਚ ਜਾਣਾ 7:30 ਕਰ ਲਵਾਂਗੇ ਸ਼ੁਰੂ ਹਾਂ ਹੁਣ ਅਗਲੇ ਨੇ ਗਲਤੀ ਨਾਲ ਟਾਈਮ ਉਹ ਤੇ ਆਪਣੀ ਰਿਸੈਪਸ਼ਨ ਦਾ ਦਿੱਤਾ 3:00 ਵਜੇ ਜੀ ਅਸੀਂ ਦੇ ਆਪਣੇ ਪਰ ਸੱਚੇ ਅਸੀਂ ਤੇ ਹੁਣ 3 ਵਜੇ ਦੇ ਸਾਬ ਅਸੀਂ ਤਾਂ 7 ਵਜੇ ਦੇ ਸਾਬ ਨਾ ਪਹੁੰਚਾਂਗੇ ਹੁਣ ਇਹ ਚ ਸਾਡੀ ਗਲਤੀ ਨਹੀਂ ਜੀ ਉਹਨਾਂ ਨੇ 3 ਵਜੇ ਦਾ ਦਿੱਤਾ ਮੇਰਾ ਇਦਾਂ ਵੀ ਇੱਕ ਵਾਰੀ ਹੋਈ ਤੇ ਉਹਨਾਂ ਨੇ ਫਿਰ ਬਾਅਦ ਚ ਮੈਨੂੰ ਪੈਸੇ ਪੁੱਛੇ ਅੱਧ ਪਚਦੇ ਦਿੱਤੇ ਤੇ ਮੇਰੇ ਅਲੂਕਾਂ ਰਖੜੀਆਂ ਦੇਖੀ ਯਾਰ ਮੈਂ ਕਹਿੰਦਾ ਯਾਰ ਮੈਂ ਤੇ ਤੁਹਾਨੂੰ ਬੱਕ ਕਰ ਰਿਹਾ ਸੀ ਮਰੇ ਤੁਹਾਡੀ ਸ਼ੋਅ ਦੇ ਮਰੇ ਉਸਤੇ ਕਿੰਨੇ ਕੁਦੇ ਵੈਸੇ ਮਰੇ ਉਹਨੇ 25-3000 ਜਿੰਨੇ ਕੋ 55-6000 ਲੈਂਦੇ ਸੀਗੇ ਪਰ ਅੱਧੇ ਅਗਲੇ ਨੇ ਦਿੱਤੇ ਪੈਸਿਆਂ ਦੀ ਤਾਂ ਖਾਦੀ ਖੜੀ ਉਹਨੇ ਲੱਖ ਰੁਪਏ ਦਾ ਡਰਾਇ ਦਿੱਤਾ ਸਾਨੂੰ ਡਰਾਇਆ ਕਹਿੰਦੇ ਕਹਿੰਦੇ ਲੱਗਦਾ ਰਾਇ ਦਦਾਂ ਨੇ ਅਜੇ ਕਦੀ ਵਿਗਾਰ ਪਈ ਵਿਗਾਰਾਂ ਨਹੀਂ ਕਾਟੀ ਪੈਦੀਆਂ ਸਰਕਾਰੀ ਵੀ ਨਹੀਂ ਪਈਆਂ ਨਹੀਂ ਸਰਕਾਰੀ ਵੀ ਨਹੀਂ ਮੈਨੂੰ ਨਹੀਂ ਕਦੇ ਬਹੁਤਾ ਨਹੀਂ ਕਿਤੇ ਇੱਕ ਅੱਧੀ ਵਾਰ ਪਈ ਵੀ ਹੁਣੇ ਲੇਕਿਨ ਖਰਚਾ ਪਾਣੀ ਮਿਲ ਜਾਂਦਾ ਮਿਲ ਜਾਂਦਾ ਹਾਂ ਤੁਹਾਡਾ ਨਾਂ ਕੀ ਨੇ ਰੱਖਿਆ ਸੀ ਨਿਸ਼ਚਤਰ ਮੈਨੂੰ ਤਾਂ ਲੱਗਦਾ ਮੇਰੀ ਮਾਤਾ ਨੇ ਰੱਖਿਆ ਹੋਣਾ ਹਾਂ ਕਿਉਂਕਿ ਸਾਡੇ ਸਾਰਿਆਂ ਦੇ ਨਾਮ ਵੱਡੇ ਭਾਜੀ ਦਾ ਨਾਮ ਨਰਿੰਦਰਪਾਲ ਨਰਿੰਦਰ ਉਹਦੇ ਵੀ ਦਦਾਰਾ ਰਹਾ ਆਉਂਦਾ ਉਸ ਤੋਂ ਛੋਟੀ ਮਨਜਿੰਦਰ ਭੈਣ ਸਾਡੀ ਉਸ ਤੋਂ ਛੋਟਾ ਗੁਰਿੰਦਰ ਉਸ ਤੋਂ ਛੋਟੀ ਗੁਰਮਿੰਦਰ ਠੀਕ ਹੈ ਉਹ ਮੈਂ ਕਿਹਾ ਮੇਰਾ ਨਾਮ ਨਛੱਤਰ ਕਹਿੰਦੇ ਕਹਿੰਦੇ بس ਦਰ ਦਰ ਨਹੀਂ ਸੀ ਰੱਖਣਾ ਦਰ 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 ਸਮਾਪਤੀ ਕਰਦੇ ਹਾਂ ਭਾਜੀ ਮੈਂ ਚਾਹਣਾ ਤੁਹਾਡੀ ਕਿਸੇ ਪਸੰਦ ਦੇ ਗੀਤ ਦੇ ਨਾਲ ਜੋ ਤੁਸੀਂ ਅਕਸਰ ਗੁੰਗਣਾਉਂਦੇ ਆ ਹਾਂ ਮੈਂ ਇੱਕ ਨਾ ਗਾਣਾ ਅੱਜਕੱਲ ਮੈਂ ਹਰ ਸਟੇਜ ਤੇ ਗਾਉਣਾ ਹਾਂ ਹੂੰ ਤੇਰਾ ਰੰਗ ਸੋਨਾ ਲੱਗਦਾ ਦੁਨੀਆਂ ਦੇ ਰੰਗਾਂ ਤੋਂ ਆਪਣਾ ਮੈਂ ਆਪ ਵਰਤਾ ਤੇਰੀਆਂ ਸੰਗਾਂ ਤੋਂ ਹੁਣ ਤਾਂ ਮੇਰੀ ਸਾਰੀ ਜ਼ਿੰਦਗੀ ਪਿਆਰ ਤੈਨੂੰ ਕਰਨ ਲਈ ਐ ਜਿਸਮਾਂ ਦੀ ਗੱਲ ਨਹੀਂ ਯਾਰੀ ਰੂਹਾਂ ਤੱਕ ਪਹੁੰਚੀ ਪਈ ਐ ਤੈਨੂੰ ਕੋਈ ਦੁੱਖ ਜੇ ਦੇਵਾ ਖੁਸ਼ੀਆਂ ਦਾ ਮੂਨਾ ਦੇਖਾਂ ਅੱਖੀਆਂ ਵਿੱਚ ਰੱਖਿਆ ਤੈਨੂੰ ਪਲਕਾਂ ਨਾਲ ਮੱਥੇ ਟੇਕਾਂ ਅੱਖੀਆਂ ਵਿੱਚ ਰੱਖਿਆ ਤੈਨੂੰ ਪਲਕਾਂ ਨਾਲ ਮੱਥੇ ਟੇਕਾਂ ਬਹੁਤ ਧੰਨਵਾਦ ਭਾਜੀ ਬਹੁਤ ਬੇਵਫਾਈ ਸਾਡੀ ਸਾਹਿਬ ਲਵ ਯੂ ਭਾਜੀ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲਾਂ ਕਰਕੇ ਥੈਂਕਿਊ ਥੈਂਕਿਊ